ਜਿਤਨੇ ਵੀ ਮਾਈ ਭਾਈ ਇਸ ਅਵਸਰ 'ਤੇ ਪਹੁੰਚੇ ਆ, ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਆਪਣੀ ਸ਼ਰਧਾ ਦੇ ਫੁੱਲ ਕਰਤਾਰ ਸਿੰਘ ਸਰਾਭਾ ਨੂੰ ਭੇਟ ਕਰਨ ਆਏ ਹੋ। ਅੱਜ ਦੀ ਇਹ ਜੋ ਕਾਰਵਾਈ ਆ ਉਹ ਸਾਡੀ ਸਭਾ ਦੇ ਪ੍ਰਧਾਨ ਡਾਕਟਰ ਗੁਰਵਿੰਦਰ ਸਿੰਘ ਜੀ ਉਹ ਚਲਾਉਣਗੇ। ਮੈਂ ਉਹਨਾਂ ਨੂੰ ਬੇਨਤੀ ਕਰਦਾ ਪਲੀਜ਼ ਉਹ ਆ ਕੇ ਸਟੇਜ ਸਾਂਭਣ ਅਤੇ ਅਗਲੀ ਜੋ ਕਾਰ ਹੈਗੀ ਆ ਜੋ ਵੀ ਪ੍ਰੋਗਰਾਮ ਆ ਉਦੋਂ ਰੂਬਰੂ ਕਰਨ। ਪ੍ਰੋਫੈਸਰ ਗੁਰਵਿੰਦਰ ਸਿੰਘ ਜੀ ਪਰਮ ਸਤਿਕਾਰਯੋਗ ਹਾਜ਼ਰੀਨ, ਸਭ ਤੋਂ ਪਹਿਲਾਂ ਆਪ ਨੂੰ ਅੱਜ ਗਦਰੀ ਬਾਬਿਆਂ ਦੇ ਇਤਿਹਾਸਿਕ ਸਥਾਨ ਹੈਰੀਟੇਜ ਗੁਰਦੁਆਰਾ ਸਾਹਿਬ, ਜਿਸ ਨੇ ਉਸ ਸਮੇਂ ਜਦੋਂ ਕੈਨੇਡਾ ਦੇ ਵਿੱਚ ਬਿਲਕੁਲ ਉਲਟ ਪ੍ਰਸਥਿਤੀਆਂ ਸਨ, ਉਸ ਵੇਲੇ ਸ਼ਰਨ ਦਿੱਤੀ ਉਹਨਾਂ ਲੋਕਾਂ ਨੂੰ ਜਿਹੜੇ ਦੇਸ਼ ਦੀ ਆਜ਼ਾਦੀ ਲਈ ਲੜ ਰਹੇ ਸਨ, ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਆਪਣੇ ਅੰਦਰ ਉਹ ਜਵਾਲਾ ਪ੍ਰਜਵਲਿਤ ਕਰਕੇ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ, ਉੱਥੇ ਆ ਪਹੁੰਚੇ ਹੋ। ਅੱਜ ਦਾ ਪ੍ਰੋਗਰਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ ਸਾਥੀਆਂ ਦੀ ਸ਼ਤਾਬਦੀ ਯਾਨੀ ਕਿ 100ਵੇਂ ਸ਼ਹੀਦੀ ਵਰ੍ਹੇ ਦੇ ਇਤਿਹਾਸਿਕ ਮੌਕੇ ਨੂੰ ਸਮਰਪਿਤ ਹੈ। ਅਤੇ ਅੱਜ ਪੰਜਾਬੀ ਸਿਹਤ ਸਭਾ ਮੁੱਢਲੀ ਰੈਡੀਕਲ ਦੇਸੀ ਮਹਿਕ ਪੰਜਾਬ ਦੀ ਸਾਰੀਆਂ ਸਰੀ ਤੋਂ ਆਈਆਂ ਸੰਸਥਾਵਾਂ, ਵੈਨਕੂਵਰ ਤੋਂ ਆਈਆਂ ਸ਼ਖਸੀਅਤਾਂ, ਬਰਨਵੀ ਤੋਂ ਜਾਂ ਵੱਖ ਵੱਖ ਹੋਰਨਾਂ ਥਾਵਾਂ ਤੋਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਾਡੇ ਵੀ ਗੁਰਪ੍ਰੀਤ ਸਿੰਘ ਹੋਰਾਂ ਨੇ ਜਦੋਂ ਜ਼ਿਕਰ ਕੀਤਾ ਕਿ ਆਪਾਂ ਐਸਾ ਪ੍ਰੋਗਰਾਮ ਜਿਹੜਾ ਮਨਾਉਣਾ ਤਾਂ ਥਾਂ ਦੀ ਚੋਣ ਕਿਹੜੀ ਕਰੀਏ, ਸਰੀ ਦੇ ਵਿੱਚ ਬਹੁਤ ਸਮਾਗਮ ਹੁੰਦੇ ਨੇ, ਪਰ ਉਸ ਤੋਂ ਬਾਅਦ ਫੈਸਲਾ ਇਹ ਕੀਤਾ ਕਿ ਇੱਕੋ ਇੱਕ ਸਭ ਤੋਂ ਜਿਹੜਾ ਇਤਿਹਾਸਿਕ ਅਤੇ ਪੁਰਾਣਾ ਸਥਾਨ ਇਸ ਵੇਲੇ ਹੁਣ ਤੱਕ ਆਪਣੇ ਕੋਲ ਹੈ ਉਹ ਹੈ ਇਹ 1911 ਦਾ ਬਣਿਆ ਹੋਇਆ ਗੁਰਦੁਆਰਾ ਹੈਰੀਟੇਜ ਸਥਾਨ। ਅਤੇ ਇਹ ਜਦੋਂ ਇੱਥੇ ਦਾਖਲ ਹੁੰਦੇ ਹਾਂ ਤਾਂ ਅੰਦਰੋਂ ਇੱਕ ਵੱਖਰੀ ਕਿਸਮ ਦੀ ਝਲਕ ਜਾਂ ਅਹਿਸਾਸ ਆਪਣੇ ਦਿਲ ਨੂੰ ਮਿਲਦਾ, ਅਤੇ ਉਹ ਇਹ ਹੈ ਕਿ ਇਹਨਾਂ ਕਦਮਾਂ ਦੇ ਵਿੱਚ ਇਹਨਾਂ ਮਹਿਸੂਸ ਕਰਦੇ ਹੋਏ ਆਪਣੇ ਪਹੁੰਚਣ 'ਤੇ ਸਾਨੂੰ ਇਉਂ ਲੱਗਦਾ ਕਿ ਇਸੇ ਥਾਂ 'ਤੇ ਕਦੇ ਉਹਨਾਂ ਯੋਧਿਆਂ ਦੇ ਕਦਮ ਪਏ ਸਨ। ਹੁਣੇ ਗੱਲ ਚੱਲਦੀ ਸੀ, ਪੁਨੀ ਸਾਹਿਬ ਸਾਰੇ ਗੱਲਾਂ ਕਰ ਰਹੇ ਸਨ, ਕਹਿੰਦੇ ਇੱਥੇ ਗੋਲੀਆਂ ਵੀ ਚੱਲੀਆਂ ਸਨ, ਉਹ ਗੋਲੀਆਂ ਅੱਜ ਦੀਆਂ ਗੋਲੀਆਂ ਨਾਲੋਂ ਬਿਲਕੁਲ ਵੱਖਰੀਆਂ ਨੇ। ਅੱਜ ਗੁਰਦੁਆਰਿਆਂ ਸਥਾਨਾਂ ਜਾਂ ਝਗੜਿਆਂ ਦੇ ਵਿੱਚ ਜਿਹੜੀਆਂ ਗੋਲੀਆਂ ਚੱਲਦੀਆਂ ਨੇ ਉਹ ਆਪਸੀ ਵੈਰ ਵਿਰੋਧ ਅਤੇ ਨਫ਼ਰਤੀਆਂ ਨੇ, ਪਰ ਉਹ ਉਸ ਸਮੇਂ ਦੀਆਂ ਜਿਹੜੀ ਆਜ਼ਾਦੀ ਦੇ ਸੰਘਰਸ਼ ਦੀਆਂ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਇਹ ਜ਼ਿਆਦਾ ਪੂਨੀ ਸਾਹਿਬ ਦੱਸਣਗੇ ਜਦੋਂ ਗੱਲਬਾਤ ਕਰਨਗੇ। ਸੋ ਸਭ ਤੋਂ ਪਹਿਲਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪੰਜਾਬੀ ਸਿਹਤ ਸਭਾ ਮੁੱਢਲੀ, ਜਿਸ ਦੇ ਸਾਡੇ ਕੋਆਰਡੀਨੇਟਰ ਸੁਰਜੀਤ ਸਿੰਘ ਸਹੂਤਾ ਜਾਣਕਾਰੀ ਸਾਂਝੀ ਕਰ ਰਹੇ ਸਨ, ਉਹਨਾਂ ਵੱਲੋਂ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਗਦਰੀ ਬਾਬਿਆਂ ਦੇ ਇਸ ਇਤਿਹਾਸਿਕ ਸਥਾਨ 'ਤੇ ਸ਼ਹੀਦੇ ਆਜ਼ਮ ਕਰਤਾਰ ਸਿੰਘ ਸਰਾਭਾ ਅਤੇ ਸਾਰਿਆਂ ਦੀ ਸ਼ਤਾਬਦੀ ਮਨਾਉਂਦੇ ਹੋਏ ਆਪ ਜਿੱਥੇ ਜਿੱਥੇ ਪਹੁੰਚੇ ਹੋ, ਯੂਨੀਵਰਸਿਟੀ ਫਰੇਜ਼ਰ ਵੈਲੀ ਯੂਨੀਵਰਸਿਟੀ ਤੋਂ ਪ੍ਰਭਜੋਤ ਪਰਮਾਰ ਜੀ ਵੀ ਸਾਡੇ ਕੋਲ ਨੇ, ਇੱਕ ਇੱਕ ਸ਼ਖਸੀਅਤ ਜਿਹੜੇ ਆਏ ਨੇ ਮੈਂ ਵਿਸਥਾਰ 'ਚ ਬਾਅਦ ਦੇ ਵਿੱਚ ਉਹਨਾਂ ਦਾ ਵੇਰਵਾ ਦਿਆਂਗਾ। ਅੱਜ ਦੇ ਇਸ ਪ੍ਰੋਗਰਾਮ ਨੂੰ ਰਵਾਇਤੀ ਰੂਪ ਦੇ ਵਿੱਚ ਬਕਾਇਦਾ ਤੋਰਨ ਤੋਂ ਪਹਿਲਾਂ ਭਾਈ ਨਛੱਤਰ ਸਿੰਘ ਜੀ ਜਿਹੜੇ ਕਿ ਇੱਕ ਐਸੇ ਕਵੀਸ਼ਰੀ ਜਥਾ ਜਿਨ੍ਹਾਂ ਨੇ ਸ਼ਹੀਦੇ ਆਜ਼ਮ ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ ਸਾਥੀਆਂ ਦੇ ਉੱਪਰ ਵਿਸ਼ੇਸ਼ ਰਚਨਾ ਜਿਹੜੀ ਹੈ ਤਿਆਰ ਕੀਤੀ ਹੈ, ਉਹ ਸ਼ੁਰੂਆਤ ਦੇ ਵਿੱਚ ਉਹ ਸਾਂਝ ਪਾਉਣਗੇ। ਇਸ ਦੇ ਨਾਲ ਹੀ ਮੈਂ ਨਾਲੋ ਨਾਲ ਜੋ ਪ੍ਰਧਾਨਗੀ ਮੰਡਲ ਉਹਨਾਂ ਦੇ ਵਿੱਚ ਗੁਜ਼ਾਰਿਸ਼ ਕਰਾਂਗਾ, ਸਾਡੀਆਂ ਜਿਹੜੀਆਂ ਖਾਸ ਸ਼ਖਸੀਅਤਾਂ ਨੇ ਜਿਨ੍ਹਾਂ ਦੇ ਵਿੱਚੋਂ ਵਿਸ਼ੇਸ਼ ਤੌਰ 'ਤੇ ਸਾਡੇ ਕੌਂਸਲਰ ਧਾਲੀਵਾਲ ਸਾਹਿਬ ਜਿਹੜੇ ਹਮੇਸ਼ਾ ਹੀ ਨਾ ਸਿਰਫ ਜਿਨ੍ਹਾਂ ਨੇ ਬਤੌਰ ਕੌਂਸਲਰ ਹੁੰਦੇ ਆ ਬਰਨਵੀ ਦੇ ਵਿੱਚ ਇਹੋ ਜਿਹੇ ਇਤਿਹਾਸਿਕ ਮੌਕਿਆਂ ਨੂੰ ਪ੍ਰਤੀਨਿਧਤਾ ਦਿੱਤੀ, ਬਲਕਿ ਇਸ ਦੇ ਨਾਲ ਨਾਲ ਹਮੇਸ਼ਾ ਅਗਾਂਹ ਵਧੂ ਸੋਚ ਨੂੰ ਪ੍ਰਣਾਏ ਹੋਏ, ਉਹ ਅੱਜ ਸਾਡੇ ਵਿਚਕਾਰ ਨੇ। ਮੈਂ ਗੁਜ਼ਾਰਿਸ਼ ਕਰਾਂਗਾ ਧਾਲੀਵਾਲ ਸਾਹਿਬ ਆਓ, ਕਿਰਪਾਲਤਾ ਕਰੋ ਪ੍ਰਧਾਨ ਮੰਡਲ 'ਚ ਸੱਜਣ ਦੀ, ਆਓ ਜੀ। ਇਸ ਦੇ ਨਾਲ ਨਾਲ ਬੈਂਸ ਸਾਹਿਬ ਸਾਬਕਾ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਹੈਰੀ ਬੈਂਸ, ਉਹਨਾਂ ਨੂੰ ਵੀ ਗੁਜ਼ਾਰਿਸ਼ ਕਰ ਨਹੀਂ ਮੌਜੂਦਾ, ਹਾਂਜੀ ਹਾਂਜੀ ਨਹੀਂ ਜੀ ਹੋਣਾ ਵੀ ਨਹੀਂ ਹੈ ਜੀ। ਸੋ ਸਾਡੇ ਵਿਧਾਇਕ ਇਹਨਾਂ ਨੂੰ ਇਕੱਲੇ ਵਿਧਾਇਕ ਕਰਕੇ ਨਹੀਂ, ਹੈਰੀ ਬੈਂਸ ਕਮਲ ਸਿੰਘ ਹੋਰਾਂ ਦੀ ਇੱਕ ਖਾਸੀਅਤ ਹੈ,
ਇਹਨਾਂ ਦੇ ਵੱਲ ਇਹਨਾਂ ਦੇ ਵਿੱਚ ਉਹ ਚੀਜ਼ ਹੈ ਜਦੋਂ ਵੀ ਵਿਧਾਨ ਸਭਾ ਦੇ ਵਿੱਚ ਵਿਕਟੋਰੀਆ ਦੇ ਵਿੱਚ ਜਿੰਨੇ ਵੀ ਇਸ਼ੂ ਇਸ ਤਰ੍ਹਾਂ ਦੇ ਆਏ ਉਹਨਾਂ ਦੇ ਵਿੱਚ ਬੜੇ ਧੜੱਲੇ ਨਾਲ ਬੋਲੇ ਅਤੇ ਉਸ ਤੋਂ ਬਾਅਦ ਬਕਾਇਦਾ ਇਹ ਸੋਚ ਨੂੰ ਲੈ ਕੇ ਅੱਗੇ ਇਸ ਨੂੰ ਤੋਰ ਰਹੇ ਨੇ ਅਤੇ ਅੱਜ ਇਤਿਹਾਸਿਕ ਮੌਕਾ ਹੈ ਕਿਉਂਕਿ ਸ਼ਤਾਬਦੀ ਵਰ੍ਹੇ 'ਤੇ ਇਹ ਜਿਹੜਾ ਸਮਾਗਮ ਕੀਤਾ ਜਾ ਰਿਹਾ। ਸਾਡੇ ਇੱਥੋਂ ਦੇ ਕੌਂਸਲਰ ਸਾਨੂੰ ਪ੍ਰਤੀਨਿਧਤਾ ਦੇਣ ਵਾਲੇ ਮਹਿੰਦਰ ਸਿੰਘ ਮੋਹਗਿੱਲ ਜੀ, ਉਹਨਾਂ ਨੂੰ ਵੀ ਮੈਂ ਗੁਜ਼ਾਰਿਸ਼ ਕਰਾਂਗਾ ਉਹ ਵੀ ਜ਼ਰੂਰ ਸ਼ਾਮਿਲ ਹੋਣ। ਮਹਿੰਦਰ ਸਿੰਘ ਜੀ, ਬੁਲਾਰਿਆਂ ਦੇ ਵਿੱਚੋਂ ਸਾਡੇ ਨਾਲ ਅੱਜ ਇਸ ਇਕੱਤਰਤਾ ਦੇ ਵਿੱਚ ਸ਼ਾਮਿਲ ਅਤੇ ਕੈਨੇਡਾ ਦੇ ਗਦਰੀ ਯੋਧੇ, ਇਸ ਸੰਬੰਧ ਦੇ ਵਿੱਚ ਇਹਨਾਂ ਦੀ ਲਿਖਤ ਬੜੀ ਕਮਾਲ ਦੀ ਹੈ, ਮੇਰੀ ਮੁਰਾਦ ਹੈ ਸੋਹਣ ਸਿੰਘ ਪੁੰਨੀ ਜੀ, ਉਹਨਾਂ ਨੂੰ ਵੀ ਮੈਂ ਗੁਜ਼ਾਰਿਸ਼ ਕਰਦਾ ਕਿ ਤੁਸੀਂ ਵੀ ਆਓ ਜੀ। ਪੁੰਨੀ ਸਾਹਿਬ, ਪਰਮਿੰਦਰ ਕੌਰ ਸਵੈਚ, ਜਿਨ੍ਹਾਂ ਦਾ ਜੇਕਰ ਪਰਿਵਾਰਕ ਪਿਛੋਕੜ ਵੀ ਦੇਖੀਏ ਤਾਂ ਉਹ ਦੇਸ਼ ਭਗਤ ਯੋਧੇ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ ਉਹਨਾਂ ਨਾਲ ਜੁੜੇ ਹੋਏ ਨੇ ਅਤੇ ਖੁਦ ਬੜੇ ਹਮੇਸ਼ਾ ਹੀ ਸਰਗਰਮ ਰਹਿੰਦੇ ਨੇ। ਭੈਣ ਜੀ ਹੁਰੀ, ਉਹਨਾਂ ਨੂੰ ਬੇਨਤੀ ਕਰਦੇ ਹਾਂ, ਆਓ ਜੀ, ਆਓ ਜੀ, ਆਓ ਜੀ। ਸੋ ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ। ਮੈਂ ਇਹੀ ਗੁਜ਼ਾਰਿਸ਼ ਗੁਰਪ੍ਰੀਤ ਸਿੰਘ ਨੂੰ ਕੀਤੀ ਸੀ ਵਿਸ਼ੇਸ਼ ਤੌਰ 'ਤੇ, ਕੁਰਸੀ ਤੁਹਾਡੀ ਬਿਲਕੁਲ ਖਾਲੀ ਹੈ, ਤੁਸੀਂ ਨਾਲੋਂ ਨਾਲ ਕਵਰ ਵੀ ਕਰਨਾ, ਪਰ ਮੋਸਟ ਵੈਲਕਮ ਗੁਰਪ੍ਰੀਤ ਸਿੰਘ ਨੂੰ, ਵਿਸ਼ੇਸ਼ ਤਾੜੀਆਂ ਜਿਨ੍ਹਾਂ ਨੇ ਇਸ ਦੇ ਪ੍ਰਬੰਧ ਦੇ ਵਿੱਚ ਬਹੁਤ ਖਾਸ ਜਿਹੜਾ ਉੱਦਮ ਕੀਤਾ, ਅਤੇ ਵੀਰ ਕਮਲਜੀਤ ਸਿੰਘ ਥਿੰਦ ਹੁਰੀ ਵੀ, ਕਿਉਂਕਿ ਦੋਨੇ ਦੋ ਖਾਸ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਅਤੇ ਥਿੰਦ ਸਾਹਿਬ ਨੇ ਮਹਿਕ ਪੰਜਾਬ ਦੀ ਰਾਹੀਂ ਇਸ ਨੂੰ ਬਹੁਤ ਪ੍ਰਮੋਟ ਕੀਤਾ। ਬਹੁਤ ਬਹੁਤ ਧੰਨਵਾਦ ਜੀ ਕਮਲਜੀਤ ਸਿੰਘ ਥਿੰਦ ਜੀ। ਸੋ ਮੈਂ ਇਸ ਮੌਕੇ 'ਤੇ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਨਾਲ ਸੰਬੰਧਿਤ ਪ੍ਰਭਜੋਤ ਪਰਮਾਰ ਜੀ ਨੂੰ ਗੁਜ਼ਾਰਿਸ਼ ਕਰਾਂਗਾ। ਪ੍ਰਭਜੋਤ ਜੀ ਆਓ ਤੁਸੀਂ। ਇੱਥੇ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਯੂਨੀਵਰਸਿਟੀ ਦੇ ਵਿੱਚ ਹੁੰਦਿਆਂ ਇਹਨਾਂ ਨੇ ਜੋ ਪਿਛਲੇ ਦਿਨੀ 100 ਸਾਲਾਂ 'ਤੇ ਖਾਸ ਤੌਰ 'ਤੇ ਜਿਹੜੇ ਉਹ ਯੋਧੇ ਸਨ ਜਿਨ੍ਹਾਂ ਨੇ ਸੰਘਰਸ਼ ਕੀਤਾ ਫੌਜੀਆਂ ਨੂੰ ਸਮਰਪਿਤ, ਤਕਰੀਬਨ ਬਹੁਤ ਵਧੀਆ ਲੈਵਲ 'ਤੇ 3 ਦਿਨਾਂ ਦਾ ਪ੍ਰੋਗਰਾਮ ਕੀਤਾ, ਉਸ ਦੇ ਨਾਲ ਨਾਲ ਯੂਨੀਵਰਸਿਟੀ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਆਓ ਜੀ, ਆਓ ਤੁਸੀਂ ਵੀ। ਸੋ ਇਸ ਦੇ ਨਾਲ ਹੀ ਮੈਂ ਜਿਹੜੇ ਪਿੱਛੇ ਖੜ੍ਹੇ ਨੇ ਵੀਰ, ਮੈਂ ਬੇਨਤੀ ਕਰਦਾ ਤੁਸੀਂ ਜਿੱਥੇ ਜਗ੍ਹਾ ਹੈ ਤੁਸੀਂ ਅੱਗੇ ਆ ਕੇ ਆ ਜਾਓ, ਕੋਈ ਨਹੀਂ। ਸੋ ਇੱਕ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਰਚਨਾ ਸ਼ੁਰੂ ਦੇ ਵਿੱਚ ਉਹ ਸਾਡੇ ਮਾਨਯੋਗ ਕਵੀਸ਼ਰ ਭਾਈ ਨਛੱਤਰ ਸਿੰਘ ਜੀ ਬਠਿੰਡੇ ਤੋਂ ਨੇ, ਅਤੇ ਬੜਾ ਵਧੀਆ ਲਿਖਦੇ ਨੇ ਬਾਬੂ ਰਾਜਬਲੀ ਦੇ ਅੰਦਾਜ਼ 'ਚ, ਜਿਹੜਾ ਇਹਨਾਂ ਦਾ ਉਹਨਾਂ ਦਾ ਵੀ ਬਹੁਤ ਸਾਰਾ ਮਟੀਰੀਅਲ ਅਤੇ ਖੁਦ ਵੀ ਲਿਖਦੇ ਨੇ। ਸੋ ਉਹ ਸ਼ੁਰੂਆਤ ਕਰਨਗੇ। ਉਸ ਤੋਂ ਪਹਿਲਾਂ ਸਤਿਕਾਰਯੋਗ ਪ੍ਰਿੰਸੀਪਲ ਪੂਨੀਆ ਸਾਹਿਬ ਮੁਨਗਿੱਲ ਜੀ, ਸਾਡੇ ਵੀਰ ਵੱਡੇ ਸਤਿਕਾਰਯੋਗ ਸਿੱਖਾ ਸਾਹਿਬ, ਜਰਨੈਲ ਸਿੰਘ ਚਿੱਤਰਕਾਰ, ਜਿਨ੍ਹਾਂ ਨੇ ਗੁਰਪ੍ਰੀਤ ਹੁਣਾਂ ਦੇ ਰੈਡੀਕਲ ਮੈਗਜ਼ੀਨ ਦੇ ਬਾਹਰ ਕਰਤਾਰ ਸਿੰਘ ਸਰਾਭਾ ਦੀ ਜਿਹੜੀ ਪੇਂਟਿੰਗ ਬਕਾਇਦਾ ਛਾਪੀ ਗਈ ਹੈ ਉਹ ਭਾਜੀ ਜਰਨੈਲ ਸਿੰਘ ਹੋਰਾਂ ਨੇ ਤਿਆਰ ਕੀਤੀ ਹੈ। ਜ਼ੋਰਦਾਰ ਤਾੜੀਆਂ ਇਹਨਾਂ ਲਈ, ਬਹੁਤ ਬਹੁਤ ਧੰਨਵਾਦ ਜੀ। ਸਾਰੇ ਪੰਜਾਬੀ ਸਹਿਤ ਸਭਾ ਮੁੱਢਲੀ ਦੇ ਮੈਂਬਰ ਸਾਡੇ ਸਾਬਕਾ ਪ੍ਰਧਾਨ ਬੀਬੀ ਢਿੱਲੋਂ ਜੀ, ਉਹਨਾਂ ਦੇ ਨਾਲ ਨਾਲ ਬਜਾਜ ਸਾਹਿਬ ਸਾਡੇ ਨਾਲ ਨੇ, ਰਾਮਪੁਰੀ ਸਾਹਿਬ ਬਹੁਤ ਧੰਨਵਾਦ, ਅਤੇ ਦੁਸਾਂਝ ਜੀ ਜਿਨ੍ਹਾਂ ਨੇ ਪੂਰਾ ਪ੍ਰਬੰਧ ਕਰਨ ਦੇ ਵਿੱਚ ਅਹਿਮ ਯੋਗਦਾਨ ਨਿਭਾਇਆ, ਭਗਤਾ ਜੀ ਪਰਮਾਰ ਸਾਹਿਬ, ਭੈਣ ਜੀ ਹੋਰੀ ਸਾਡੇ ਸਤਿਕਾਰਤ ਹਮੇਸ਼ਾ ਹੀ ਉਹਨਾਂ ਦੇ ਨਾਲ ਬੜਾ ਉੱਦਮ ਕਰਦੇ ਨੇ, ਅਤੇ ਇਸ ਦੇ ਨਾਲ ਨਾਲ ਸਾਡੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਢੱਟ ਸਾਹਿਬ ਦੇ ਨਾਲ, ਜਿੰਨੇ ਵੀ ਪੂਨੀਆ ਜੀ ਤੂਰ ਸਾਹਿਬ, ਬਾਕੀ ਸ਼ਖਸੀਅਤਾਂ ਜਿਹੜੀਆਂ ਮੌਜੂਦ ਨੇ, ਖਿਮਾ ਮੰਗਦਾ ਮੈਂ ਜਿਹਨਾਂ ਨਾਂ ਨਾ ਬੋਲ ਸਕਿਆ, ਢੀਂਡਸਾ ਸਾਹਿਬ, ਖਾਲਸਾ ਜਵਾਨ ਸੁਸਾਇਟੀ ਐਪ ਸਪੋਰਟ, ਜ਼ੋਰਦਾਰ ਅਸੀਂ ਧੰਨਵਾਦ ਕਰਦੇ ਹਾਂ ਤਾੜੀਆਂ ਨਾਲ ਇਹਨਾਂ ਦਾ ਜਿਨ੍ਹਾਂ ਨੇ ਮੰਚ ਪ੍ਰਦਾਨ ਕੀਤਾ। ਸੋ ਸ਼ੁਰੂਆਤ ਕਰ ਰਹੇ ਨੇ ਸਾਡੇ ਇੱਕ ਵਿਸ਼ੇ ਜਥਾ, ਉਸ ਤੋਂ ਬਾਅਦ ਹਰਕਮਲ ਸਿੰਘ ਹੈਰੀ ਬੈਂਸ ਹੋਰਾਂ ਤੋਂ ਅਸੀਂ ਆਰੰਭ ਕਰਾਂਗੇ ਗੱਲਬਾਤ, ਅਤੇ ਨਾਲੋਂ ਨਾਲ ਇਤਿਹਾਸ ਬਾਰੇ ਪੂਨੀ ਸਾਹਿਬ, ਇਤਿਹਾਸ ਦੇ ਨਾਲ ਨਾਲ ਵਰਤਮਾਨ ਬਾਰੇ ਸਾਡੇ ਬੁਲਾਰੇ ਸਾਂਝ ਪਾਉਣਗੇ। ਲੋੜੀ ਹੈ ਸੋ ਬਿਲਕੁਲ ਨਵੀਆਂ ਕਵਿਤਾਵਾਂ ਲਿਖੀਆਂ ਤੁਹਾਡੀ ਸੇਵਾ ਦੇ ਵਿੱਚ ਬੋਲ ਰਹੇ ਹਾਂ। ਪਹਿਲੀ ਕਵਿਤਾ ਕਿਸ ਤਰ੍ਹਾਂ ਉਹਨਾਂ ਨੇ ਅਖਬਾਰ ਕੱਢਿਆ, ਕਿਵੇਂ ਵੰਡ ਰਹੇ ਨੇ, ਉਹ ਕਵਿਤਾ ਮੈਂ ਸਰਜੇ ਵਾਲਾ ਕਵਿਸ਼ਰ ਜੱਥਾ ਇਉਂ ਬੇਨਤੀ ਕਰ ਰਿਹਾ ਹੈ। ਪੋਰਟਲੈਂਡ 'ਚ ਸਾਦਲੀ ਮੀਟਿੰਗ ਸੀ ਇੱਕ ਖਾਸ, ਰਲ ਕੇ ਕਈ ਜਜਾਰੂਆਂ ਕਰੇ ਫੈਸਲੇ ਪਾਸ, ਕਰਕੇ ਮੀਟਿੰਗ ਲਏ ਫੈਸਲੇ ਪੂਰਾ ਚੜਾਉਣ ਲਈ, ਇੰਡੀਅਨ ਲੋਕਾਂ ਨੂੰ ਜੀ ਜਾਗ ਅਣਖਦਾ ਲਾਉਣ ਲਈ, ਉਹ ਕਾਜ ਸਲਾਗਾ ਜੋਰ ਕਰਿਆ ਕਰਤਾਰ ਸਰਾਭੇ ਨੇ, ਗੂੰਜ ਗਰਲੀ ਕੱਢਤਾ ਸੀ ਅਖਬਾਰ ਸਰਾਭੇ ਨੇ, ਜਾਨ ਫਰਾਂਸਿਸ
ਸਕੋ ਚ ਰੈਂਟ ਤੇ ਲੈ ਮਕਾਨ ਲਿਆਂਗਾ ਨਾਮ ਜਗੰਤਰ ਤੇ ਫਿਰ ਉੱਥੇ ਦਫ਼ਤਰ ਖੋਲਿਆ ਗਿਆ 1913 ਬਾਜੀ ਮਾਰ ਸਰਾਂਬੇ ਨੇ ਗੂੰਜ ਗਜ਼ਰ ਨਹੀਂ ਕੱਢਤਾ ਸੀ ਅਖਬਾਰ ਸਰਾਂਬੇ ਨੇ ਲਾਲਾ ਜੀ ਸੰਪਾਦਕ ਉਰਦੂ ਵਿੱਚ ਲਿਖ ਧਰਦੇ ਸੀਗੀ ਕਰਤਾਰ ਸਿੰਘ ਜੀ ਵਿੱਚ ਪੰਜਾਬੀ ਉਲਥਾ ਕਰਦੇ ਸੀ ਉਹ ਕਰੇ ਜੋੜ ਕੇ ਅੱਖਰ ਫਰਮੇ ਤਿਆਰ ਸਰਾਂਬੇ ਨੇ ਗੂੰਜ ਗਜ਼ਰ ਨਹੀਂ ਕੱਢਤਾ ਸੀ ਅਖਬਾਰ ਸਰਾਂਬੇ ਨੇ ਸਾਈਕਲ ਤੇ ਵੰਡਦਾ ਸੀ ਖੁਦ ਪਾਠਕ ਬਣੇ ਬੜੇਗੇ ਜੋਬ ਲੈਣ ਲਈ ਕੰਮੇ ਸੀ ਫਿਰ ਦਰ ਤੇ ਆਣ ਖੜੇਗੇ ਓਏ ਆਪ ਟ੍ਰੇਨਿੰਗ ਦੇ ਕੇ ਕਰੇ ਤਿਆਰ ਸਰਾਂਬੇ ਨੇ ਗੂੰਜ ਗਜ਼ਰ ਨਹੀਂ ਕੱਢਦਾ ਸੀ ਅਖਬਾਰ ਸਰਾਂਬੇ ਨੇ ਲੱਗ ਗਈ ਸ਼ਬਦ ਅੰਡੀਸ਼ਨ ਫਿਰ ਹਿੰਦੀ ਗਜਰਾਤੀ ਸੀਗੀ ਪਰ ਤੁਰ ਦਸ਼ਾ ਵਤਨ ਦੀ ਕਈ ਹੁੰਦੇ ਜਜ਼ਬਾਤੀ ਸੀ ਉਹ ਮੋਇਆਂ ਵਿੱਚ ਜਿੰਦ ਪਾ ਦਿੱਤੀ ਵੰਗਾਰ ਸਰਾਂਬੇ ਨੇ ਗੂੰਜ ਗਜ਼ਰ ਦੀ ਕੱਢਦਾ ਕੱਢ ਅਖਬਾਰ ਸਰਾਂਬੇ ਨੇ ਸਰਦਾਰ ਸੋਹਣ ਸਿੰਘ ਭਗਣਾ ਭਾਈ ਜਵਾਲਾ ਨਾਲ ਖੜੇਗੇ ਜਗਤ ਰਾਮ ਤੇ ਜਿਹੜੀ ਆਉਂਦੇ ਫਾਨੇ ਵਾਂਗ ਅੜੇਗੇ ਉਹ ਕਾਸੀ ਰਾਮ ਸਮੇਤ ਖੜੇ ਦਿਲਦਾਰ ਸਰਾਂਬੇ ਨੇ ਗੂੰਜ ਗਜ਼ਰ ਨਹੀਂ ਕੱਢਦਾ ਸੀ ਅਖਬਾਰ ਸਰਾਂਬੇ ਨੇ ਗੋਰਿਆਂ ਦੀ ਸਰਕਾਰ ਦੇ ਕਾਲੇ ਕਾਰੇ ਭਾਰਤ ਦੇਗੇ ਹੁੰਦੇ ਜਬਰ ਜ਼ੁਲਮ ਸੀ ਛਪਦੇ ਸਾਰੇ ਭਾਰਤ ਦੇਗੇ ਆਜ਼ਾਦ ਕਰਾਉਣਾ ਦੇਸ਼ ਦੇ ਹਾਲ ਲਕਾਰ ਸਰਾਂਬੇ ਨੇ ਗੂੰਜ ਗਜ਼ਰ ਨਹੀਂ ਕੱਢਦਾ ਸੀ ਅਖਬਾਰ ਸਰਾਂਬੇ ਨੇ ਸੇਵਾ ਦੇਸ਼ ਦੀ ਔਖੀ ਗੱਲਾਂ ਢੇਰ ਸਖਲੀਆਂ ਨੇ ਜਿੰਨਾ ਪਾਇਆ ਪੈਰ ਨੌਬਤਾਂ ਲੱਖਾਂ ਚੱਲੀਆਂ ਨੇ ਉਹ ਗੀਤ ਰਟਾਤਾ ਕਾਮਿਆਂ ਨੂੰ ਇਹ ਯਾਰ ਸਰਾਂਬੇ ਨੇ ਗੂੰਜ ਗਜ਼ਰ ਦੀ ਕੱਢਦਾ ਸੀ ਅਖਬਾਰ ਸਰਾਂਬੇ ਨੇ ਲਵੀ ਉਮਰ ਦਾ ਚੋਪਰ ਬਣ ਕੇ ਨਾਇਕ ਛਾ ਗਿਆ ਸੀਗੀ ਸ਼ੈਣੀ ਮਾਂ ਦਾ ਲਾਲ ਜਵਾਂ ਗੱਲ ਸਿਰੇ ਲਾ ਗਿਆ ਸੀ ਉਹ ਦਵੜੀ ਖਾਨਿਆ ਮੰਨਣੀ ਕੀ ਸਹਾਰ ਸਰਾਂਬੇ ਨੇ ਗੂੰਜ ਗਜ਼ਰ ਦੀ ਕੱਢਦਾ ਸੀ ਅਖਬਾਰ ਸਰਾਂਬੇ ਨੇ ਇਸ ਤਰ੍ਹਾਂ ਬਹੁਤ ਵੱਡਾ ਇੱਕ ਕਾਰਜ ਉਹਨਾਂ ਨੇ ਕਰਿਆ ਜਿਹਦੇ ਨਾਲ ਸਮੁੱਚੀ ਜੋ ਕੌਮ ਵਸਣ ਵਾਲੀ ਸੀ ਪੰਜਾਬੀ ਉਹਨਾਂ ਦਾ ਖੂਨ ਖੌਲ ਗਿਆ ਕਿਉਂਕਿ ਗੱਲ ਪਹੁੰਚ ਗਈ ਸੀ ਉਹਨਾਂ ਤੱਕ ਅਤੇ ਉਸ ਤੋਂ ਬਾਅਦ ਜਿਹੜੀਆਂ ਘਟਨਾਵਾਂ ਹੋਈਆਂ ਭਾਵ ਕਿਉਂਕਿ ਸਮਾਂ ਬੁਰਾ ਥੋੜ੍ਹਾ ਹੈ ਅਤੇ ਨਵੰਬਰ ਦੇ ਵਿੱਚ 100 ਸਾਲ ਹੋ ਗਿਆ ਅੱਜ ਕਿਸ ਤਰ੍ਹਾਂ ਉਹਨਾਂ ਨੂੰ ਫਾਂਸੀ 'ਤੇ ਲਟਕਾਇਆ ਗਿਆ ਅੱਜ ਆਪਾਂ ਉਹਨਾਂ ਦੀ ਯਾਦ ਮਨਾਉਂਦੇ ਹਾਂ ਕਿਉਂਕਿ ਆਪਾਂ ਪੈਦਾ ਹੋਏ ਹਾਂ ਧਰਤੀ ਦੇ ਉੱਤੇ ਇਨਸਾਨ ਪੈਦਾ ਹੁੰਦਾ ਹੈ ਅਤੇ ਜਿਹੜਾ ਦੇਸ਼ ਦੀ ਖਾਤਰ ਕੌਮ ਦੀ ਖਾਤਰ ਕੁਝ ਕਰਕੇ ਜਾਂਦਾ ਫਿਰ ਉਹਨਾਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਨਹੀਂ ਤਾਂ ਪਸ਼ੂ ਪੰਛੀ ਜੀਵ ਇਸ ਦੁਨੀਆਂ 'ਤੇ ਆਉਂਦੇ ਹੈ ਅਤੇ ਉਹ ਵੀ ਬੰਦੇ ਦੇ ਜਿਉਂਦੇ ਵੀ ਕੰਮ ਆਉਂਦੇ ਆ ਅਤੇ ਮਰ ਕੇ ਵੀ ਕੰਮ ਆਉਂਦੇ ਆ ਕਰਤਾਰ ਸਿੰਘ ਬਲੱਗਣ ਨੇ ਲੈਣਾ ਲਿਖੀਆਂ 4 ਕਹਿੰਦਾ ਮਰ ਜਾਵੇ ਬੱਕਰਾ ਤੇ ਲੋਕੀ ਉਹਦਾ ਮਾਸ ਖਾਂਦੇ ਖਲ ਤਾਂ ਹੀ ਲਾਹ ਕੇ ਢੱਡਾ ਤਬਲਿਆਂ ਤੇ ਚੜ੍ਹਾਇਆ ਜਾਂਦਾ ਹੈ ਬਣ ਜਾਵੇ ਮਿਰਗ ਕਹਿੰਦੇ ਬਣਦੀ ਹੈ ਮਿਰਗਸ਼ਾਲਾ ਸਿੰਘਾਂ ਤਾਂ ਹੀ ਸਾੜ ਕੇ ਦਵਾਈਆਂ ਵਿੱਚ ਪਾਇਆ ਜਾਂਦਾ ਹੈ ਮਰ ਜਾਵੇ ਹਾਥੀ ਕਹਿੰਦੇ 1.25 ਲੱਖ ਮੁੱਲ ਪੈਂਦਾ ਮਰ ਜਾਵੇ ਗੈਂਡਾ ਉੱਤੇ ਤੇਗਾਂ ਨੂੰ ਅਜ਼ਮਾਇਆ ਜਾਂਦਾ ਹੈ ਮਰ ਜਾਵੇ ਸ਼ੇਰ ਕਹਿੰਦੇ ਲਾਹ ਕੇ ਉਹਦੀ ਖਲ ਤਾਂ ਹੀ ਸੰਤਾਂ ਮਹਾਂਪੁਰਸ਼ਾਂ ਦੇ ਲਈ ਆਸਣ ਬਣਾਇਆ ਜਾਂਦਾ ਹੈ ਮਰ ਜਾਵੇ ਬੰਦਾ ਕੰਮ ਆਉਂਦਾ ਕਿਸੇ ਦੇ ਨਾ ਹੀ 10 ਮਾਣ ਲੱਕੜਾਂ ਤੇ ਰੱਖ ਕੇ ਜਲਾਇਆ ਜਾਂਦਾ ਹੈ ਪਰ ਦੇਸ਼ ਧਰਮ ਕੌਮ ਵਾਸਤੇ ਨੇਕੀ ਕੋਈ ਕੀਤੀ ਹੋਵੇ ਉਹਦਾ ਜਸ ਫਿਰ ਸਟੇਜਾਂ ਉੱਤੇ ਗਾਇਆ ਜਾਂਦਾ ਹੈ ਉਹਨਾਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਅੱਜ ਆਪਾਂ ਸਰਦਾਰ ਕਰਤਾਰ ਸਿੰਘ ਸਰਾਂਬੇ ਨੂੰ ਯਾਦ ਕਰਦੇ ਹਾਂ ਆਓ ਆਖਰੀ ਕਵਿਤਾ ਕਿਵੇਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਨਾਲ 6 ਜਾਣੇ ਹੋਰ ਉਹਨਾਂ ਉਸ ਵੇਲੇ ਦੀ ਦਾਸਤਾਨ
ਸਾਡੇ ਸਾਥੀ ਭਾਈ ਅਮਰੀਕ ਸਿੰਘ ਦਵੜੀ ਖਾਨੇਵਾਲੇ ਦੀ ਕਲਮ ਨੇ ਜਿਸ ਤਰ੍ਹਾਂ ਲਿਖਿਆ ਹੈ, ਮੈਂ ਮਿਸ ਸਰਦੇ ਵਾਲਾ ਕਮਿਸ਼ਨ ਜੱਥਾ ਇਉਂ ਬੇਨਤੀ ਕਰ ਰਿਹਾ। ਨਵੰਬਰ 16 ਤੇ 1915 ਨੂੰ ਸੈਂਟਰ ਜੇਲ੍ਹ ਲਾਹੌਰ ਪਏ ਗੂੰਜ ਨਾਰੇ, ਕਰਤਾਰ ਸਿੰਘ ਤੇ ਨਾਲ ਦੇਸੀ ਸੇ ਸਾਥੀ, ਮੌਤ ਬਰਨ ਲਈ ਚਾਵਾਂ ਨਾਲ ਕਰੇ ਤਿਆਰੇ, ਦਰਸ਼ਨੀ ਜਵਾਨ ਖੁਸ਼ੀ ਵਿੱਚ ਹੋਏ ਖੀਵੇ, ਫੰਦੇ ਚੁੰਮ ਕੇ ਜਾਨੀ ਸੰਜੀਦ ਹੋ ਗਏ, ਫੱਟਾ ਖਿੱਚ ਜਲਾਦ ਵੀ ਬੁੱਤ ਹੋਇਆ, ਦੇਸ਼ ਕੌਮ ਦੇ ਲਈ ਉਹ ਸ਼ਹੀਦ ਹੋ ਗਏ, ਦੇਸ਼ ਕੌਮ ਦੇ ਲਈ ਉਹ ਸ਼ਹੀਦ ਹੋ ਗਏ। ਬੇਖਾਫਾ ਸੂਰ ਮੇਸੀ ਲੈ ਕੇ ਨਾਲ ਮੌਤ ਦੇ ਲਾਵਾਂ, ਵਿੱਚ ਰਲ ਕੇ ਹਵਾ ਦੇ ਜੀ ਜਾਂਦੇ ਦੱਸ ਨਾ ਗਏ ਸਰਨਾਵਾਂ, ਸਿਦਕਾਂ ਦੇ ਅੰਬਰ ਤੇ ਬਣੇ ਸੁਨਹਿਰੀ ਤਾਰੇ ਚਮਕਣ, ਫਾਂਸੀ ਦੇ ਤਖਤੇ ਤੇ ਲਾਸ਼ਾਂ ਸੱਤ ਸੂਰਿਆਂ ਦੀਆਂ ਲਮਕਣ, ਮਾਰੇ ਭੁੱਪਾ ਮਾਂ ਧਰਤੀ ਅੰਬਰ ਦੇ ਨੈਣੋ ਯਥਰੂ ਕਿਰਦੇ, ਹਵਾ ਚੁੰਮਦੀ ਸੂਰਮਿਆਂ ਨੂੰ ਰੁੱਖਾਂ ਦੇ ਥਰ ਥਰ ਕੰਬਦੇ ਹਿਰਦੇ, ਬੈਠੇ ਰੋਣ ਕਣਹਿਰਿਆਂ ਤੇ ਕਬੂਤਰ ਚਿੜੀਆਂ ਰਤਾਣਾ ਰਮਕਣ, ਫਾਂਸੀ ਦੇ ਤਖਤੇ ਤੇ ਲਾਸ਼ਾਂ ਸੱਤ ਸੂਰਿਆਂ ਦੀਆਂ ਲਮਕਣ, ਕਸ਼ੀਸ਼ ਸਿੰਘ ਸੂਰਾ ਤੇ ਹਰ ਨਾਮ ਜਗਤ ਸਿੰਘ ਵਰਗੇ, ਗਾਣੇਸ਼ ਪਿੰਗਲੇ ਜੀ ਸੁਰੈਣ ਸਿੰਘ ਸੁਰੈਣ ਕਮਾਲਾ ਕਰਗੇ, ਨਾ ਸੁਣ ਸਰਾਬੇ ਦਾ ਲਾਇਦੇ ਸੀਨੇ ਲੱਗਦੇ ਧਮਕਣ, ਫਾਂਸੀ ਦੇ ਤਖਤੇ ਤੇ ਲਾਸ਼ਾਂ ਸੱਤ ਸੂਰਿਆਂ ਦੀਆਂ ਲਮਕਣ, ਮਿਣ ਮਿਣ ਕੇ ਗੱਭਰੂ ਸੀ, ਮਿਣ ਮਿਣ ਕੇ ਗੱਭਰੂ ਸੀ, ਕੀਤੇ ਮਾਪਿਆਂ ਨੇ ਪੁੱਤ ਹੀਰੇ, ਕਈਆਂ ਦੇ ਸੱਜਣ ਜੀ ਭੈਣਾਂ ਦੇ ਪਿਆਰੇ ਜਾਣ ਤੋਂ ਵੀਰੇ, ਲਮਕਣ ਪਪਠਾਣਾ ਨੂੰ ਨੈਣ ਪਥਰਾ ਕੇ ਚੁੰਮਣਾ ਚਮਕਣ, ਫਾਂਸੀ ਦੇ ਤਖਤੇ ਤੇ ਲਾਸ਼ਾਂ ਸੱਤ ਸੂਰਿਆਂ ਦੀਆਂ ਲਮਕਣ, ਸਾਡੇ ਖੂਨ ਦੀ ਇੱਕ ਛਿੱਟ ਚੋਂ ਸਾਡੇ ਖੂਨ ਦੀ ਇੱਕ ਛਿੱਟ ਚੋਂ ਫੁੱਟਣਗੇ ਆਖਰ ਹੋਰ ਜੁਝਾਰੂ, ਖੁਰਾ ਖੋਜ ਫਰੰਗੀਆਂ ਦਾ ਮੱਡਿਆ ਦੇਉ ਆਖਰ ਸੋਚ ਸਾਰੂ, ਲੱਗ ਜਾਗ ਅਣਖ ਨੂੰ ਜੀ ਗਏ ਗੜਪਾਨੇ ਮੂਲਣਾ ਜਮਕਣ, ਫਾਂਸੀ ਦੇ ਤਖਤੇ ਤੇ ਲਾਸ਼ਾਂ ਸੂਰਿਆਂ ਦੀਆਂ ਲਮਕਣ, ਇਹ ਜੰਗ ਆਜ਼ਾਦੀ ਦੀ ਸਾਡੇ ਬਾਦ ਨਾ ਪਾਇਓ ਠੰਡੀ, ਗੈਰਤਮੰਦ ਕੌਮਾਂ ਦੇ ਢਿੱਲੋਂ ਇਤਿਹਾਸ ਸੁਨਹਿਰੀ ਧਮਕਣ, ਫਾਂਸੀ ਦੇ ਤਖਤੇ ਤੇ ਲਾਸ਼ਾਂ ਸੂਰਿਆਂ ਦੀਆਂ ਲਮਕਣ, ਫਾਂਸੀ ਦੇ ਤਖਤੇ ਤੇ ਲਾਸ਼ਾਂ ਸੱਤ ਸੂਰਿਆਂ ਦੀਆਂ ਲਮਕਣ। ਇਸ ਤਰ੍ਹਾਂ ਕਰਤਾਰ ਸਿੰਘ ਜੀ ਸਰਾਭਾ ਜਾਂਦੇ ਹੋਏ ਇਹ ਸੁਨੇਹਾ ਦੇ ਕੇ ਵੀ ਇਸ ਚੀਜ਼ ਨੂੰ ਲਹਿਰ ਨੂੰ ਠੰਡੇ ਨਾ ਹੋਣ ਦਿਓ ਅਤੇ ਕੌਮੀ ਪਰਵਾਨੇ ਉਹ ਇਤਿਹਾਸ ਦੇ ਵਿੱਚ ਆਪਣਾ ਸੁਨਹਿਰੀ ਨਾਮ ਲਿਖਾ ਗਏ। ਸੋ ਇੰਨੀ ਕੁ ਸੇਵਾ ਪਰਿਵਾਰ ਪ੍ਰਵਾਨ ਕਰਨੀ, ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ, ਬਹੁਤ ਧੰਨਵਾਦ ਜਿਹੜੇ ਸਾਡੇ ਅੱਜ ਦੇ ਇਹ ਖਾਸ ਤੌਰ 'ਤੇ ਇੱਕ ਹਫ਼ਤੇ ਦੇ ਵਿੱਚ ਜੋ ਇਹਨਾਂ ਨੇ ਤਿਆਰੀ ਕੀਤੀ ਹੈ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਅਤੇ ਸਾਰੇ ਜਿੰਨੇ ਗਦਰੀ ਯੋਧੇ ਜਿਨ੍ਹਾਂ ਨੂੰ ਫਾਂਸੀ ਹੋਈ ਉਹਨਾਂ ਦੇ ਬਾਰੇ ਦੱਸਿਆ, ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਮਿਸਾਲ ਹੈ। ਬਹੁਤ ਵਧੀਆ ਢੰਗ ਨਾਲ, ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਇਹਨਾਂ ਨੇ ਇਹ ਰਚਨਾਵਾਂ ਸਾਂਝੀਆਂ ਕੀਤੀਆਂ। ਬਹੁਤ ਧੰਨਵਾਦ ਕਰਦੇ ਹਾਂ। ਹਿੰਦ ਵਾਸੀ ਉਹ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ, ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ ਸਾਨੂੰ ਦੇਖ ਕੇ ਨਹੀਂ ਘਬਰਾ ਜਾਣਾ, ਹਿੰਦ ਵਾਸੀ ਉਹ ਚਮਕਣਾ ਚੰਦ ਵਾਂਗੂ ਕਿਤੇ ਬੱਦਲਾਂ ਹੇਠ ਨਾ ਆ ਜਾਣਾ,
ਕਰਤਾਰ ਸਿੰਘ ਸਰਾਭਾ ਜਾਂਦਿਆਂ ਹੋਇਆਂ ਜੋ ਉਹਨਾਂ ਇਹ ਪੈਗਾਮ ਦਿੱਤਾ, ਇਹ ਰਚਨਾ ਜਿਹੜੀ ਹੈ ਬੜੀ ਮਕਬੂਲ ਹੈ। ਬਹੁਤ ਸਾਰੀਆਂ ਹੋਰ ਰਚਨਾਵਾਂ ਦੀ ਗੱਲਬਾਤ ਉਹ ਵੀ, ਅਤੇ ਅੱਜ ਦੇ ਜਿਹੜੇ ਰੈਲੇਵੈਂਸ ਇਹਨਾਂ ਦੀਆਂ ਕੁਰਬਾਨੀਆਂ ਦੀ, ਜਿਵੇਂ ਉਹਨਾਂ ਯੋਧਿਆਂ ਦੀ ਗੱਲ ਕਰਦੇ, ਇਹਨਾਂ ਨੇ ਕਿਹਾ ਸੀ ਸਾਡੇ ਮਗਰੋਂ ਇਹ ਜਿਹੜੀ ਜੰਗ ਠੰਡੀ ਨਾ ਪੈ ਜਾਏ, ਸੋ ਉਸ ਦਾ ਭਾਵ ਕੀ ਸੀ, ਉਸ ਦਾ ਭਾਵ ਕੀ ਸੀ, ਇਹ ਵੀ ਬੁਲਾਰੇ ਦੱਸਣਗੇ। ਸੋ ਮੈਂ ਸਭ ਤੋਂ ਪਹਿਲਾਂ ਸਾਡੇ ਮਾਨਯੋਗ MLA ਹੈਰੀ ਬੈਂਸ ਸਾਹਿਬ ਦਾ, ਮੈਂ ਸਮਝਦਾ ਗੁਰਪ੍ਰੀਤ ਮੁਸਕਰਾ ਰਿਹਾ ਸੀ, ਗੱਲ ਇਹ ਹੈ ਵੀ ਕਈ ਵਾਰ ਅਚਨਚੇਤੀ ਹੋ ਜਾਂਦਾ ਇਹ, ਜਦੋਂ ਵੀ ਕਦੇ ਮੌਕਾ ਆਇਆ, ਜਦੋਂ ਅਸੀਂ ਕੋਈ ਵੀ ਇਹੋ ਜਿਹਾ ਸਮਾਗਮ ਕੀਤਾ, ਚਾਹੇ ਉਹ ਦੇਸ਼ ਭਗਤਾਂ ਨੂੰ ਸਮਰਪਿਤ ਹੋਵੇ, ਹਮੇਸ਼ਾ ਅਗਵਾਈ ਦਿੰਦੇ ਨੇ, ਬਹੁਤ ਚੰਗੀ। ਹੈਰੀ ਬੈਂਸ ਸਾਹਿਬ ਜੀ ਇਹਨੂੰ ਜੀ ਸਵਾਗਤ ਕਰਦੇ ਹਾਂ, ਸਮਾਂ ਕੱਢਿਆ ਇਹਨਾਂ ਨੇ ਕਿਉਂਕਿ ਦੋ ਤਿੰਨ ਹੋਰ ਜਿਵੇਂ ਸਨ, ਸੋ ਪਹਿਲਾਂ ਇਹਨਾਂ ਨੂੰ ਅੱਜ ਇੱਥੇ ਸਮਾਂ ਦੇ ਕੇ ਉਸ ਤੋਂ ਬਾਅਦ ਬਾਕੀ ਬੁਲਾਰੇ। ਬੈਂਸ ਸਾਹਿਬ, ਪ੍ਰੋਫੈਸਰ ਸਾਹਿਬ ਜਿਹੜੇ ਪੋਲੀਟਿਕਸ ਵਿੱਚ ਆਉਂਦੇ ਹੋ, ਇੱਕ ਦਿਨ ਸਾਬਕਾ ਬਣੀ ਜਾਂਦੇ ਆ, ਉਹ ਟਾਈਮ ਦੀ ਗੱਲ ਆ। ਤੁਸੀਂ ਪਹਿਲਾਂ ਪ੍ਰੋਡਿਕਟ ਕਰ ਦਿੱਤਾ, ਇੱਕ ਦਿਨ ਇਹ ਆਉਣਾ, ਬਿਲਕੁਲ ਆਉਣਾ। ਸੋ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਆ ਕਿ ਤੁਸੀਂ ਇੱਥੇ ਮੈਨੂੰ ਬੁਲਾ ਕੇ ਮੌਕਾ ਦਿੱਤਾ ਕਿ ਮੈਂ ਆਪਣੇ ਸ਼ਬਦਾਂ ਦੇ ਨਾਲ ਪੰਜਾਬੀ ਸਾਹਿਤ ਸਭਾ, ਪ੍ਰੋਫੈਸਰ ਸਾਹਿਬ, ਗੁਰਪ੍ਰੀਤ, ਇਹਨਾਂ ਸਾਰਿਆਂ ਦਾ ਧੰਨਵਾਦ ਕਰ ਸਕਾਂ ਕਿ ਅਸੀਂ ਇਹੋ ਜਿਹੇ ਦਿਨ ਮਨਾਂ 'ਚੋਂ ਬਣਾਉਂਦੇ ਨਹੀਂ, ਅਸੀਂ ਉਹਨਾਂ ਸ਼ਖਸੀਅਤਾਂ ਨੂੰ ਯਾਦ ਰੱਖਦੇ ਹਾਂ ਜਿਨ੍ਹਾਂ ਕਰਕੇ ਅਸੀਂ ਅੱਜ ਦੁਨੀਆ ਦੇ ਵਿੱਚ ਤੁਰੇ ਫਿਰਦੇ ਹਾਂ, ਸਿਰ ਉੱਚਾ ਕਰਕੇ ਤੁਰੇ ਫਿਰਦੇ ਹਾਂ। ਆਜ਼ਾਦੀ ਦੀ ਗੱਲ ਇੱਕ ਸੀ, ਜਿਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਹੋਣਾਂ ਨੇ ਗੱਲ ਸ਼ੁਰੂ ਕੀਤੀ ਕਿ ਲਹਿਰ ਖਤਮ ਨਾ ਹੋਣ ਦਿਓ। ਅੱਜ ਉਹ ਲਹਿਰ ਖਤਮ ਹੋਈ ਨਹੀਂ, ਮੱਠੀ ਜ਼ਰੂਰ ਪੈ ਗਈ ਆ ਮੈਨੂੰ ਲੱਗਦਾ ਪਰਸਨਲੀ, ਕਿਉਂਕਿ ਅੱਜ ਵੀ ਸਟਰਗਲਸ ਉਹੋ ਜਿਹੀਆਂ ਚੱਲ ਰਹੀਆਂ। ਉਸ ਵੇਲੇ ਅੰਗਰੇਜ਼ਾਂ ਨੇ ਹਿੰਦੁਸਤਾਨੀਆਂ ਨੂੰ ਦਬਾਇਆ ਹੋਇਆ ਸੀ ਜ਼ਬਰਦਸਤੀ, ਅੱਜ ਵੀ ਚੰਗੇ ਭਲੇ ਇਨਸਾਨ, ਮਿਹਨਤ ਕਸ਼ ਲੋਕ ਉਹ ਦਬਾਏ ਜਾਂਦੇ ਆ, ਦੁਨੀਆ ਦੇ ਵਿੱਚ ਦਬਾਏ ਜਾਂਦੇ ਆ। ਜੇ ਅਸੀਂ ਆਪਣੀ ਗੱਲ ਕਰੀਏ, ਸਾਡੇ ਇੱਥੇ ਕਨੇਡਾ ਦੇ ਵਿੱਚ ਉਹ ਦਬਾਏ ਜਾਂਦੇ ਆ, ਸਾਡੇ ਆਪਣਿਆਂ ਦੇ ਹੱਥੋਂ ਦਬਾਏ ਜਾਂਦੇ ਆ। ਸੋ ਇਸ ਕਰਕੇ ਮੈਂ ਕਹਿੰਦਾ ਕਿ ਪਹਿਲੀ ਤਾਂ ਗੱਲ ਹੈ, ਜੇ ਅਸੀਂ ਕਰਤਾਰ ਸਿੰਘ ਸਰਾਭਾ ਬਾਰੇ ਗੱਲ ਕਰੀਏ ਕਿ ਇੰਨੀ ਛੋਟੀ ਉਮਰ ਦੇ ਵਿੱਚ ਔਰ ਸਿਰਫ ਇੰਨੇ ਛੋਟੇ ਟਾਈਮ ਦੇ ਵਿੱਚ, ਤੁਸੀਂ ਸੋਚ ਕੇ ਦੇਖੋ, ਕੋਈ 16 ਸਾਲ ਦਾ ਬੱਚਾ, ਅੱਜ ਆਪਣੇ ਬੱਚੇ ਸਾਰਿਆਂ ਦੇ ਘਰ ਕਿਸੇ ਦੇ 16 ਸਾਲ ਦੀ ਉਮਰ ਦੇ ਵਿੱਚ ਦੀ ਲੰਘਦੇ ਆ, 16 ਸਾਲ ਦੇ ਬੱਚੇ ਨੂੰ ਅਸੀਂ ਸਮਝਦੇ ਨਹੀਂ ਕਿ ਉਹ ਕੋਈ ਵੀ ਡਿਸੀਜ਼ਨ ਘਰ ਦੇ ਵਿੱਚ ਬਣਾ ਸਕੇ। ਉਹ ਸਿਰਫ 2.5 ਸਾਲਾਂ ਦੇ ਵਿੱਚ, 2.5 ਸਾਲਾਂ ਦੇ ਵਿੱਚ ਉਸ ਸਟਰਗਲ ਵਿੱਚ ਪਏ, ਸ਼ਹੀਦੀ ਦੇ ਗਏ। ਉਹ 2.5 ਸਾਲ ਜਿਹੜੇ ਆ ਇਸ ਉਮਰ ਦੇ ਵਿੱਚ ਤੁਹਾਨੂੰ ਸੋਚਣ ਲਈ ਮਜਬੂਰ ਕਰ ਦਿੰਦੇ, ਉਹਨਾਂ ਦੀ ਇੰਟਲੈਕਟ ਕਪੈਸਿਟੀ ਕਿੰਨੀ ਕੁ ਹੋਏਗੀ, ਉਹਨਾਂ ਦੀ ਡਿਟਰਮੀਨੇਸ਼ਨ ਕਿੰਨੀ ਹੋਏਗੀ। ਅੱਜ ਵੀ ਸਾਨੂੰ ਲੋੜ ਆ ਉਹਨਾਂ ਨੂੰ ਯਾਦ ਕਰਨ ਦੇ ਨਾਲ ਨਾਲ, ਅੱਜ ਵੀ ਅਸੀਂ ਉਤਸ਼ਾਹਿਤ ਕਰੀਏ ਆਪਣੇ ਵਿੱਚੋਂ ਹੀ ਕਿ ਸਾਡੇ 'ਚੋਂ ਵੀ ਕੋਈ ਇਹੋ ਜਿਹਾ ਇਨਸਾਨ ਬਣੇ, ਇੱਕ ਨਹੀਂ ਬਹੁਤ ਬਣਨ। ਅੱਜ ਤਾਂ ਲੜਾਈ ਬੜੀ ਸੌਖੀ ਹੈ, ਜ਼ਿਆਦਾ ਕਾਨੂੰਨ ਲੜਾਈ ਹੈ, ਤੁਹਾਨੂੰ ਘਰ ਬਾਰ ਛੱਡ ਕੇ ਹਿੰਦੁਸਤਾਨ ਜਾ ਕੇ ਗੋਲੀਆਂ ਮੂਹਰੇ ਖੜਨਾ ਨਹੀਂ ਪੈਣਾ, ਸਾਰਾ ਕੁਛ ਛੱਡ ਕੇ ਨਹੀਂ ਜਾਣਾ ਪੈਣਾ। ਗੋਲੀ ਨਹੀਂ ਚੱਲ ਰਹੀ, ਕਈ ਵਾਰੀ ਕਾਨੂੰਨੀ ਲੜਾਈ ਹੁੰਦੀ ਹੈ, ਕਈ ਵਾਰੀ ਕਿਸੇ ਨਾਲ ਦੇ ਨਾਲ ਧੱਕਾ ਹੋ ਰਿਹਾ, ਉਸ ਇਨਸਾਨ ਦੇ ਨਾਲ ਖੜ ਜਾਣਾ, ਸੱਚਾਈ ਬੋਲ ਦੇਣੀ, ਸੱਚ ਬੋਲ ਦੇਣਾ, ਉਹ ਹੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਉਹਦੇ ਨਾਲ ਵੀ ਦੁਨੀਆ ਚੇਂਜ ਹੋ ਜਾਂਦੀ ਹੈ। ਜੋ ਅਸੀਂ ਸਾਰੇ ਥੋੜ੍ਹਾ ਥੋੜ੍ਹਾ ਅਸੀਂ ਆਪਣਾ ਯੋਗਦਾਨ ਪਾਈਏ ਔਰ ਅਸੀਂ ਓਨੈਸਟਲੀ ਕਹਿ ਸਕੀਏ ਕਿ ਜਦੋਂ ਸਾਡੇ ਬੱਚੇ, ਜਦੋਂ ਅਸੀਂ ਰਿਟਾਇਰ ਹੋ ਗਏ ਜਾਂ ਅਸੀਂ ਆਪਣੇ ਘਰਾਂ 'ਚ ਬੈਠ ਕੇ ਕੰਮ ਕਰ ਨਹੀਂ ਛੱਡੇ, ਅਸੀਂ ਇਹੋ ਜਿਹੀਆਂ ਮੂਵਮੈਂਟ ਵਿੱਚ ਨਹੀਂ ਪੈਦਾ ਕੰਟੀਨਿਊ ਕਰ ਸਕਦੇ, ਤਾਂ ਅਸੀਂ ਕਹਿ ਸਕੀਏ ਵੀ ਆ ਜਿਹੜੀ ਨਵੀਂ ਜਨਰੇਸ਼ਨ ਪਿੱਛੇ ਛੱਡ ਕੇ ਚੱਲੇ ਹਾਂ, ਕਿ ਇਹਨਾਂ ਦੀ ਸੋਸਾਇਟੀ, ਇਹਨਾਂ ਦਾ ਦੇਸ਼ ਉਸ ਦੇਸ਼ ਨਾਲ, ਜਿਸ ਦੇਸ਼ ਨੂੰ ਅਸੀਂ ਆਪਣੇ ਪੇਰੈਂਟਸ ਤੋਂ ਲਿਆ ਸੀ, ਕੀ ਚੰਗਾ? ਇੰਨੇ ਕਹਿਣ ਜੋਗੇ ਜ਼ਰੂਰ ਹੋ ਜਾਈਏ, ਇੰਨਾ ਹੀ ਕਹਿ ਲਈਏ ਬਹੁਤ ਜ਼ਿਆਦਾ। ਚਾਹੇ ਤੁਸੀਂ ਇਨਵਾਇਰਮੈਂਟ ਮੂਵਮੈਂਟ ਚਲੇ ਜਾਓ, ਤੁਸੀਂ ਲੇਬਰ ਮੂਵਮੈਂਟ ਚਲੇ ਜਾਓ, ਤੁਸੀਂ ਕਿਸੇ ਹੋਰ ਮੂਵਮੈਂਟ ਵਿੱਚ ਚਲੇ ਜਾਓ, ਬੜੀਆਂ ਮੂਵਮੈਂਟ ਚੱਲ ਰਹੀਆਂ, ਇਕੁਆਲਿਟੀ ਦੀ ਮੂਵਮੈਂਟ ਚੱਲ ਰਹੀ ਆ ਕਿ ਕਿਸ ਤਰ੍ਹਾਂ ਜਾਤ ਪਾਤ ਜਾਂ ਰੰਗ ਦੇ ਨਾਂ 'ਤੇ ਜਾਂ ਇੱਕ ਦੂਜੇ ਦੇ ਜਿਹੜਾ ਦੇਸ਼ ਓਰੀਜਨ ਦੇਸ਼ ਉਹਦੇ ਬਾਰੇ ਕਿਸ ਤਰ੍ਹਾਂ ਵਿਤਕਰੇ ਹੋ ਰਹੇ ਆ, ਉਸ ਮੂਵਮੈਂਟ 'ਚ ਪੈ ਜਾਈਏ, ਕਿਸੇ ਮੂਵਮੈਂਟ 'ਚ ਪੈ ਜਾਈਏ, ਤਾਂ ਅਸੀਂ ਆਪਣੇ ਆਪ ਨੂੰ ਜ਼ਰੂਰ ਕਹਿ ਸਕਾਂ ਕਿ ਅਸੀਂ ਸਾਡਾ ਥੋੜ੍ਹਾ ਬੜਾ ਯੋਗਦਾਨ ਜਿਹੜਾ ਸੀ ਉਹਨਾਂ ਕਰਕੇ ਆਉਣ ਵਾਲੀ ਜਨਰੇਸ਼ਨ ਦਾ ਜਿਹੜਾ ਉਹ ਸਮਾਂ ਥੋੜ੍ਹਾ ਚੰਗਾ। ਸੋ ਇੰਨਾ ਮੈਂ ਕਹਿੰਦਾ ਹੋਇਆ
मेरा सिर झुक जाता उस एक इन्ने मैं उन्होंने अज की डेफिनेशन लीगली कहते बच्चा कहने 18 साल तो छोटे पर वो इन्ने महान काम कर गए इन्ने विद्वान भी लोग यहोजी गल नहीं सोच सकते जिहड़ा कि वो इस उम्र के सोच गए और यहोजा ना दे गए और इन्ने छोटे टाइम सो इत बहुत कुछ सीखने की लोड़ आ पर आओ प्रण करिए भी इतों निकल के असी जरूर आपो अपना थोड़ा वाल जिन्ना भी हो सकता अपना योगदान पाइए ताकि सोसायटी थोड़ी चेंज हो वधिया बने अगे वास्ते प्रोफेसर थोड़े पर बहुत बहुत धन्यवाद तो गुरप्रीत जी थोड़ा बहुत बहुत धन्यवाद थोड़ा सारे का बहुत बहुत धन्यवाद तुम आए हो इन्होंने हौसला अफजाई की आओ योजे काम जारी रखिए धन्यवाद बहुत बहुत मैं सिर्फ इस चीज़ का अफसोस है कि मोहरे अगे भी मैं पहला कमिट कर चुका सगा उन्हों का प्रोग्राम चल रहा सभी के बच्चे एक बजे वो भी यूथ वायलेंस की गल है योजी गल चल रही बड़ी इंपोर्टेंट आ सो मैं उन्होंने पहला प्रण कर चुका मैं आवागा उत्थे पर जो इसका पता लगा यह भी जरूर मैं छड़ नहीं सकता सो इतों होकर मैं उत्थे जाना पैना मैं माफ़ी सब तो सब तो चाहना धन्यवाद मेहरबानी जी बहुत शुक्रिया जी समा कढ़िया तुसी हरी साहब तो बहुत धन्यवादी हैं तुहाडी जिवें तुसी गल कीती है कि अज भी बिल्कुल जी तुहाडी ख्याल ते सोच वाले शख्सियत ही इत्थे मौजूद ने बहुत धन्यवाद जी अगेन तुहाडे रिजेवियां दा असी ख्याल रखते हैं प्रोग्राम दे विच जिथे साडे कोल बुलारे ने लेखक चिंतक बुद्धिजीवी मीडिया नाल संबंधित शख्सियत एजुकेशन नाल संबंधित उत्थे नालों नाल प्रोग्राम दे जिहड़े मुख पहलू ये हैं जिथे शहीद आजम करतार सिंह सराभा ते उन्हां दे साथियों की कुरबानी ते उसका इतिहास ते नालों नाल वर्तमान जिहड़े मौजूदा हालात ने उन्हां दे विचों दी लंघदिआं सवेर नूं जिथे असीं सराभे पिंड की गल करिए उन्हां समागमां की गल करिए हैरानी इस गल की है कि उन्होंने समागमों की जो नुमाइंदगी करने वाले वो लोग ने उत्थे जिन्होंने समागमों जाना वो लोग जा रहे हैं जिन्होंने करतार सिंह सराभा वर्गे योध्या की सोच नाल पूरी तरह खिलवाड़ किया हैरानी इस गल की है कि काबज वो लोग होए ने जिन्हां लोगों ने देश के दे वागडोर सांभी है वो मुकम्मल तौर पर उस सोच के बरखराफ ने जिन्हां हत्थां दे विच ताकत है वह हाथ हमेशा ही सराबे वर्गे योध्या दिया सोचा का चीर हरण करते ने तिरस्कार करते ने बलात्कार करते ने वो लोग इस वेले उन्हां योध्या के दिनों मनाने की अगवाई कर रहे हैं कि आस रखी जा सकती है सी आस बदलों से मेरे दाग धोणगे कालक सगुण होर भी चेहरे ते मल गए सो मेहरबानी करके चलते प्रोग्राम के दौरान खलल ना पाइए आप जरूर सुनिए गलबात जी सो मैं गुजारिश करदा इस तो पहला कि अगली गल होर आरंभिए सोहन सिंह पूनी जी साढ़े इतिहासकार ने उन्हां दी गल उन्हां दी लिखतां उन्होंने शहीद आजम करतार सिंह सराभा ते शताब्दी का जिहड़ा समागम है उस समागम के शताब्दी के मौके पर अज खास तौर पर शिरकत की है इस तो पहला सराभा नगर नाल संबंधित लोगों का प्रोग्राम सरी दे विच भी सी उत्थे हाजिरी लवाई सो ये अपने विचार साडे नाल सांझे करनगे समय की गल की पूनी साहब ने दरअसल बुलारे तो बहुत ने पर तुसी मुनासिब समय दे विच जिन्नी गलबात साडे समूह इत्थे मौजूद शख्सियतां नूं बुनियादी जानकारी मिल सके जरूर करो तो उस दे मुताबक ही करो उस तो बाद बाकी बुलारे अज दे इस प्रोग्राम दे विच असी उन्हां सारयां दे धन्नवादी हां जिहड़े वख-वख शहरां तो चल के आए ने सोहन सिंह जी पूनी इंडिया दे विच इस वेले शायद 3 बजे का समा होएगा बिल्कुल 100 साल पहला शहीद करतार सिंह सराभा ते उन्हां दे साथी अपनी आखिरी विदायगी लई तैयारी कर रहे होंगे 7 शहीद होए सी इस दिन शहीद करतार सिंह सराभा साढ़े अपने वैनकूवर के शहीद भाई जागत सिंह जिन्हों का पिछला पिंड सुर सिंह उस वक्त लाहौर जिला अजक तरन तारण उतों के सी तीसरे अमरीका तो इस बिश्नू गणेश पिंगले मराठा ब्राह्मण तो चौथे भाई हरनाम सिंह पट्टी गुराया हांगकॉन्ग तो सियालकोट डिस्ट्रिक्ट 3 जड़े सी
ਉਹ ਗਿੱਲ ਵਾਲੀ ਪਿੰਡ ਹੈ ਅੰਮ੍ਰਿਤਸਰ ਜ਼ਿਲ੍ਹੇ ਦਾ, ਉੱਥੋਂ ਦੇ ਸੀ ਬਖਸ਼ੀਸ਼ ਸਿੰਘ ਅਤੇ ਦੋ ਸਰੈਣ ਸਿੰਘ ਵੱਡਾ ਅਤੇ ਛੋਟਾ। ਸੋ ਮੈਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਪੰਜਾਬੀ ਸਹਿਤ ਸਭਾ ਮੁੱਢਲੀ ਹਮੇਸ਼ਾ ਹੀ ਅਜਿਹੇ ਮੌਕਿਆਂ ਉੱਤੇ ਸਮਾਗਮ ਕਰਦੇ ਰਹੇ ਨੇ, ਇਹਨਾਂ ਦਾ ਧੰਨਵਾਦੀ ਹਾਂ। ਸਰਾਭਾ ਜੁਲਾਈ 1912 ਦੇ ਵਿੱਚ ਅਮਰੀਕਾ ਵਿੱਚ ਪੜ੍ਹਨ ਆਇਆ ਸੀ, 16 ਸਾਲ ਦੀ ਉਮਰ। ਪੜ੍ਹਾਈ ਦੇ ਨਾਲ ਨਾਲ ਉਹ ਬਾਹਰ ਕੰਮ ਵੀ ਕਰਿਆ ਕਰਦੇ ਸੀ। ਕੰਮ ਕਰਦਿਆਂ ਉਹਨਾਂ ਨੂੰ ਵਿਤਕਰਿਆਂ ਦਾ ਸਾਹਮਣਾ ਕਰਨਾ ਪਿਆ, ਜਿਸ ਤਰ੍ਹਾਂ ਕਿ ਉਸ ਮੌਕੇ ਦੀਆਂ ਕਵਿਤਾਵਾਂ ਉਹਨਾਂ ਦੇ ਸ਼ਾਇਦ ਜਜ਼ਬਾਤਾਂ ਨੂੰ ਹੀ ਪ੍ਰਗਟ ਕਰਦੀਆਂ ਨੇ। ਲੋਕ ਆਖਦੇ ਨੀਚ ਗੁਲਾਮ ਹਿੰਦੀ, ਦਿੰਦੇ ਆਪਣੇ ਵਿੱਚ ਨਾ ਥਾਂ ਸਾਨੂੰ, ਕਾਲਾ ਦੇਖ ਗੁਲਾਮੀ ਦਾ ਦਾਗ ਮੱਥੇ, ਦਿੰਦੇ ਕੁੱਤਿਆਂ ਵਾਂਗ ਤਰਕਾਏ ਸਾਨੂੰ। ਇਸ ਕਿਸਮ ਦਾ ਵਰਤਾਅ ਹੋ ਰਿਹਾ ਸੀ। ਅਤੇ ਫਿਰ ਉਹ ਆਪਣੇ ਆਪ ਸਵਾਲ ਕਰਦੇ ਨੇ, ਸਾਰੀ ਖਲਕ ਖਦਾਏ ਬੇਦਾਰ ਬੈਠੀ, ਸੁੱਤਾ ਜਾਗਦਾ ਤੂੰ ਹਿੰਦੁਸਤਾਨ ਕਿਉਂ ਨਹੀਂ, ਕਾਲਾ ਚੋਰ ਆਖੇ ਸਾਰਾ ਜੱਗ ਸਾਨੂੰ, ਸੁਖੀ ਵਸਦੀ ਤੇਰੀ ਸੰਤਾਨ ਕਿਉਂ ਨਹੀਂ, ਕੁਲੀ ਕੁਲੀ ਪਕਾਰ ਦਾ ਜੱਗ ਸਾਨੂੰ, ਸਾਡਾ ਝੁੱਲ ਦਾ ਕਿਤੇ ਨਿਸ਼ਾਨ ਕਿਉਂ ਨਹੀਂ, ਸਾਡਾ ਇੱਜ਼ਤ ਮਾਣ ਕਿਉਂ ਨਹੀਂ ਦੁਨੀਆਂ ਦੇ ਉੱਤੇ। ਅਤੇ ਸਾਡਾ ਕਵੀ ਹੈ ਮੁਨਸ਼ਾ ਸਿੰਘ ਦੁਖੀ, ਉਹ ਸਮਝਾਉਂਦਾ, ਗੁੱਜੀ ਮਰਸ ਵਿੱਚੋਂ ਵਿੱਚ ਜ਼ੋਰ ਪਾਇਆ, ਸਾਰਾ ਹਿੰਦ ਹੀ ਦਿਸੇ ਬਿਮਾਰ ਸਾਨੂੰ, ਬੜੀ ਦੂਰ ਦਰਾਜ ਤੱਕ ਨਜ਼ਰ ਮਾਰੀ, ਲੱਭੀ ਮਰਜ਼ ਫਰੰਗੀ ਸਰਕਾਰ ਸਾਨੂੰ, ਆਹ ਬਿਮਾਰੀ ਲੱਭੀ ਆ ਫਰੰਗੀ ਸਰਕਾਰ ਗੁਲਾਮੀ, ਅਤੇ ਇਸ ਗੁਲਾਮੀ ਤੋਂ ਛੁਟਕਾਰਾ ਕਿਸ ਤਰ੍ਹਾਂ ਪਾਉਣਾ। ਸਿੱਖਾਂ ਦਾ ਇੱਕ ਟੋਲਾ ਹੈ ਅਮਰੀਕਾ ਦੇ ਵਿੱਚ ਵੀ, ਸਟੋਕਟਨ ਗੁਰਦੁਆਰੇ ਵਿੱਚ ਵੀ, ਵੈਨਕੂਵਰ ਗੁਰਦੁਆਰੇ ਦੇ ਵਿੱਚ ਵੀ, ਜਿਹੜਾ ਮਿੰਨਤਾਂ ਤਰਲਿਆਂ ਅਰਜ਼ੀਆਂ ਡੈਪੂਟੇਸ਼ਨਾਂ ਵਿੱਚ ਯਕੀਨ ਰੱਖਦਾ, ਉਹਨਾਂ ਦਾ ਕਹਿਣਾ ਕਿ ਅੰਗਰੇਜ਼ ਬੜੇ ਸੱਭਿਅਕ ਲੋਕ ਨੇ, ਇਹਨਾਂ ਕੋਲ ਫਰਿਆਦ ਲੈ ਕੇ ਜਾਓ, ਇਹ ਸਾਡੇ ਹੱਕ ਸਾਨੂੰ ਦੇ ਦੇਣਗੇ, ਸਾਨੂੰ ਪਰਿਵਾਰ ਮੰਗਵਾ ਸਕਣ ਲਈ ਇਜਾਜ਼ਤ ਦੇ ਦੇਣਗੇ। ਡੈਪੂਟੇਸ਼ਨ ਲੈ ਕੇ ਗਏ ਸੀ ਇੱਥੇ ਵੈਨਕੂਵਰੋਂ ਵੀ, 8 ਨਵੰਬਰ ਦਸੰਬਰ 1911 ਦੇ ਵਿੱਚ ਸਟੋਕਟਨ ਵਾਲਿਆਂ ਨੇ ਭੇਜਿਆ ਸੀ ਲਾਲਾ ਹਰਦਿਆਲ ਦੀ ਅਗਵਾਈ ਥੱਲੇ, ਖਾਲੀ ਹੱਥ ਮੁੜ ਕੇ ਅਸੀਂ ਕੁਛ ਨਹੀਂ ਸੀ ਮਿਲਿਆ। ਅਤੇ ਮੁਨਸ਼ਾ ਸਿੰਘ ਦੁਖੀ ਫਿਰ ਸਮਝਾਉਂਦਾ, ਕ੍ਰਿਸ਼ਨ ਵਰਮਾ ਜਾਂ ਵਿੱਚ ਫਰਾਂਸ ਬੈਠੇ, ਮੈਡਮ ਕਾਮਾਂ ਦਾ ਕਰੋ ਖਿਆਲ ਸਿੰਘੋ, ਇੱਥੇ ਉਹਦਾ ਇਸ਼ਾਰਾ ਗੁਜਰਾਤ ਦੇ ਇਨਕਲਾਬੀ ਕ੍ਰਿਸ਼ਨ ਵਰਮਾ ਅਤੇ ਮੈਡਮ ਕਾਮਾ ਮੁੰਬਈ ਤੋਂ ਸੀ, ਉਹਨਾਂ ਵੱਲ ਇਸ਼ਾਰਾ ਹੈ ਜਿਹੜੇ ਕਿ ਪੈਰਿਸ ਵਿੱਚ ਬੈਠੇ ਹਿੰਦੁਸਤਾਨ ਦੀ ਆਜ਼ਾਦੀ ਦੇ ਹਥਿਆਰ ਨਾਲ ਸੰਘਰਸ਼ ਦੀ ਗੱਲ ਕਰ ਰਹੇ ਸੀ। ਕ੍ਰਿਸ਼ਨ ਵਰਮਾ ਜਾਂ ਵਿੱਚ ਫਰਾਂਸ ਬੈਠੇ, ਮੈਡਮ ਕਾਮਾ ਦਾ ਕਰੋ ਖਿਆਲ ਸਿੰਘੋ, ਬੈਠੀ ਮੋਰਚੇ ਮੱਲ ਫਰਾਂਸ ਅੰਦਰ ਰਹੀ ਲੜ ਫਰੰਗੀਆਂ ਨਾਲ ਸਿੰਘੋ, ਡੈਪੂਟੇਸ਼ਨਾਂ ਕੁਝ ਨਾ ਖੋਬਣਾ ਦੇ ਹੱਥੀਂ ਪਕੜ ਲਓ ਤੇ ਅਤੇ ਟਾਲ ਸਿੰਘੋ। ਆਹ ਬਣੀ ਸੀ ਉਹਨਾਂ ਦੀ ਸੋਚ। ਉਹ ਮਹਿਸੂਸ ਕਰਨ ਲੱਗੇ ਸੀ ਕਿ ਮਿੰਨਤਾਂ ਤਰਲਿਆਂ ਨਾਲ, ਅਰਜ਼ੀਆਂ ਨਾਲ ਜਾਂ ਡੈਪੂਟੇਸ਼ਨਾਂ ਨਾਲ ਕੁਝ ਨਹੀਂ ਸੰਭਰਨਾ। ਉਹ ਸਿਰਟੇ ਉੱਤੇ ਪੁੱਜੇ ਸੀ ਕਿ ਹਿੰਦੁਸਤਾਨ ਦੇ ਲੋਕਾਂ ਦੇ ਦੁੱਖਾਂ ਤਕਲੀਫਾਂ ਦਾ ਜੋ ਅਸਲ ਕਾਰਨ ਹੈ, ਜੋ ਅਸਲ ਬਿਮਾਰੀ ਹੈ, ਉਹ ਹੈ ਹਿੰਦੁਸਤਾਨ ਦੀ ਗੁਲਾਮੀ। ਅਤੇ ਉਸ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ, ਅਰਥਾਤ ਆਜ਼ਾਦੀ ਪ੍ਰਾਪਤ ਕਰਨ ਲਈ ਇੱਕੋ ਇੱਕ ਰਾਹ ਹੈ, ਅਤੇ ਉਹ ਰਾਹ ਹੈ ਮੈਡਮ ਕਾਮਾ ਦਾ ਰਾਹ, ਗੁਰੂ ਗੋਬਿੰਦ ਸਿੰਘ ਦਾ ਰਾਹ, ਹਥਿਆਰ ਬਣੇ ਇਨਕਲਾਬ ਦਾ ਰਾਹ। ਵੈਸੇ ਵੀ ਉਹ ਸਿੱਖਾਂ ਦੇ ਮੁੰਡੇ ਸੀ, ਉਹਨਾਂ ਸਿੱਖੀ ਦੀ ਵੀ ਸਮਝ ਸੀ, ਉਹਨਾਂ ਗੁਰੂ ਤੇਗ ਬਹਾਦਰ ਯਾਦ ਆਉਂਦੇ ਸੀ, ਆਉਂਦੇ ਸਨ, ਜੋ ਕਹਿੰਦੇ ਨੇ ਬਲ ਹੁਆ ਬੰਧਨ ਛੂਟੇ, ਅਤੇ ਜਾਂ ਫਿਰ ਕੋ ਕਿਸੀ ਕੋ ਰਾਜ ਨਾ ਦੇ ਹੈ ਜੋ ਲੇ ਹੈ ਨਿਜ ਬਲ ਸੇ ਲੇ ਹੈ। ਅਤੇ ਇੱਥੇ ਅਮਰੀਕਾ ਕਨੇਡਾ ਵਿੱਚ ਰਹਿੰਦੇ, ਉਹ ਅਮਰੀਕਾ ਦੇ ਇਤਿਹਾਸ ਤੋਂ ਵੀ ਜਾਣੂ ਸਨ, ਉਹਨਾਂ ਨੂੰ ਪਤਾ ਸੀ ਕਿ ਅਮਰੀਕਾ ਵਾਲਿਆਂ ਨੇ ਵੀ ਆਜ਼ਾਦੀ ਹਥਿਆਰਾਂ ਦੇ ਜ਼ੋਰ ਲਈ ਜਾਂ ਮਿੰਨਤਾਂ ਤਰਲਿਆਂ ਨਾਲ ਨਹੀਂ ਲਈ। ਅਤੇ ਉਹਨਾਂ ਦੇ ਮਿੱਤਰ, ਉਹਨਾਂ ਦੇ ਦੋਸਤ ਕਵੀ ਸੀ ਜਿਹੜੇ ਸਾਡੇ ਕਨੇਡਾ ਅਮਰੀਕਾ ਦੇ, ਉਹ ਤਾਂ ਵਾਰ ਵਾਰ ਸਮਝਾਉਂਦੇ ਸੀ, ਕਦੇ ਮੰਗਿਆਂ ਮਿਣ ਆਜ਼ਾਦੀਆਂ ਨਾ ਹੁੰਦੇ ਤਰਲਿਆਂ ਨਾਲ, ਨਾ ਰਾਜ ਲੋਕੋ ਗੱਲਾਂ ਨਾਲ ਗੁਲਾਮੀ ਨਾ ਦੂਰ ਹੋਵੇ, ਸ਼ਾਂਤਮਈ ਨਾ ਕੋਈ ਇਲਾਜ ਲੋਕੋ, ਅਤੇ ਜਾਂ ਫਿਰ ਤਰਲੇ ਕਰਦਿਆਂ ਨਹੀਂ ਇਨਸਾਫ ਮਿਲਦਾ, ਜ਼ਾਲਮ ਬਾਦਸ਼ਾਹ ਨੀਚ ਬਦਖਾਰ ਕੋਲੋਂ, ਵੈਰੀ ਮਿੰਨਤਾਂ ਨਾਲ ਨਾ ਸੂਤਾਂ ਦਾ ਠੀਕ ਡਰੇਗਾ ਖੰਡੇਰੀ ਧਾਰ ਕੋਲੋਂ। ਆਹ ਬਣੀ ਸੀ ਉਹਨਾਂ ਦੀ ਸੋਚ। ਉਹ ਮਹਿਸੂਸ ਕਰਨ ਲੱਗੇ ਸਨ ਕਿ ਗੁਲਾਮੀ ਦੇ ਬੰਧਨ ਸਿਰਫ ਅਤੇ ਸਿਰਫ ਕਿਰਪਾਨ ਦੀ ਤੇ ਧਾਰ ਕਰ ਸਕਦੇ, ਕੁਛ ਨਹੀਂ। ਉਹ ਇਹ ਵੀ ਜਾਣ ਗਏ ਸਨ ਕਿ ਅੰਗਰੇਜ਼ ਸਾਮਰਾਜੀ ਸਿਰਫ ਅਤੇ ਸਿਰਫ ਖੜਕ ਦੇ ਖੰਡੇਰੀ ਭਾਸ਼ਾ ਸਨ, ਕੁਛ ਨਹੀਂ ਸਮਝਦੇ। ਇਸ ਕਰਕੇ, ਸਿਰਫ ਇਸ ਕਰਕੇ ਉਹਨਾਂ ਨੇ ਹਥਿਆਰ ਚੁੱਕਣ ਦਾ ਫੈਸਲਾ ਕੀਤਾ ਸੀ, ਗਦਰ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਸੀ। 2 ਜੂਨ 1913 ਨੂੰ ਓਰੇਗਨ ਸੂਬਾ ਹੈ ਜੋ ਵਾਸ਼ਿੰਗਟਨ ਦੇ ਨਾਲ ਹੈ, ਜਿੱਥੇ ਪੋਰਟਲੈਂਡ ਸ਼ਹਿਰ ਹੈ, ਪੋਰਟਲੈਂਡ ਤੋਂ 90 ਮੀਲ ਪੱਛਮ ਵਾਲੇ ਪਾਸੇ ਸਮੁੰਦਰ ਦੇ ਕੰਢੇ 'ਤੇ ਹੈ ਅਸਟੋਰੀਆ। ਉੱਥੇ ਆਪਣੇ ਕਾਮੇ ਮਿੱਲ ਵਿੱਚ ਕੰਮ ਕਰਦੇ ਸੀ।
ਜਿਹੜਾ ਕੋਲੰਬੀਆ ਰਿਵਰ ਦੇ ਕੰਢੇ ਉੱਤੇ ਬਹੁਤ ਸਾਰੀਆਂ ਮਿੱਲਾਂ ਸੀ ਜਿਹਨਾਂ ਵਿੱਚ ਕੰਮ ਕਰਦੇ ਸੀ। ਕਰਤਾਰ ਸਿੰਘ ਸਰਾਭਾ ਗਰਮੀਆਂ ਦੀਆਂ ਛੁੱਟੀਆਂ ਵਿੱਚ ਆਪਣੇ ਪੇਂਡੂ ਦੇ ਕੋਲ ਰੁੜੀਆ ਸਿੰਘ ਦੇ ਕੋਲ ਕੰਮ ਕਰਨ ਆਇਆ ਹੋਇਆ ਸੀ। ਉੱਥੇ ਗਦਰ ਪਾਰਟੀ ਬਣਾਈ ਗਈ ਸੀ। ਗਦਰ ਪਾਰਟੀ ਦੇ ਨਿਸ਼ਾਨੇ ਇਹ ਸੀ ਕਿ ਅਸੀਂ ਹਥਿਆਰਬੰਦ ਇਨਕਲਾਬ ਕਰਕੇ ਇੰਡੀਆ ਦੇ ਵਿੱਚ ਸੈਕੂਲਰ ਡੈਮੋਕ੍ਰੈਟਿਕ ਰਿਪਬਲਿਕ ਸਥਾਪਿਤ ਕਰਨਾ ਅਮਰੀਕਾ ਵਰਗਾ। ਪਰ ਇਹ ਗਦਰ ਅਖਬਾਰ ਵਿੱਚ ਲਿਖਿਆ ਹੋਇਆ, ਪਰ ਜਿਹੜਾ ਅਮਰੀਕਾ ਵਿੱਚ ਕਾਜ ਰਹਿ ਗਿਆ ਅਸੀਂ ਉਹ ਵੀ ਕੱਢਣਾ। ਕਾਜ ਡਿਫੈਕਟ ਨੁਕਸ ਕਮੀ, ਜਿਹੜਾ ਅਮਰੀਕਾ ਵਿੱਚ ਕਾਜ ਰਹਿ ਗਿਆ ਅਸੀਂ ਉਹ ਵੀ ਕੱਢਣਾ। ਅਸੀਂ ਅਮੀਰ ਗਰੀਬ ਦਾ ਪਾੜਾ ਨਹੀਂ ਛੱਡਣਾ। ਅਸੀਂ ਤਾਂ ਸੁਹਾਗਾ ਫੇਰਨਾ, ਸੁਹਾਗਾ ਲੋਹੇ ਦਾ ਸੁਹਾਗਾ, ਜਿਸ ਤਰ੍ਹਾਂ ਦਾ ਬੰਦਾ ਬਹਾਦਰ ਨੇ ਫੇਰਿਆ ਸੀ, ਸਤਿਯੁਗ ਵਰਤਾਉਣਾ ਅਸਾਂ। ਆਹ ਸੀ ਉਹਨਾਂ ਦਾ ਨਿਸ਼ਾਨਾ। ਅਤੇ ਗਦਰ ਪਾਰਟੀ ਵੱਲੋਂ ਲਏ ਫੈਸਲੇ ਅਨੁਸਾਰ ਉਹਨਾਂ ਨੇ ਸੈਨ ਫਰਾਂਸਿਸਕੋ ਦੇ ਵਿੱਚ ਗਦਰ ਆਸ਼ਰਮ ਸਥਾਪਿਤ ਕੀਤਾ, ਗਦਰ ਪਾਰਟੀ ਦਾ ਹੈੱਡਕੁਆਰਟਰ। ਅਤੇ ਉੱਥੋਂ 1 ਨਵੰਬਰ 1913 ਨੂੰ ਗਦਰ ਅਖਬਾਰ ਸ਼ੁਰੂ ਕੀਤਾ। ਹਫ਼ਤਾਵਾਰੀ ਅਖਬਾਰ ਸੀ, ਹੱਥ ਨਾਲ ਲਿਖਿਆ ਹੁੰਦਾ ਸੀ, 8 ਸਫ਼ਿਆਂ ਦਾ ਸੀ, ਪਹਿਲਾਂ ਉਰਦੂ ਵਿੱਚ ਅਤੇ ਬਾਅਦ ਵਿੱਚ 6 ਹਫ਼ਤੇ ਬਾਅਦ 9 ਦਸੰਬਰ 1913 ਨੂੰ ਪੰਜਾਬੀ ਵਿੱਚ, ਗੁਰਮੁਖੀ ਵਿੱਚ, ਬਾਅਦ ਦੇ ਵਿੱਚ ਹਿੰਦੀ ਵਿੱਚ ਵੀ ਕਦੀ ਕਦੀ ਸ਼ਬਦ ਸੀ, ਗੁਜਰਾਤੀ ਵਿੱਚ ਵੀ ਸ਼ਬਦ ਸੀ, ਪਸ਼ਤੋ ਵਿੱਚ ਵੀ ਸ਼ਬਦ ਸੀ, ਨੇਪਾਲੀ ਵਿੱਚ ਵੀ ਸ਼ਬਦ ਸੀ। ਥੋੜ੍ਹਾ 8 ਸਫ਼ਿਆਂ ਦਾ ਅਖਬਾਰ ਸੀ। ਉਹਦੇ ਵਿੱਚ ਪਹਿਲੇ 6 ਸਫ਼ੇ ਅਤੇ 8ਵਾਂ ਸਫ਼ਾ ਸੀ ਜਿਹੜਾ ਉਹ ਵਾਰਤਕ ਦੇ ਹੁੰਦੇ ਸੀ, ਅਤੇ 7ਵਾਂ ਸਫ਼ਾ ਕਵਿਤਾਵਾਂ ਦਾ ਹੁੰਦਾ ਸੀ। ਕਵਿਤਾਵਾਂ ਹਿੰਦੁਸਤਾਨ ਦੇ ਫੌਜੀਆਂ ਨੂੰ ਸੰਬੋਧਿਤ ਹੋ ਕੇ ਲਿਖੀਆਂ ਜਾਂਦੀਆਂ ਪੋਤੀਆਂ, ਕਿਉਂਕਿ ਉਹਨਾਂ ਦੀ ਮਦਦ ਨਾਲ ਉਹ ਇਨਕਲਾਬ ਕੀਤਾ ਚਾਹੁੰਦੇ ਸੀ। ਮੁੰਡੇ ਚੱਕ ਬੰਦੂਕ ਗੁਲਾਮ ਬਣ ਕੇ ਬਰਮਾ ਚੀਨ ਇਰਾਨ ਨੂੰ ਜਾਮਦੇ ਹੋ, ਪਿਆ ਆਪਣਾ ਮੁਲਕ ਗੁਲਾਮ ਵੀਰੋ ਕਿਉਂ ਨਾ ਆਪਣਾ ਮੁਲਕ ਛਡਾਉਂਦੇ ਹੋ। ਅਤੇ ਜਾਂ ਫਿਰ ਮੇਰੇ ਭੇਡ ਨਾ 11 ਰੁਪਏ ਉੱਤੋਂ ਤੁਸੀਂ ਕਮਲਿਓ ਮਰਦ ਕਹਾਮਦੇ ਹੋ, ਹਿੰਦੁਸਤਾਨ ਦੇ ਹੀਰਿਓ ਬਿਨਾਂ ਜੌਹਰੀ ਐਵੇਂ ਕੌਡੀਆਂ ਤੋਂ ਵਿਕੇ ਜਾਮਦੇ ਹੋ। ਤਾਨੇ ਮਾਰਦੇ ਉਹਨਾਂ ਨੂੰ, ਅਤੇ ਫਿਰ ਬੇਨਤੀ ਕਰਦੇ ਨੇ ਫੌਜਾਂ ਵਾਲੇ ਉਹ ਜ਼ਰਾ ਖਿਆਲ ਕਰਨਾ, ਦੇਖੋ ਨੌਕਰੀ ਛੱਡ ਛਤਾਉਣ ਵਾਲੀ, ਤੁਹਾਡੇ ਆਸਰੇ ਦੇਸ਼ ਆਜ਼ਾਦ ਕਰਨਾ, ਤੁਹਾਨੂੰ ਖਬਰ ਹੈ ਤੋਪ ਚਲਾਉਣ ਵਾਲੀ, ਸਾਡੇ ਵੀਰੋ ਸਾਡਾ ਸਾਥ ਦੇਵੋ, ਤੁਹਾਨੂੰ ਪਤਾ ਕਿ ਲੜਾਈ ਕਿਸ ਤਰ੍ਹਾਂ ਕਰਨੀ ਹੈ, ਤੁਹਾਡੀ ਮਦਦ ਦੇ ਨਾਲ ਅਸੀਂ ਅੰਗਰੇਜ਼ਾਂ ਨੂੰ ਹਿੰਦੁਸਤਾਨ 'ਚੋਂ ਬਾਹਰ ਕੱਢਣਾ ਹੈ। ਜਿਹੜਾ ਸਰਾਭਾ ਸੀ, ਜਦੋਂ ਪਹਿਲਾਂ ਅਖਬਾਰ ਸ਼ੁਰੂ ਕੀਤਾ ਗਿਆ, ਜਿਹੜਾ ਗਦਰ ਆਸ਼ਰਮ ਸੀ ਉਹਦੇ ਵਿੱਚ 3 ਬੰਦੇ ਸੀ ਸਭ ਤੋਂ ਪਹਿਲਾਂ, ਲਾਲਾ ਹਰਦਿਆਲ, ਰਘਵੀਰ ਦਿਆਲ ਗੁਪਤਾ ਜਿਹੜਾ ਕਿ ਉਰਦੂ ਵਿੱਚ ਲਿਖਦੇ ਸੀ ਅਤੇ ਪੰਜਾਬੀ ਦੇ ਵਿੱਚ ਜਿਹੜੀ ਕਿਤਾਬਤ ਕਰਦੇ ਸੀ ਲਿਖਦੇ ਸੀ ਉਹ ਕਰਤਾਰ ਸਿੰਘ ਸਰਾਭਾ ਸੀ। ਸੋ ਇਹ ਕੰਮ ਸੀ, ਪ੍ਰੈਸ ਉੱਤੇ ਕੰਮ ਕਰਦੇ ਥੱਕ ਜਾਂਦੇ ਸੀ, ਕਹਿੰਦੇ ਨੇ ਕਿ ਉਹ ਫਿਰ ਜਦੋਂ ਥੱਕ ਜਾਂਦੇ ਸੀ ਤਾਂ ਕਈ ਵਾਰ ਗਾਇਆ ਕਰਦੇ ਸੀ, ਸੇਵਾ ਦੇਸ਼ ਦੀ ਜ਼ਿੰਦਗੀ ਆ ਬੜੀ ਔਖੀ। ਅਤੇ ਜਿਹੜੀ ਉਹ ਪ੍ਰੈਸ ਆ ਜਿਹਦੇ ਉੱਤੇ ਉਹ ਛਾਪਿਆ ਕਰਦੇ ਸੀ ਅਖਬਾਰ, ਅੱਜ ਕੱਲ੍ਹ ਉਹ ਸਟੋਕਟਨ ਕੈਲੀਫੋਰਨੀਆ ਜਿਹੜਾ ਗੁਰਦੁਆਰਾ ਉੱਥੇ ਪਈ ਹੈ, ਜੇਕਰ ਤੁਹਾਨੂੰ ਮੌਕਾ ਮਿਲਦਾ ਜ਼ਰੂਰ ਦੇਖ ਕੇ ਆਇਓ, ਮਨ ਭਰ ਆਉਂਦਾ ਦੇਖ ਕੇ ਉਹ ਪ੍ਰੈਸ ਵਾਲਾ। ਗਦਰ ਪਾਰਟੀ ਵਾਲਿਆਂ ਨੂੰ ਇਹ ਤਾਂ ਪਤਾ ਸੀ ਕਿ ਇੰਗਲੈਂਡ ਦੀ ਅਤੇ ਜਰਮਨੀ ਦੀ ਆਪੋ ਵਿੱਚ ਲੜਾਈ ਹੋਣੀ ਆ, ਪਰ ਉਹ ਸੋਚਦੇ ਸੀ ਕਿ ਲੜਾਈ ਸ਼ਾਇਦ 8-10 ਸਾਲ ਠਹਿਰ ਕੇ ਲੱਗੇਗੀ, ਉਦੋਂ ਤੱਕ ਅਸੀਂ ਤਿਆਰੀ ਕਰ ਲਾਂਗੇ, ਜਥੇਬੰਦ ਹੋ ਲਾਂਗੇ। ਪਰ ਗਦਰ ਅਖਬਾਰ ਨੂੰ ਨਿਕਲਦਿਆਂ ਹਾਲਾਂ ਸਿਰਫ 8 ਮਹੀਨੇ ਹੋਏ ਸੀ ਜਦੋਂ ਫਸਟ ਵਰਲਡ ਵਾਰ ਸ਼ੁਰੂ ਹੋ ਗਈ 4 ਅਗਸਤ 1913 ਨੂੰ। ਤਿਆਰੀ ਨਹੀਂ ਸੀ, ਪਰ ਦੁਸ਼ਮਣ ਨੂੰ ਫਸਿਆ ਦੇਖ ਕੇ ਉਹਨਾਂ ਨੇ ਇਨਕਲਾਬ ਕਰਨ ਦਾ, ਗਦਰ ਕਰਨ ਦਾ ਸੱਦਾ ਦੇ ਦਿੱਤਾ, ਚਲੋ ਚੱਲੀਏ ਦੇਸ਼ ਨੂੰ ਯੁੱਧ ਕਰਨੇ, ਇਹੋ ਆਖਰੀ ਬਚਨ ਫਰਮਾਨ ਹੋ ਗਏ, ਜੰਗੀ ਪੜਤਲਾਂ ਬਹੁਤ ਨੇ, ਦੇਸ਼ ਅੰਦਰ ਲੜਸਨ ਖੂਬ, ਜਦ ਉਹਨਾਂ ਨੂੰ ਗਿਆਨ ਹੋ ਗਿਆ ਸਾਡੇ ਵੀਰ ਸਾਡੇ ਰਿਸ਼ਤੇਦਾਰ ਫੌਜਾਂ ਵਿੱਚ ਨੇ, ਉਹਨਾਂ ਨੂੰ ਸਮਝਾਵਾਂਗੇ ਸਾਡਾ ਸਾਥ ਦੇਣਗੇ। ਅਜੇ ਬਾਕੀ ਤਿਆਰੀ ਕਰ ਰਹੇ, ਸਰਾਭਾ ਸਭ ਤੋਂ ਪਹਿਲਾਂ ਅਗਸਤ ਦੇ ਵਿੱਚ ਚਲਾ ਗਿਆ, ਲੰਕਾ ਰਾਹੀਂ ਪਹੁੰਚਿਆ, ਬਾਅਦ ਵਿੱਚ ਦੂਸਰੇ ਗਦਰੀ ਗਏ। ਬਹੁਤ ਸਾਰੇ ਗਦਰੀ ਜਿਹੜੇ ਸੀ ਉਹ ਤਾਂ ਜਹਾਜ਼ਾਂ ਤੋਂ ਉੱਤਰਦੇ ਹੀ ਪਕੜ ਲਏ ਗਏ, ਖਾਸ ਤੌਰ 'ਤੇ ਉਹ ਜਿਹੜੇ ਕਲਕੱਤੇ ਗਏ। ਜਿੰਨੀ ਵੀ ਲੀਡਰਸ਼ਿਪ ਸੀ ਉਹ ਤਕਰੀਬਨ ਤਕਰੀਬਨ ਸਾਰੀ ਦੀ ਸਾਰੀ ਜਹਾਜ਼ਾਂ ਤੋਂ ਉੱਤਰਦੇ ਹੀ ਪਕੜ ਲਏ ਗਏ ਸੀ। ਸੋ ਇਸੇ ਕਰਕੇ ਜੋ ਕਮਾਂਡ ਸੀ ਸਾਰੀ ਗਦਰ ਦੀ ਉਹ ਕਰਤਾਰ ਸਿੰਘ ਸਰਾਭੇ ਦੇ ਹੱਥ ਆਏ, ਕਰਤਾਰ ਸਿੰਘ ਸਰਾਭੇ ਨੇ ਅਗਵਾਈ ਦਿੱਤੀ ਉਸ ਮੌਕੇ ਦੇ ਉੱਤੇ। ਉਹ ਸੋਚਦੇ ਸੀ ਕਿ ਹਿੰਦੁਸਤਾਨ ਦੇ ਲੋਕ ਸਾਡਾ ਸਾਥ ਦੇਣਗੇ, ਪਰ ਹਿੰਦੁਸਤਾਨ ਵਿੱਚ ਤਾਂ ਕੁਛ ਹੋਰ ਹੀ ਵਾਪਰ ਰਿਹਾ ਸੀ।
गांधी जी गए से अफरीका तो जनवरी 1915 इन्होंने जाद्या ने हिंदुस्तान के लोगों ने कहा कि ये जो लोग अमरीका कनेडा तो आए हैं मूर्ख लोग ने इन्हों का साथ ना देवो अंग्रेज़ों की फौज में भर्ती होवो शांति का देवता जरा कहता कि शांति का मैं बहुत अलंबरदार हाँ वो हिंदुस्तान के लोगों को यह कह रहा कि फौज में भर्ती होवो जर्मन मारो तो आप मरो खून बहाओ वह भी हिंदुस्तान ले नहीं अंग्रेज़ साम्राज्यों के साढ़े पंजाब के तीनों ही फिरके हिंदू मुसलमान सिख उन्हां दी सारी लीडरशिप अंग्रेज़ों की झोली चुक सी पिंडां दे चौकीदार नंबरदार सफेद पोश जैलदार जगीरदार सरदार सब बूट चट रहे सी पत्ता पत्ता बैरी सी पर करतार सिंह ते उहदे साथियों ने हौसला ना हारिया हर मोड़ ते सलीबां जगतार का शेर है डॉक्टर जगतार हर मोड़ ते सलीबां हर पैर ते हनेरा फिर भी असी रुके ना साडा भी देख जेरा करतार सिंह सराबे ने साथ सारी कमांड सांभी बंगालियां दे नाल राबता कायम किया रास बिहारी बोह दिन करतार सिंह सराबा आप छौनिया दे विच गया उस उम्र के बच्चे बच्चे कितने अपने पिंड तो थोड़ी दूर भेज दो रास्ता भर जाएगा लेकिन वह मेरठ आगरा इलाहाबाद लखनऊ बनारस इन छौनिया के बच्चे गया कला छौनिया तक पहुँचा नहीं उत्थे फौजियों के नाल गल की उन्होंने इस गल मनाया कि उन्हारा साथ देंगे गदर दे विच पैसा नहीं सी हथियारों की लोड़ सी मजबूरी बस डाके मारने पे मजबूरी बस साने वाले डाका मारिया कुछ हिंदुस्तानी भी नाल जो उत्थों दे गद्दी से भी नाल लाए उन्होंने कुछ क्रिमिनल अंश भी होंगे कई बार तो उन्हें उस घर की कुड़ी उसकी बांह फड़ ली करतार सिंह सराबा की छाती ते पिस्तौल रख के कहन लगा कि दुष्ट बंदे तू इस कुड़ी तो माफ़ी मांग इन भैन कह तो तेन बख्शांगा नहीं तेन हमने गोली मार देनी मैं क्योंकि इतिहास का विद्यार्थी हाँ मैं बहुत समा इस गल मनकर्त समझदा रहा क्योंकि इस तरह गल् आखिर अपने असी नायकों के नाल जोड़ लेंगे हाँ पर जो मैं मुकदमे मेरी नकल देख रहा सा लाहौर कंस्पीरेसी केस की वोद जोड़े वादा मुआफ गवाह बने हुए ने जो सरकारी गवाह बने हुए ने उन्होंने बयान ने एक घटना वापरी है सो इस किस्म की शख्सियत सी उस शख्स की गदर का दिन मिथ्या गया लाहौर की जी छाउन सी मियाँ मीर तो फिरोजपुर की छाउनी सी जी इतों शुरुआत करनी सी जो मियाँ मीर की छाउनी सी लाहौर वाली उत्थे जो माझे के गदरी सन उन्होंने पहुँचना दुआबे और मालवे के गदरिया ने फिरोजपुर छाउनी पहुँचना सी 19 फरवरी की रात को छाउनी के बहुत सारे फौजी जोड़े से ऑलरेडी मिले हुए सी देखो जो फौजी मिले हुए थे किसी ने पता नहीं मेरे अपने बंगिया का एक कोल पेंडिया कलेर उत्थों का बंदा सी फुम्मन सिंह साढ़े बंगिया में किसी भी नहीं पता है इसी तरह होर फौजियों बारे भी किसी नहीं पता है कि किस किसान कुर्बानियां की उन्होंने लेकिन गौरमेंट को सरकार को पता लग चुका है जिहड़ियां नाल रलियां हुई फौजां उन्होंने हथियार रखा लै गए ने करतार सिंह सराबा अंदर जाता बाकी बाहर खड़े ने 80 बंदे तकरीबन संत रणधीर सिंह उन्होंने जथे के मैंबर भी ने 25 तो 2 बजे कोई 1:30 बजे वापस आता कहता कि नहीं गल नहीं बनी हैगी जो साढ़े साथी से वो ऑलरेडी उन्होंने गिरफ्तार किया जा चुका हथियार रखा लै गए ने सो जिस तरह मैं मालवे के गदरी कह पे मालवे के गदरी से एक कविता वो मैं 4-17 थोड़ा साझिया कर लिया एक उत्तम सिंह हांस है जो लुधियाने का पिंड है ईश्वर सिंह टुड्डी के दा है अर्जन सिंह खुखराणा है सो उन्होंने जिक्र आता मैं ता जिक्र कर रहा एक गांधा सिंह है कच्चरपन जीरा तहसील डिस्ट्रिक्ट फिरोजपुर के जो वापस आते हैं तो कविया नाल बैठा हरभजन सिंह चिमिंडा वोदिया सत्र बेच आप सत्र ने गांधा सिंह दे परे पिस्तौल रह गए खंजर किरचा विच म्यान रह गए उत्तम सिंह दे हथ दे आटोमैटिक खड़के कड़के ना चुप चाप रह गए ईश्वर सिंह दे परे रिवॉल्वर भी कर कुछ ना सके बेजुबान रह गए
अर्जुन वीर भी बुकल दे बच्चे छुपे अकाल प्रसाद दे दान रह गए। सो गदर फेल हो गया, गिरफ्तारियां होनी शुरू हो गई, लेकिन करतार सिंह सराबा अपने साथियों साढ़े वैनकूवर वाले जग सिंह सुर सिंह वाले ये तो हरनाम सिंह टुंडीला कोटला नॉर्थ सिंह डिस्ट्रिक्ट हुशियारपुर ये तीनों लाहौर तो निकल के पेशावर वाले पासे चले जाते हैं, लेकिन उत्थे बैठे ने तो बैठे बैठे कविता गाउन लग पैंदा है भगत अपने करतार सिंह सराबा बनी सिर शेरां दे की जाना भज गए। तो उस वक्त फिर वह कहते नहीं भजना नहीं वापस जाना है, मुड़ के फिर तो जथेबंद करांगे अपने साथियों छुड़ावांगे। फिर वापस आ जाते हैं सरगोधे दे लागे घोड़े पाले जाते हैं बाईवीं कवैलरी दे उत्थे जग सिंह का साथी ही रजिंदर सिंह को जाते हैं हथियार लैन लई, लेकिन वह अगे गंडी पिंड का गंडी सिंह आ तरन तारण तहसील का जिले का उन्होंने दस दिता वो अगर अपने सीओ नूं दस दिता गल मुकी कि उत्थे उन्होंने गिरफ्तार कर लिया जाता हाथे दे बच्चे बैठे जो बार बच्चे पुराने होंगे से ना मकान बड़ा चौड़ा उन्होंने दारा बगलाया होंगे सी कच्चिया कंधा होंगे सी उहदे बच्चे बैठे सी। तो ये जी मुकदमेरी नकल है उहदे बच्च इह जिक्र है कि जिस वेले उन्होंने पकड़िया गया तो करतार सिंह सराबा जिहड़ा सी इह लोकां नूं कवितावां सुना रहा सी गदर दीआं गूंजां चों, तो इन्हां नूं पकड़ के लिआंदा गया लाहौर स्टेशन ते लिआंदा गया अद्धी रात सी। बाकी जिहड़े गदरी पकड़े जांदे सी तां आम तौर ते देसी पुलिस जिहड़े अपने बंदे हुंदे सी उहे सी, लेकिन पंजाब दा जो डिप्टी इंस्पैक्टर जनरल सी उह आप पहुंचा होया सी, टॉम कैनो दा नां सी। तो लाहौर स्टेशन दे उत्ते जदों लिआ के उहनां ने बेड़ियां पाईआं होईआं हत्थीं हथकड़ियां लाईआं होईआं ते करतार सिंह सराबे शख्सियत देखो कहिंदा मिस्टर टॉमकिन वी आर हंगरी कैन यू गैट अस सम फूड प्लीज़। उन्होंने टॉमकिन कहिंदा फूड लैके आ साडे लई भुखे हाँ। इस किस्म का निरपै जेल दे विच मुकदमा चलाया जांदा 26 अप्रैल 1915 नूं शुरू होया 13 सितंबर 1915 नूं उहदा फैसला दित्ता गया। जिहड़े जज ने वह लिखते हैं करतार सिंह सराबे बारे अगेन उसे मुकदमे की नकल चों कह रहे हैं कहिंदे इस साजिश वह गदर लहर की गल करते हैं इस साजिश का कोई ऐसा पक्ष नहीं ना अमरीका विच ना जहाज उत्ते ना इंडिया दे विच जिहदे विच करतार सिंह सराबे ने हिस्सा ना लिया वे लीडर दे तौर ते इह मुकदमे दे विच है। करतार सिंह सराबे ने कोई डिफेंस की कोशिश ना की मन्निया कि हाँ मैं सारा कुछ किया। पहले दिन उन्होंने जजा ने बयान नोट करने ना करती कहते सर करतार सिंह तैनू पता इहदा की मतलब है तैनू फांसी हो सकती है सोच के दे बयान कर दूँ। अगले दिन भी वह बयान दिते गए। सो जो फैसला सुनाया गया 24 गदरियां नूं फांसी का हुक्म सुनाया गया 27 नूं उम्र कैद 6 नूं कट। हाहाकार मच गए सारे हिंदुस्तान दे विच। डिफेंस ऑफ इंडिया का एक्ट बनाया गया उसके अंडर मुकदमा चलिया कि अपील नहीं सी हो सकती। जो करतार सिंह सराबे उन्होंने पकड़िया गया ना वो तो एक हफ्ता पहला कोई 27 फरवरी 1915 अडवायर ने एक मीटिंग की थी पंजाब के लेफ्टिनेंट गवर्नर ने लाहौर के गवर्नमेंट हाउस के उन्हें सिख सरदारा क्योंकि सिख जड़े से ये बरतानवी फौज की रीढ़ की हड्डी समझे जाते सी फस्ट वर्ल्ड वार चल रही थी इस करके खम नाराज नहीं सी किया जा सकता। अडवायर ने सिख सरदारा सारी लीडरशिप में सद्या उत्थे लाहौर दे विच पुछिया कि किस तरह किया जाए। अडवायर अपनी किताब च लिखदा इंडिया एज ए न्यू एट विच कहिंदा मैं हुण तक 3200 बंदा आया सी उहदे विचों 200 बंदे जेलां च बंद किए 700 बंदा बाहर पिंडां दे विच जू बंद किया होया सी। जदों कहिंदा सिख सरदारा नूं पुछिया टपूसियां मार मार के कहिंदा एक दूजे तों अगे हो के मैनूं कहिंदे सारे अंदर ठोक उंज गल नहीं बणी। इह साडा रोल सी साडे सिख सरदारा दा उस मौके दे सिख लीडरशिप दा। सो अडवायर ने एक होर सरदार होया गज्जन सिंह गरेवाल गुरनाम सिंह चीफ जस्टिस दा चाचा ये पंजाब लैजिस्लेटिव काउंसल दा मैंबर सी इन्हें अडवायर ने सलाह दी कहिंदा समरी ट्रायल ना करो गल लंबी पै जाएगी लोग जाग उठणगे छेती तो छेती करके समरी ट्रायल करके इन्हां नूं फांसी सुनाओ फिर गल बणनी आ। सो इस बिना दे उत्ते अडवायर ने
ਹਿੰਦੁਸਤਾਨ ਦੇ ਵਾਇਸ ਰਾਏ ਲਾਰਡ ਹਾਰਡਿੰਗ ਤੋਂ ਡਿਫੈਂਸ ਆਫ ਇੰਡੀਆ ਐਕਟ ਪਾਸ ਕਰਵਾ ਲਿਆ ਗਿਆ ਸੀ, ਜਿਹਦੇ ਅੰਡਰ ਇਹ ਮੁਕੱਦਮਾ ਚੱਲਿਆ, ਜਿਹਦੀ ਕਿਤੇ ਵੀ ਅਪੀਲ ਨਹੀਂ ਸੀ ਹੋ ਸਕਦੀ, ਜੇਲ੍ਹ ਦੇ ਵਿੱਚ ਹੀ ਮੁਕੱਦਮਾ ਚੱਲਿਆ ਸੀ। ਸੋ ਜਿਹੜੇ 24 ਗੱਦੀ ਜਿਹਨਾਂ ਫਾਂਸੀ ਹੋਈ ਸੀ, ਹਾਹਾਕਾਰ ਮੱਚ ਗਈ। ਐਕਚੁਲੀ ਜਿਹੜੇ ਕਲਕੱਤੇ ਦੇ ਵਕੀਲ ਸੀ, ਉਹਨਾਂ ਨੇ ਨੁਕਤਾ ਫੜ ਲਿਆ ਸੀ ਕਿ ਇਹ ਗਲਤ ਸਜ਼ਾ ਦਿੱਤੀ ਗਈ ਆ, ਉਹ ਬਦਨਾਮ ਕਰਨ ਲਈ ਤਿਆਰ ਬੈਠੇ ਸੀ ਬ੍ਰਿਟਿਸ਼ ਗੌਰਮੈਂਟ ਨੂੰ, ਕਿਉਂਕਿ ਜਿਹਨਾਂ ਲੋਕਾਂ ਨੂੰ ਜਹਾਜ਼ਾਂ ਤੋਂ ਉਤਰਦਿਆਂ ਨੂੰ ਫੜ ਲਿਆ ਗਿਆ ਸੀ, ਉਹਨਾਂ ਨੂੰ ਵੀ ਫਾਂਸੀ ਦੇ ਦਿੱਤੀ ਗਈ ਸੀ, ਸੋਹਣ ਸਿੰਘ ਪਖਨੇ ਵਰਗਿਆਂ ਨੂੰ। ਸੋ ਲਾਰਡ ਹਾਰਡਿੰਗ ਨੇ ਆਪ ਲਾਹੌਰ ਪਹੁੰਚ ਕੇ 24 ਦੇ ਵਿੱਚੋਂ 17 ਦੀ ਜਿਹੜੀ ਫਾਂਸੀ ਦੀ ਸਜ਼ਾ ਸੀ ਤੋੜ ਕੇ ਉਮਰ ਕੈਦ ਵਿੱਚ ਬਦਲਦੀ ਸੀ। ਸੋ 7 ਬੰਦੇ ਸੀ ਜਿਹੜੇ ਕਿ ਫਾਂਸੀ ਚਾੜੇ ਗਏ ਸੀ। ਸੋ ਜਿਹੜੇ ਫਾਂਸੀ ਚਾੜੇ ਗਏ ਸੀ, ਉਹ ਵੀ ਦੇਖਣ ਵਾਲੀ ਗੱਲ ਹੈ ਕਿ ਚੰਗੇ ਹੱਸਦੇ ਵੱਸਦੇ ਕਿਸ ਤਰ੍ਹਾਂ ਪਹੁੰਚ ਗਏ ਇੰਡੀਆ ਦੇ ਵਿੱਚ। ਜਦੋਂ ਭਾਈ ਪਰਮਾ ਨੇ ਕਰਤਾਰ ਸਿੰਘ ਸਰਾਭੇ ਨੂੰ ਪੁੱਛਦਾ ਕਿ ਸਰਾਭੇ ਆ, ਤੂੰ ਤਾਂ ਚੰਗਾ ਭਲਾ ਸੀ, ਅਮੀਰ ਘਰ ਦਾ ਮੁੰਡਾ ਸੀ, ਪੜ੍ਹਦਾ ਸੀ, ਤੂੰ ਕਿੱਥੇ ਆ ਗਿਆ? ਤਾਂ ਕਰਤਾਰ ਸਿੰਘ ਸਰਾਭਾ ਕਹਿਣ ਲੱਗਾ, ਕਹਿੰਦਾ ਭਾਈ ਸਾਹਿਬ, ਮਰਨ ਮੈਂ ਉਸ ਜੀਨ ਦੇ ਨਾਲੋਂ ਮੈਂ ਮਰ ਜਾਣਾ 1000 ਦਰਜੇ ਬਿਹਤਰ ਸਮਝਦਾ ਹੈਗਾ। ਸੋ ਇਸ ਕਿਸਮ ਦਾ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਇੱਥੇ ਨਸਲਵਾਦ ਸੀ, ਉਹਨੇ ਇਸ ਕਿਸਮ ਦੀ ਸਪਿਰਟ ਪੈਦਾ ਕੀਤੀ ਸੀ। ਅਤੇ ਬਾਕੀ ਕਵਿਤਾਵਾਂ ਸੀ ਜਿਹੜੀਆਂ ਜੋਸ਼ ਭਰਦੀਆਂ ਸੀ ਉਹਨਾਂ ਦੇ ਵਿੱਚ, ਚਲੋ ਚੱਲ ਫਰੰਗ ਦੇ ਕਰੋ ਟੋਟੇ, ਕਰੋ ਗੰਨਿਆਂ ਵਾਂਗ ਗਨੇਰੀਆਂ ਨੂੰ, ਛਿੱਤਰ ਮਾਰ ਕੇ ਦੇਸ਼ ਤੋਂ ਕੱਢ ਦਈਏ, ਮੁੜ ਕੇ ਕਦੇ ਨਾ ਪਾਉਣਗੇ ਫੇਰੀਆਂ ਨੂੰ। ਅਤੇ ਜਾਂ ਫਿਰ ਉੱਠੋ ਸ਼ੇਰ ਮਰਦੋ, ਤੱਕ ਰਹੇ ਹੋ ਕੀ, ਝੱਟ ਫੜ ਲਓ ਇਹਨਾਂ ਫਰੰਗੀਆਂ ਨੂੰ, ਕਾਹਨੂੰ ਰੱਖੀਆਂ ਹਨ ਮਿਆਨ ਅੰਦਰ, ਹੱਥ ਪਾ ਲਵੋ ਤੇਗਾਂ ਨੰਗੀਆਂ। ਖੂਨ ਖੌਲਦਾ ਸੀ ਉਹਨਾਂ ਨਾਲ ਸੁਣ ਸੁਣ ਕੇ, ਜਦੋਂ ਆਪਾਂ ਬਾਬੇ ਕਹਿੰਦੇ ਉਸ ਵੇਲੇ 25-25-30-30 ਸਾਲ ਦੇ ਗੱਭਰੂ ਸੀ ਉਹ। ਸੋ ਇਹ ਗੱਲ ਸੀ ਜਿਹੜੀ ਉਹਨਾਂ ਨੂੰ ਮਰਨ ਲਈ ਤਿਆਰ ਕਰਦੀ ਸੀ। ਉਹਨਾਂ ਦੀ ਵਿਰਾਸਤ ਬਾਰੇ ਗੱਲ ਕਰਨੀ ਚਾਹਾਂਗਾ ਬਿਲਕੁਲ ਸੰਖੇਪ। ਮੈਂ ਇੱਕ ਉਹਨਾਂ ਦੀ ਵਿਰਾਸਤ ਬਾਰੇ ਲੇਖ ਲਿਖਿਆ ਸੀ, ਉਹਦੇ ਵਿੱਚ 2 ਪਹਿਰੇ ਸਾਂਝੇ ਕਰਨਾ ਚਾਹਾਂਗਾ ਤੁਹਾਡੇ ਨਾਲ। ਇੱਕ ਤਾਂ ਇਹ ਆ ਕਰਤਾਰ ਸਿੰਘ ਸਰਾਭੇ ਹੋਰਾਂ ਬਾਰੇ, ਉਹਦੇ ਸਾਥੀਆਂ ਬਾਰੇ, ਹਿੰਦੁਸਤਾਨ ਦੀ ਆਜ਼ਾਦੀ ਲਈ ਉਹ ਗੱਲਾਂ ਬਾਤਾਂ ਨਾਲ ਹੀ ਨਹੀਂ ਬਲਕਿ ਹੱਥਾਂ ਵਿੱਚ ਹਥਿਆਰ ਫੜ ਕੇ ਖੜ੍ਹੇ ਹੋਏ। ਉਹਨਾਂ ਉਸ ਵਕਤ ਹਿੰਦੁਸਤਾਨ ਦੀ ਆਜ਼ਾਦੀ ਲਈ ਯੁੱਧ ਕੀਤਾ ਜਦੋਂ ਸਾਰੇ ਦਾ ਸਾਰਾ ਹਿੰਦੁਸਤਾਨ ਗੁਲਾਮੀ ਦੀਆਂ ਜੰਜੀਰਾਂ ਨੂੰ ਛਾਤੀ ਨਾਲ ਲਾਈ ਕੂਕ ਸੁੱਤਾ ਪਿਆ ਸੀ, ਅਤੇ ਉਹਦੇ ਵੱਡੇ ਵੱਡੇ ਨੇਤਾ ਨਿੱਕਿਆਂ ਨਿੱਕਿਆਂ ਸਰਦਾਰਾਂ ਲਈ ਅੰਗਰੇਜ਼ ਤੋਂ ਭੀਖ ਮੰਗਦੇ ਫਿਰਦੇ ਸਨ। ਹਿੰਦੁਸਤਾਨ ਦੀ ਆਜ਼ਾਦੀ ਲਈ ਲੜਨਾ ਤਾਂ ਦੂਰ ਦੀ ਗੱਲ ਰਹੀ, ਉਹ ਹਿੰਦੁਸਤਾਨ ਲਈ ਸੰਪੂਰਨ ਆਜ਼ਾਦੀ ਮੰਗਣ ਦਾ ਹੌਸਲਾ ਤੱਕ ਨਹੀਂ ਸੀ ਕਰ ਸਕਦੇ। ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਸਾਡੀ ਵੱਡੀ ਕੌਮੀ ਪਾਰਟੀ ਆ ਕਾਂਗਰਸ, ਇਹਨੇ 1929 ਦਸੰਬਰ ਦੇ ਵਿੱਚ ਜਾ ਕੇ ਸੰਪੂਰਨ ਆਜ਼ਾਦੀ ਮੰਗੀ ਸੀ। ਪਹਿਲਾਂ ਡੋਮੀਨੀਅਨ ਸਟੇਟਸ ਮੰਗਦੇ ਸੀ, ਜਿਸ ਤਰ੍ਹਾਂ ਦਾ ਕੈਨੇਡਾ, ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਨੂੰ ਸੀ ਕਿ ਗੋਰੇ ਤੁਸੀਂ ਵੀ ਰਹੀ, ਚਲੋ ਸਾਨੂੰ ਵੀ ਥੋੜ੍ਹੇ ਬਹੁਤ ਹੱਕ ਦੇ ਦਿਓ, ਆਹ ਮੰਗਦੇ ਸੀ। ਉਹ ਵੀ ਭਗਤ ਸਿੰਘ ਤੋਂ ਡਰਦਿਆਂ ਨੇ ਮੰਗਿਆ ਸੀ ਬਾਅਦ ਦੇ ਵਿੱਚ, ਕਿਉਂਕਿ ਉਸ ਵੇਲੇ ਭਗਤ ਸਿੰਘ ਜਿਹੜਾ ਸੀ ਉਹ ਲਾਹੌਰ ਨੈਸ਼ਨਲ ਅਸੈਂਬਲੀ ਦੇ ਵਿੱਚ ਬੰਬ ਸੁੱਟ ਚੁੱਕਾ ਸੀ ਅਪ੍ਰੈਲ 1929 ਦੇ ਵਿੱਚ, ਅਤੇ ਜਦੋਂ ਫਿਰ ਭਗਤ ਸਿੰਘ ਬਹੁਤ ਹਰਮਨ ਪਿਆਰਾ ਹੋ ਰਿਹਾ ਸੀ। ਅਤੇ ਦੂਸਰਾ ਪਹਿਰਾ ਜਿਹੜਾ, ਮੈਂ ਮੱਥੀ ਜੀ 4th ਦਾ ਵਿਦਿਆਰਥੀ ਸਾਂ, ਮੇਰਾ ਪਿੰਡ ਹੈ ਭਗਤ ਸਿੰਘ ਸ਼ਹੀਦ ਦੇ ਪਿੰਡ ਦੇ ਨਾਲ, ਉੱਥੇ ਕਾਨਫਰੰਸ ਹੋਇਆ ਕਰਦੀ ਸੀ 23 ਮਾਰਚ ਨੂੰ। ਜੋਗਿੰਦਰ ਬਾਹਰ ਲੱਗ ਪੰਜਾਬ ਦਾ ਬੜਾ ਵੱਡਾ ਨਾਟਕਕਾਰ ਹੋਇਆ, ਉਹ ਨਾਟਕ ਖੇਡ ਰਿਹਾ ਸੀ, ਅਤੇ ਉਹਦੇ ਵਿੱਚ ਜਿਹੜੇ ਸਤਲੁਜ ਦੇ ਕੰਢੇ 'ਤੇ ਮੀਟਿੰਗ ਕਰ ਰਹੇ ਨੇ ਗਦਰੀ, ਅਤੇ ਜਿਹੜੀ ਆਵਾਜ਼ ਉਹ ਸਤਲੁਜ ਦੇ ਪਾਣੀ ਨੂੰ ਪੁੱਛਦੀ ਆ, ਮੈਨੂੰ ਅੱਧੀ ਲਾਈਨ 'ਚ ਇਹ ਕੌਣ ਪਰਾਹੁਣੇ ਆਏ, ਸਿਰਫ ਇੰਨੀ ਮੈਨੂੰ ਯਾਦ ਆ, ਜਿਹੜੀ ਹਵਾ ਆ ਉਹ ਪੁੱਛਦੀ ਸਤਲੁਜ ਦੇ ਪਾਣੀ, ਉਹ ਕੌਣ ਬੰਦੇ ਨੇ ਜਿਹੜੇ ਪਰਾਹੁਣੇ ਆਏ ਤੇਰੇ ਕੰਢਿਆਂ 'ਤੇ। ਸੋ ਉਹ ਤਾਂ ਪ੍ਰਭਾਵਿਤ ਹੋ ਕੇ ਕਿ ਮੈਂ ਕੁਛ ਲਾਈਨਾਂ ਲਿਖੀਆਂ ਆਪਣੇ ਲੇਖ ਦੇ ਵਿੱਚ, ਗਦਰੀਆਂ ਸਤਲੁਜ ਦੇ ਕੰਢਿਆਂ 'ਤੇ ਬੈਠ ਚਾਨਣੀਆਂ ਰਾਤਾਂ ਵਿੱਚ ਮੀਟਿੰਗਾਂ ਕੀਤੀਆਂ ਸੀ, ਇਨ ਖਲਾਵਲੇ ਵਿਚਾਰਾਂ ਕੀਤੀਆਂ ਸੀ, ਗਦਰ ਦੀਆਂ ਗੁੰਝਾਂ 'ਚੋਂ ਕਵਿਤਾਵਾਂ ਪੜ੍ਹੀਆਂ ਸੀ, ਅਤੇ ਉਹਨਾਂ ਦੀਆਂ ਗੱਲਾਂ ਸੁਣ ਸੁਣ, ਉਹਨਾਂ ਦੀਆਂ ਕਵਿਤਾਵਾਂ ਸੁਣ ਸੁਣ, ਸਤਲੁਜ ਦਾ ਪਾਣੀ ਬਾਗੀ ਹੋ ਗਿਆ ਸੀ, ਇਨਕਲਾਬੀ ਹੋ ਗਿਆ ਸੀ, ਸੰਗਰਾਮੀ ਹੋ ਗਿਆ ਸੀ, ਅਤੇ ਜਿਸ ਜਿਸ ਖੇਤ ਨੂੰ ਸਿੰਜਿਆ ਸੀ ਉਸ ਸਤਲੁਜ ਦੇ ਪਾਣੀਆਂ, ਉੱਥੇ ਬੱਬਰ ਪੈਦਾ ਹੋ ਗਏ ਸਨ, ਭਗਤ ਸਿੰਘ ਜੰਮਪੇ ਸਨ, ਨਕਸਲੀ ਹੋ ਗਏ ਸਨ, ਹਿੰਦੁਸਤਾਨ ਦੀ ਆਜ਼ਾਦੀ ਅਤੇ ਹਿੰਦੁਸਤਾਨ ਦੇ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਲਈ ਜੂਝਣ ਵਾਲੇ ਯੋਧੇ ਪੈਦਾ ਹੋ ਗਏ ਸਨ। ਸੋ ਇਹ ਸੀ ਵਿਰਸਾ ਕਰਤਾਰ ਸਿੰਘ ਸਰਾਭੇ ਅਤੇ ਉਹਦੇ ਸਾਥੀਆਂ ਦਾ। ਅਖੀਰ ਦੇ ਉੱਤੇ ਮੈਨੂੰ ਪਤਾ ਟਾਈਮ ਦੀ ਬਹੁਤ ਸ਼ੋਰਟੇਜ ਹੈ, ਮੈਂ ਬਹੁਤ ਕੱਢ ਰਿਹਾ ਪਿੱਛੋਂ, ਸਿਰਫ ਮੈਂ ਆਖਰੀ ਗੱਲਾਂ ਕਰਤਾਰ ਸਿੰਘ ਸਰਾਭੇ ਦਾ ਸੁਪਨਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਹਿੰਦੁਸਤਾਨ ਦੇ ਵਿੱਚ ਕਿਸ ਤਰ੍ਹਾਂ ਦਾ ਨਿਜ਼ਾਮ ਚਾਹੁੰਦੇ ਸੀ। ਬਾਗ ਹਿੰਦ ਦਾ ਟਹਿਕਦਾ ਲੱਗੇ ਸੋਹਣਾ, ਆਵੇ ਮਹਿਕ 'ਤੇ ਖਿੜੀ ਗੁਲਜ਼ਾਰ ਹੋਵੇ, ਫਿਰਨ
ਮਾਣ ਦੇ ਬਾਗ ਵਿੱਚ ਰੰਗ ਰਲੀਆਂ ਸਿਰੋਂ ਲੱਥਾ ਗੁਲਾਮੀ ਦਾ ਭਾਰ ਹੋਵੇ, ਉੱਚ ਨੀਚ ਦਾ ਸਵਾਲ ਨਾ ਛਿੜੇ ਕਿਧਰੇ। ਤਾਲੀ ਵੱਲ ਧਿਆਨ ਦੇਣਾ ਜੀ, ਸੋਸ਼ਲ ਇਕੁਐਲਿਟੀ ਅਤੇ ਇਕਨੋਮਿਕ ਇਕੁਐਲਿਟੀ ਦੀ ਗੱਲ ਹੋ ਰਹੀ ਹੈ। ਉੱਚ ਨੀਚ ਦਾ ਸਵਾਲ ਨਾ ਛਿੜੇ ਕਿਧਰੇ, ਮਿਲਦਾ ਸਭ ਦੇ ਤਾਂ ਹੀ ਰੁਜ਼ਗਾਰ ਹੋਵੇ, ਹੱਕ ਹੋਵੇ ਇੱਕੋ ਜਿਹਾ ਸਾਰਿਆਂ ਦਾ, ਠਾਠਾ ਮਾਰਦਾ ਪ੍ਰੇਮ ਪਿਆਰ ਹੋਵੇ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪਰਮਾਰ ਜੀ। ਜਿਸ ਤਰ੍ਹਾਂ ਪੁਨੀ ਸਾਹਿਬ ਨੇ, ਇਹ ਵੀ ਇੱਕ ਖਾਸੀਅਤ ਹੁੰਦੀ ਹੈ ਮੇਜ਼ਬਾਨ ਸਾਡੇ ਜਿੰਨੇ ਵੀ ਲੇਖਕ ਨੇ ਪਿੱਛੇ ਦੇਖੀਏ ਸਾਡੀ ਸਭਾ ਦੇ, ਤਕਰੀਬਨ ਸਾਰੇ ਦੇ ਸਾਰੇ ਇਹਨਾਂ ਨੇ ਇਹੀ ਫੈਸਲਾ ਕੀਤਾ ਕਿ ਅੱਜ ਜਿਹੜੇ ਬਾਹਰੋਂ ਆਈਆਂ ਸ਼ਖਸੀਅਤਾਂ ਨੇ ਅਸੀਂ ਉਹਨਾਂ ਨੂੰ ਸੁਣੀਏ ਅਤੇ ਉਹਨਾਂ ਦੇ ਵਿਚਾਰ ਜਾਣੀਏ, ਕਿਉਂਕਿ ਸ਼ਤਾਬਦੀ ਸਮਾਗਮ ਇੰਨੀ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ 100ਵੇਂ ਵਰ੍ਹੇਗੰਢ ਦਾ ਸਮਾਗਮ ਐਬਸਪੋਰਟ ਦੇ ਵਿੱਚ ਇਸ ਜਗ੍ਹਾ 'ਤੇ ਹੋ ਰਿਹਾ ਅਤੇ ਆਪ ਸਾਰੇ ਇੱਥੇ ਮੌਜੂਦ ਹੋ, ਇਹੀ ਬਹੁਤ ਵੱਡੀ ਪ੍ਰਾਪਤੀ ਹੈ। ਸੋ ਬੀਬੀ ਪਰਵਿੰਦਰ ਕੌਰ ਜੀ ਸਵੈਜ, ਦਰਅਸਲ ਜਿਵੇਂ ਤੁਸੀਂ ਇਤਿਹਾਸ ਦਾ ਸਾਰਾ ਵਿਸਥਾਰਪੂਰਵਕ ਵੇਰਵਾ ਸੁਣਿਆ, ਉਸੇ ਇਤਿਹਾਸ ਦੇ ਵਿੱਚ ਜਿਹੜੀ ਵਿਰਾਸਤ ਦੀ ਗੱਲ ਹੈ ਜਿਵੇਂ ਪੁਨੀ ਸਾਹਿਬ ਨੇ ਕੀਤੀ, ਉਸ ਵਿਰਾਸਤ ਦੇ ਵਿੱਚ ਅਸੀਂ ਕਿੱਥੇ ਖੜ੍ਹੇ ਹਾਂ, ਅਤੇ ਜਿਹੜੇ ਲੋਕਾਂ ਨੂੰ ਰਾਜ ਪ੍ਰਬੰਧ ਮਿਲਿਆ, ਕੀ ਅੱਜ ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ ਨਾਲ ਜਿਹੜੇ ਫਾਂਸੀ 'ਤੇ ਲਟਕਣ ਵਾਲੇ ਯੋਧੇ ਸਨ ਉਹਨਾਂ ਦੇ ਸਾਹਮਣੇ ਇਹ ਤਸਵੀਰ ਰੱਖੀ ਜਾਏ, ਕੀ ਉਹ ਇਸ ਗੱਲ ਨੂੰ ਤਸਲੀਮ ਕਰਨਗੇ, ਕਬੂਲ ਕਰਨਗੇ, ਮੰਨਣਗੇ ਕਿ ਇਹੋ ਜਿਹੇ ਨਿਜ਼ਾਮ ਦੇ ਵਾਸਤੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਸਨ। ਸੋ ਇਹਦਾ ਨਿਰਣਾ ਤੁਸੀਂ ਅਸੀਂ ਸਾਰਿਆਂ ਨੇ ਕਰਨਾ। ਇਹ ਸ਼ਤਾਬਦੀਆਂ ਮਨਾਉਣ ਦਾ ਮਕਸਦ ਕੇਵਲ ਇਹ ਨਹੀਂ ਹੁੰਦਾ ਕਿ ਉਸ ਸਮੇਂ ਦੀ ਸਥਿਤੀ ਅਤੇ ਇਤਿਹਾਸ ਨੂੰ ਵਿਚਾਰ ਕੇ ਉੱਥੇ ਹੀ ਛੱਡ ਦਿੱਤਾ ਜਾਵੇ, ਇਸ ਦੀ ਅਗਲੀ ਸਟੇਜ ਇਹ ਹੁੰਦੀ ਹੈ ਕਿ ਅੱਜ ਦੇ ਸਮੇਂ ਅਸੀਂ ਕੀ ਕਰ ਰਹੇ ਹਾਂ ਅਤੇ ਜਿਨ੍ਹਾਂ ਮਕਸਦ ਦੇ ਵਾਸਤੇ ਕੁਰਬਾਨੀਆਂ ਦਿੱਤੀਆਂ ਸਨ ਉਹ ਪੂਰੇ ਹੋਏ ਵੀ ਨੇ ਜਾਂ ਨਹੀਂ। ਭੈਣ ਜੀ ਪਰਵਿੰਦਰ ਕੌਰ ਜੀ ਸਵੈਚ, ਜਿਨ੍ਹਾਂ ਖੂਨ ਦੇ ਨਾਲ ਸਾਡੇ ਬਾਗ ਸਿੰਜੇ ਉਹ ਮਾਲੀ ਨਹੀਂ ਦਿਲੋਂ ਭੁਲਾਉਣ ਵਾਲੇ, ਜਿਹੜੇ ਅੱਗ ਨਾਲ ਖੇਡਦੇ ਵਿਦਾ ਹੋਏ, ਪੌਣਾ ਸੰਗ ਤਰਾਨੇ ਜੋ ਗਾਉਣ ਵਾਲੇ, ਜੇਲ੍ਹਾਂ ਫਾਂਸੀਆਂ ਪਿੰਜਰੇ ਕਾਲੇ ਪਾਣੀ, ਜਿਹੜਾ ਫਾਂਸੀਆਂ ਪਿੰਜਰੇ ਕਾਲੇ ਪਾਣੀ, ਜਿਹੜੇ ਜੂਝਦੇ ਰਹੇ ਅਤੇ ਹੱਸਦੇ ਰਹੇ, ਜਿਹੜੇ ਗੁੜਤੀ ਗਦਰ ਦੀ ਲੈ ਜੰਮੇ, ਜਿਹੜੇ ਤੇਗਾਂ ਦੀ ਧਾਰ 'ਤੇ ਨੱਚਦੇ ਰਹੇ, ਤਨ ਮਨ ਧਨ ਜਿੰਨਾ ਗਦਰ ਦੀ ਭੇਟ ਕੀਤਾ, ਜਿਹੜੇ ਗਦਰ ਦੇ ਲਈ ਕੁਰਬਾਨ ਹੋ ਗਏ, ਮੇਲੇ ਉਹਨਾਂ ਦੀ ਯਾਦ ਵਿੱਚ ਲੱਗਦੇ ਨੇ ਜਿਹੜੇ ਗਦਰ ਦੇ ਅਮਰ ਨਿਸ਼ਾਨ ਹੋ ਗਏ, ਜਿਹੜੇ ਗਦਰ ਦੇ ਅਮਰ ਨਿਸ਼ਾਨ। ਸਹਿਸਭਾ ਮੁੱਢਲੀ ਰੈਡੀਕਲ ਦੇਸੀ ਅਤੇ ਮਹਿਕ ਪੰਜਾਬ ਦੀ ਦੇ ਵੀਰਾਂ ਨੂੰ, ਭੈਣਾਂ ਨੂੰ, ਇਸ ਸੰਸਥਾਵਾਂ ਨੂੰ ਮੈਂ ਵਧਾਈ ਦਿੰਦੀ ਹਾਂ, ਕਿਉਂਕਿ ਇਹ ਸਾਡੇ ਕੋਲ ਜਿਹੜੇ ਮੌਕੇ ਨੇ ਅਸੀਂ ਉਹਨਾਂ ਨੂੰ ਸਾਂਭ ਲਿਆ, ਇਹਨਾਂ ਨੇ ਸਾਂਭ ਲਿਆ, ਕਿਉਂਕਿ ਅਸੀਂ ਬਹੁਤੀ ਵਾਰ ਇਹੋ ਜਿਹੀਆਂ ਗੱਲਾਂ ਨੂੰ ਅਣਗੌਲੀਆਂ ਕਰ ਦਿੰਦੇ ਹਾਂ ਅਤੇ ਉਹ ਜਦੋਂ ਸਾਡੇ ਹੱਥ ਦੇ ਵਿੱਚੋਂ ਸਮਾਂ ਨਿਕਲ ਜਾਂਦਾ ਉਹ ਤੋਂ ਬਾਅਦ ਅਸੀਂ ਸੋਚਦੇ ਹਾਂ ਵੀ ਜੇ ਇਹ ਸਮੇਂ ਨੂੰ ਅਸੀਂ ਸਾਂਭ ਲਿਆ ਹੁੰਦਾ ਜਾਂ ਇਸ ਨੂੰ ਗੱਲ ਕਰ ਲਈ ਹੁੰਦੀ ਤਾਂ ਚੰਗੀ ਗੱਲ ਹੋਣੀ ਸੀ। ਸੋ ਮੈਂ ਇਹਨਾਂ ਦੀ ਬਹੁਤ ਬਹੁਤ ਧੰਨਵਾਦੀ ਹਾਂ ਕਿ ਇਹ ਕਰਤਾਰ ਸਿੰਘ ਸਰਾਭੇ ਉਹਨਾਂ ਦਾ 100 ਸਾਲਾ ਉਹਨਾਂ ਨੂੰ ਸ਼ਰਧਾਂਜਲੀ ਅਸੀਂ ਦੇ ਰਹੇ ਹਾਂ। ਉਸ ਸ਼ਰਧਾਂਜਲੀ ਦੇ ਵਿੱਚ ਅਸੀਂ ਸਿਰਫ ਇਹੀ ਨਹੀਂ ਵੀ ਉਹਨਾਂ ਨੇ ਉਸ ਸਮੇਂ ਕੀ ਕੀਤਾ, ਮੈਨੂੰ ਇਦਾਂ ਲੱਗਦਾ ਵੀ ਸਾਨੂੰ ਇਹ ਸੋਚਣ ਦੀ ਲੋੜ ਹੈ ਵੀ ਅਸੀਂ ਉਹਨਾਂ ਨੂੰ ਪੜ੍ਹ ਕੇ, ਉਹਨਾਂ ਨੂੰ ਦੇਖ ਕੇ, ਉਹਨਾਂ ਦੀ ਹਿਸਟਰੀ ਬਹੁਤ ਵਧੀਆ ਲੱਗਦੀ ਹੈ ਬਹੁਤ। ਮੇਰਾ ਖਿਆਲ ਹੈ ਜਦੋਂ ਤੁਸੀਂ ਹਿਸਟਰੀ ਨੂੰ ਪੜ੍ਹਦੇ ਜਾਂਦੇ ਹੋ ਤੁਸੀਂ ਬਹੁਤ ਵਾਰੀ ਰੋਂਦੇ ਹੋ, ਬਹੁਤ ਵਾਰੀ ਹੱਸਦੇ ਹੋ, ਬਹੁਤ ਵਾਰੀ ਕਿੰਨੀਆਂ ਨਿੱਕੀਆਂ ਨਿੱਕੀਆਂ ਗੱਲਾਂ ਵੀ ਕਿੰਨਾ ਉਹਨਾਂ ਦਾ ਕੀ ਹੋਇਆ। ਪਰ ਅਸੀਂ ਇਹ ਦੇਖਣਾ ਵੀ ਅਸੀਂ ਆਪਣੇ ਬੱਚਿਆਂ ਦੇ ਲਈ, ਅਸੀਂ ਆਪਣੇ ਭਵਿੱਖ ਦੇ ਲਈ ਹਿਸਟਰੀ ਅੱਜ ਬਣਾਉਣੀ ਹੈ, ਸਾਨੂੰ ਇਹ ਗੱਲ ਸੋਚਣੀ ਪਊਗੀ। ਅਸੀਂ ਉਹ ਹਿਸਟਰੀ ਨੂੰ ਪੜ੍ਹ ਕੇ ਇੱਕ ਸਿਰਫ ਆਪਣਾ ਇੰਜੋਏ ਨਹੀਂ ਕਰਨਾ, ਅਸੀਂ ਇਹ ਦੇਖਣਾ ਵੀ ਅਸੀਂ ਇਹੋ ਜਿਹੀ ਹਿਸਟਰੀ ਬਣਾ ਦਈਏ ਜਿਹੜੀ 1908 ਦੇ ਵਿੱਚ ਇੱਥੇ ਪਰਿਵਾਰਾਂ ਨੂੰ ਸੱਦਣ ਦੇ ਲਈ ਜਿਹੜੇ ਲਾ ਬਣੇ ਸੀ ਉਹ ਸਾਡੇ ਗਦਰੀ ਬਾਬਿਆਂ ਨੇ ਉਸ ਸਮੇਂ ਇੱਥੇ ਕਿੰਨੇ ਕਿੰਨੇ ਸਾਲਾਂ ਦੇ ਲਈ ਲੜਾਈਆਂ ਕੀਤੀਆਂ, ਉਹ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਕਿੰਨਾ ਉਹਨਾਂ ਨੇ
लड़ाइया लड़िया के जिदे बिचों उन्होंने सानू ये हक लैके दते भी असी आ सारे परिवार जिहड़े इत्थे अज बैठे हाँ। ये गल सानू सोचण वाली आ। इस गल नू ये भी देखना पऊगा अज जे साडे ते बिल C-24 है जां बिल C-51 वर्गे आ रहे ने वो क्यों आ रहे ने, की असी उहदे ते उंगल कर रहे हैं जां नहीं, असी शांत बैठे हाँ। साढ़े बच्चों ने कदे सानू नहीं याद करना जे असी अज किसी भी गल ते बोलते नहीं। घट्टो घट सानू इस गल का पता तो हो गल्लां की ने, सानू ये गल्लां सोचनिया पैणगियां। ए फिर जिहड़ी उन्हां दियां गल्लां सी की उन्हां दी दिशा है सीधी आ रही है जिहड़ी उन्होंने लिखी सी, ये भी इतिहास बचाउण नू साढ़े फर्ज ने। किते ये तो नहीं भी गदरी बाबयां दी निरपक्ष सोच नू कोई सिरकू सोचना अपना रहा, कोई उन्होंने जिहड़ी वह कहिंदे सी जातां धर्मां ते अपने इलाकियां तो उपर उठ के जिहड़ी उन्होंने सारी मनुखता की गल की आ, कि ये तो नहीं भी असी उहदे विच वंडियां पैंदियां देख रहे हैं। असी भी उन्ने ही कसूरवार होवांगे जे असी अज उन्हां दियां टुटदियां हुई रवायतां नूं, असी जे साडे सामने सारा कुछ हो रहा, जे असी अज इंडिया दे विच ये देख रहे हैं जे फिरकू जिहड़ियां धर्मां दे नां ते गुरु ग्रंथ साहब के पत्रे खिलार के जिहड़ियां सियासतां खेडियां जा रही ने, जां हिंदुआं दे नाल हो रही ने, जां दलितां दे नाल हो रही ने, जां मुसलमानां नूं इक इस गल ते भी उह किसी भी इंसान का अपना हक है, उसकी अपनी जमीर है, जे उन्हें कुछ भी खाना है तो उसकी मर्जी है। जे अज उन्हू उस भी इन्हें जी गऊ नू मार के मीट खाधा तो उन्होंने वढ़ के वढ़ दिता जाता, जां आदिवासियों के नाल उन्होंने जर जमीन है जिहड़ी वह खोही जा रही है, कि असी उन्हां गल्लां तो अवेयर है। साड़ी अज की सोच मैं बहुता समा नहीं लेना चाहती, मैं सिर्फ ये सोचना चाहनी हाँ असी पढ़ना उन्होंने पढ़ना, पर उन्होंने पढ़े हुए असी उन्होंने राह ने जोड़े उन्होंने उलीकना, उन्होंने जोड़े अधूरे सुपने ने उन्होंने पूरे करने की कोशिश करनी है। जिस इंसान को भी जिन्ना भी टाइम लगता जो भी है, मेरा ख्याल है भी उन्होंने करतार सराबे ने यह देखा सी जोड़े जज से उन्होंने भी कहा भी तेरी बहुत छोटी उम्र है तू बच्चा, तू अजे बहुत तेरी जिंदगी पई आ, तू इनू खा हंडा लै, तू देख ला, तू ये ना कर। वह ये कहिंदा सी भी नहीं मैं ये करन दे लई नहीं, मैं ये आ भी मैनू तो अपनी जान दे नालों मेरे देश की जान प्यारी आ। उन्हें उस समय अपने देश नू तरजीह दी ना कि उन्हें अपनी जान नू, ते उस तो बाद विच वह कहिंदे आ भी तेरी जायदादां जब्त कर लिया जाणगियां, वह अपने जिहड़े पैरी शू पाए हुए ने वह भी उन्होंने फड़ा दिंदा, वो कहिंदा लो ये भी लै लो कि ना तुहानू भुलेखा रह जाए भी ये लैके भी मर गया, इहनू फांसी दे दिता सी। इस किस्म की जिहड़े जज्बात ने वो सानू अपने विच पैदा करन दी लोड़ आ। जे असी इस इतिहास नू कायम रखना जां असी जिहड़ा असी विरसे नू जे असी अपने बच्चों तक यह पहुँचाउणा, सानू अपने बच्चों नू अज असी बहुत मैनू अफसोस की गल है भी असी अज इत्थे बैठे असियों गल्लां करी जांदे आ, साडे बच्चे नहीं गे, ਸਾਡੇ ਬੱਚੇ ਕੀ ਨੇ, ਉਹਨਾਂ ਨੂੰ ਇਸ ਸਿਸਟਮ ਨੇ ਕਿਵੇਂ ਗੰਧਲਾਇਆ ਹੋਇਆ। ਸਾਨੂੰ ਅਸੀਂ ਇਸ ਕਿਸਮ ਦੇ ਰਾਹ ਲਿਖੀ ਅਸੀਂ ਬੱਚਿਆਂ ਨੂੰ ਨਾਲ ਲੈ ਕੇ ਤੁਰੀਏ, ਕਿਉਂਕਿ ਜਿਹੜਾ ਕਰਤਾਰ ਸਿੰਘ ਸਰਾਭਾ ਉਹਦੀ ਜਿਹੜੀ ਸੋਚ ਆ ਉਹ ਤਾਂ ਇਹ ਸੋਚ ਹੈ ਵੀ ਅਸੀਂ ਉਹ ਤੋਂ ਇਹ ਦੱਸੀਏ ਸਾਡੇ ਬੱਚਿਆਂ ਨੂੰ। ਅਸੀਂ ਜਦੋਂ ਹਰ ਵਕਤ ਇਹ ਕਹਿੰਦੇ ਹਾਂ ਗਦਰੀ ਬਾਬੇ ਉਹ ਕਹੀ ਜਾਂਦੇ ਹਾਂ, ਤਾਂ ਉਹ ਵੀ ਇਹੀ ਸੋਚਦੇ ਉਹਨੂੰ ਵੀ ਸ਼ਾਇਦ ਉਹ ਗਦਰੀ ਬਾਬੇ ਹੀ ਸੀ, ਬਜ਼ੁਰਗ ਨੇ, ਕਿਉਂਕਿ ਇਸ ਕਿਸਮ ਦੀ ਡੈਫੀਨੇਸ਼ਨ ਸਾਡੇ ਬਾਅਦ ਦੇ ਵਿੱਚ ਜਿਹੜੀ ਲੋਕਾਂ ਦੇ ਵਿੱਚ ਆਈ ਹੈ, ਜਾਂ ਸਾਡੇ ਬੱਚਿਆਂ ਨੂੰ ਵੀ ਇਹੀ ਪਤਾ ਵੀ ਅਸੀਂ ਸਾਡੇ ਬਜ਼ੁਰਗਾਂ ਨੂੰ ਬਾਬਾ ਕਹਿਣਾ। ਜੇ ਜਦ ਉਹਨਾਂ ਨੂੰ ਇਹ ਗੱਲਾਂ ਦੱਸਾਂਗੇ ਵੀ ਉਹ ਤਾਂ ਇੱਕ 18 ਸਾਲਾਂ ਦਾ ਨੌਜਵਾਨ ਸੀ ਵੀ ਉਹਦੇ ਵਿੱਚ ਇਸ ਕਿਸਮ ਦੀਆਂ ਭਾਵਨਾਵਾਂ ਕਿਉਂ ਆਈਆਂ। ਅਸਲ ਵਿੱਚ ਜਿਹੜਾ ਇਨਸਾਨ ਤੰਗੀਆਂ ਤੁਰਸ਼ੀਆਂ ਦੇ ਵਿੱਚ ਜਿਉਂਦਾ ਉਹ ਉਹਨਾਂ ਗੱਲਾਂ ਨੂੰ ਜ਼ਰੂਰ ਸੋਚਦਾ ਵੀ ਸਾਨੂੰ ਸਾਡਾ ਜਿਹੜਾ ਰਾਹ ਬਣਾਉਣ ਦੀ ਲੋੜ ਹੈ, ਕਿਉਂਕਿ ਉਹਨਾਂ ਦਾ ਪ੍ਰੈਸ਼ਰ ਇੰਨਾ ਸੀ। ਅੱਜ ਵੀ ਭਾਰਤ ਦੇ ਜਿਹੜੇ ਲੋਕ ਨੇ ਆਸ ਕਰਦੇ ਹਾਂ ਅਸੀਂ ਉਹ ਵੀ ਬਹੁਤ ਨਪੀੜੇ ਜਾ ਰਹੇ ਨੇ, ਉਹਨਾਂ 'ਤੇ ਇੰਨਾ ਪ੍ਰੈਸ਼ਰਾਈਜ਼ ਉਹਨਾਂ ਨੂੰ ਹੋ ਰਿਹਾ, ਚਾਹੇ ਉਹ ਜਾਤਾਂ ਦੇ ਨਾਂ 'ਤੇ ਹੋਵੇ, ਚਾਹੇ ਧਰਮਾਂ ਦੇ ਨਾਂ 'ਤੇ ਹੋਵੇ, ਚਾਹੇ ਆਰਥਿਕ ਤੰਗੀਆਂ ਦੇ ਨਾਂ 'ਤੇ ਹੋਵੇ, ਜੇ ਕਿਸਾਨ ਨੇ ਖੁਦਕੁਸ਼ੀਆਂ ਕਰ ਰਹੇ ਨੇ। ਤਾਂ ਅੱਜ ਸਾਨੂੰ ਜਦੋਂ ਗਦਰੀ ਬਾਬੇ ਇੱਥੋਂ ਗਏ ਉਹਨਾਂ ਨੇ ਇਹ ਇਸ ਕਰਕੇ ਕਿ ਉਸ ਸਮੇਂ ਕੋਈ ਬਹੁਤਾ ਇਸ ਕਿਸਮ ਦਾ ਉਹ ਨਹੀਂ ਸੀ ਹੁੰਦਾ ਵੀ ਸਾਡੀ ਜਿਹੜੀ ਸਮਝ ਆ ਇੱਕ ਦੂਜੇ ਤੱਕ ਪਹੁੰਚੇ। ਉਹਨਾਂ ਨੇ ਉਸ ਸਮੇਂ ਗਦਰ ਦੀ ਗੂੰਜ ਇੱਕ ਅਖਬਾਰ ਕੱਢ ਕੇ ਉਹਦੇ ਰਾਹੀਂ ਦੁਨੀਆ ਭਰ ਦੇ ਵਿੱਚ ਪਹੁੰਚਾ ਦਿੱਤਾ। ਜੇ ਅਸੀਂ ਅੱਜ ਕੁਛ ਕਰਾਂਗੇ, ਜੇ ਅਸੀਂ ਅੱਜ ਇੱਥੇ ਗੱਲ ਕਰਦੇ ਹਾਂ, ਸਾਡੇ ਕੋਲ ਤਾਂ ਸਾਧਨ ਹੀ ਬਹੁਤ ਨੇ, ਅਸੀਂ ਇੱਥੇ ਬੈਠੇ ਬਿਠਾਏ ਵੀ ਉਹ ਲੋਕਾਂ ਦੀ ਬਾਂਹ ਫੜ ਸਕਦੇ ਹਾਂ, ਅਸੀਂ ਉਹ ਲੋਕਾਂ ਦੇ ਲਈ ਖੜ ਸਕਦੇ ਹਾਂ। ਪਰ ਜੇ
ਸਾਡੇ ਕੋਲ ਇਹੀ ਨਾ ਹੋਵੇ ਜੇ ਅਸੀਂ ਜਿਹੜੀ ਉਹਨਾਂ ਨੇ ਆਪਣੀ ਨਿੱਜਤਾ ਦੂਰ ਕਰਤੀ ਸੀ, ਅਸੀਂ ਅੱਜ ਆਪਣੇ ਨਿੱਜ ਨਾਲ ਜੁੜੇ ਹੋਏ ਹਾਂ। ਅਸੀਂ ਸਿਰਫ ਇਹ ਦੇਖਦੇ ਹਾਂ ਮੇਰੇ ਬੱਚੇ, ਮੇਰਾ ਘਰ, ਮੇਰਾ ਫਲਾਣਾ, ਮੇਰਾ ਇਲਾਕਾ, ਮੇਰਾ ਧਰਮ, ਮੇਰਾ ਜਾਤ, ਮੇਰੀ। ਜਿੰਨਾ ਚਿਰ ਅਸੀਂ ਉਹਨਾਂ ਦੀ ਆਵਾਜ਼ ਸੀ ਇਹ ਜਿਹੜੀ ਨਿਰਪੱਖਤਾ ਦੀ ਆਵਾਜ਼ ਸੀ, ਜੇ ਅਸੀਂ ਉਹਨੂੰ ਨਾਲ ਲੈ ਕੇ ਨਹੀਂ ਚੱਲਾਂਗੇ ਤਾਂ ਮੇਰਾ ਖਿਆਲ ਆ ਵੀ ਆਪਣੀਆਂ ਜਿਹੜੀਆਂ ਸ਼ਰਧਾਂਜਲੀਆਂ ਨੇ ਜਾਂ ਅਸੀਂ, ਮੈਂ ਇਹੀ ਗੱਲ ਨੂੰ ਵਾਰ ਵਾਰ ਦੁਹਰਾਉਂਦੀ ਸੀ ਪਿਛਲੇ ਸਾਲਾਂ ਤੋਂ, ਦੋ ਤਿੰਨ ਸਾਲਾਂ ਤੋਂ, ਜਦੋਂ ਗਦਰ ਪਾਰਟੀ ਦਾ ਇਹ ਆਪਣੇ ਮੁੱਢ ਵੱਜਿਆ, ਆਪਾਂ ਕਹਿੰਦੇ ਸੀ ਵੀ ਇਹ ਅਸੀਂ ਸ਼ਤਾਬਦੀਆਂ ਮਨਾਉਣੀਆਂ ਨੇ, ਵੀ ਸਾਡੇ ਬੱਚਿਆਂ ਨੂੰ ਇਹਨਾਂ ਗੱਲਾਂ ਦਾ ਪਤਾ ਲੱਗ ਜਾਵੇ, ਇਸ ਗੱਲ ਦਾ ਪਤਾ ਹੋਵੇ ਵੀ ਹਾਂ ਕੁਛ ਹੋਇਆ ਸੀ, ਵੀ 100 ਸਾਲ ਪਹਿਲਾਂ ਕੁਛ ਹੋਇਆ ਸੀ। ਮੇਰਾ ਖਿਆਲ ਇਸ ਗੱਲ ਨੂੰ ਪਹੁੰਚਾਉਣ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਨੇ ਉਹਨਾਂ ਨੇ ਬਹੁਤ ਕੰਮ ਕੀਤਾ, ਇੱਥੋਂ ਤੱਕ ਕਿ ਬਹੁਤ ਸਾਡੇ ਰੇਡੀਓ ਸਟੇਸ਼ਨਾਂ 'ਤੇ ਵੀ ਇਹ ਗੱਲਾਂ ਹੋਈਆਂ ਨੇ, ਬਹੁਤ ਕੁਛ ਹੋਇਆ। ਪਰ ਠੀਕ ਹੈ, ਇਹ ਹੋਣਾ ਚਾਹੀਦਾ ਸੀ, ਹੋਇਆ ਵੀ ਆ, ਅਤੇ ਇਹਨੂੰ ਅੱਗੇ ਲਿਜਾਣ ਦੇ ਲਈ ਆਪਾਂ ਜਿਹੜੀਆਂ ਕੋਸ਼ਿਸ਼ਾਂ ਕਰਨੀਆਂ ਨੇ ਉਹ ਮੇਰਾ ਖਿਆਲ ਆ ਲਗਾਤਾਰ ਕਰਨੀਆਂ ਚਾਹੀਦੀਆਂ ਨੇ। ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਨਾਟਕ ਕੀਤਾ, ਤਵਾਰੀਖ ਬੋਲਦੀ ਹੈ, ਉਹ ਨਾਟਕ ਦੇ ਵਿੱਚ ਬਹੁਤ ਉਹ ਗੱਲਾਂ ਜਿਹੜੀਆਂ ਪਰਤਾਂ ਜਿਹੜੀਆਂ ਉਹ ਦੱਸਣ ਦੀ ਕੋਸ਼ਿਸ਼ ਕੀਤੀ ਵੀ ਕਿਵੇਂ ਜਿਹੜਾ 100 ਸਾਲ ਦਾ ਇਤਿਹਾਸ ਸੀ ਮੈਂ ਉਹਦੇ ਵਿੱਚ ਉਹ ਉਲੀਕਣ ਦੀ ਗੱਲ ਕੀਤੀ ਅਤੇ ਉਹਨੂੰ ਅੱਗੇ ਕਿੱਦਾਂ ਲੈ ਕੇ ਜਾਣ ਦੀ ਗੱਲ ਕੀਤੀ ਹੈ। ਮੇਰਾ ਉਹਦੇ ਵਿੱਚ ਵੀ ਇਹ ਮੈਸੇਜ ਸੀ ਵੀ ਜੰਗ ਅਜੇ ਜਾਰੀ ਹੈ, ਗਦਰ ਦੀ ਲਾਟ ਅਜੇ ਵੀ ਮਗ ਰਹੀ ਹੈ, ਚਾਹੇ ਉਹ ਬਸਤਰ ਦੇ ਇਲਾਕੇ ਦੀ ਗੱਲ ਹੋਵੇ, ਚਾਹੇ ਅੱਜ ਪੈਰਿਸ ਦੇ ਵਿੱਚ ਜੇ ਉਹ ਗੱਲ ਹੋ ਰਹੀ ਹੈ ਤਾਂ ਉੱਥੇ ਵੀ ਲੋਕ ਉੱਠੂਗੀ, ਉੱਥੇ ਵੀ ਕੁਛ ਨਾ ਕੁਛ ਤਾਂ ਹੈ ਕਿਤੇ ਨਾ ਕਿਤੇ ਹੋ ਰਿਹਾ, ਚਾਹੇ ਕਿਤੇ ਵੀ ਜੰਗਲਾਂ ਦੇ ਵਿੱਚ, ਚਾਹੇ ਇੱਥੇ ਆਦਿਵਾਸੀਆਂ ਦੇ ਵਿੱਚ ਆ, ਚਾਹੇ ਆਹ ਲੋਕ ਨੇ ਜਿਹੜੇ ਇਹਨਾਂ ਦੇ ਅੰਦਰ ਸੁਲਗਦੀ ਆ, ਇਹ ਗਦਰ ਦੀ ਲਾਟ ਹੈ ਜਿਹੜੀ ਅਸੀਂ ਅੱਜ ਇੱਥੇ ਤਦੇ ਬੈਠੇ ਹਾਂ, ਜੇ ਉਹ ਲਾਟ ਹੈ ਜਿਹੜੀ ਕਿਤੇ ਨਾ ਕਿਤੇ ਮਗਦੀ ਹੈ, ਅਤੇ ਉਸ ਲਾਟ ਨੂੰ ਜਗਦੇ ਰੱਖਣ ਦੇ ਲਈ ਆਪਾਂ ਇਹ ਜੰਗ ਜਾਰੀ ਰੱਖਾਂਗੇ, ਜਾਰੀ ਰੱਖਾਂਗੇ। ਧੰਨਵਾਦ, ਚੱਲ ਬਹੁਤ ਸ਼ੁਕਰੀਆ ਭੈਣ ਜੀ ਪਰਮਿੰਦਰ ਕੌਰ ਸਵੈਦ ਜੀ, ਜਿਸ ਤਰ੍ਹਾਂ ਇਹਨਾਂ ਜ਼ਿਕਰ ਕੀਤਾ ਇਹ ਗੱਲ ਸਹੀ ਹੈ ਕਿ ਸੰਘਰਸ਼ ਜਿਹੜਾ ਹੈ ਨਿਰੰਤਰ ਚੱਲਦਾ ਰਹਿੰਦਾ, ਇਹਦਾ ਕੋਈ ਅੰਤ ਨਹੀਂ ਹੁੰਦਾ, ਸਥਿਤੀਆਂ ਬਦਲਦੀਆਂ ਰਹਿੰਦੀਆਂ ਨੇ, ਨਿਜ਼ਾਮ ਇੱਕ ਆਇਆ ਦੂਸਰਾ ਬਦਲਿਆ, ਪਰੰਤੂ ਸਭ ਕੁਛ ਉਵੇਂ ਹੀ ਹੈ। ਅਸਹਿਣਸ਼ੀਲਤਾ ਦੀ ਤੁਸੀਂ ਗੱਲ ਕੀਤੀ ਹੈ ਤਾਂ ਇਸ ਗੱਲ ਦੇ ਵਾਸਤੇ ਹੁਣ ਕੋਈ ਦੋ ਰਾਵਾਂ ਨਹੀਂ, ਜਿਸ ਦੇ ਬਾਰੇ ਜਿੰਨੀ ਮਰਜ਼ੀ ਗੱਲ ਕੀਤੀ ਜਾਵੇ, ਜਿਨ੍ਹਾਂ ਹਾਲਾਤ ਦੇ ਵਿੱਚੋਂ ਦੀ ਅਸੀਂ ਲੰਘ ਰਹੇ ਹਾਂ ਉਸ ਦੀ ਤਸਵੀਰ ਤੁਸੀਂ ਦੇਖ ਰਹੇ ਹੋ। ਪਿਛਲੇ 80 ਮਹੀਨੇ ਪੰਜਾਬੀ ਸਾਹਿਤ ਸਭਾ ਮੁੱਢਲੀ ਵੱਲੋਂ ਇੱਕ ਮਤਾ ਪਾਸ ਕੀਤਾ ਸੀ ਜਿਸਦਾ ਵੇਰਵਾ ਰੈਡੀਕਲ ਦੇ ਵਿੱਚ ਗੁਰਪ੍ਰੀਤ ਸਿੰਘ ਹੋਣਾ ਬੜਾ ਵਿਸਥਾਰ 'ਚ ਦਿੱਤਾ ਵੀ ਹੋਇਆ, ਉਹ ਇਹ ਸੀ ਕਿ ਜਿਨ੍ਹਾਂ ਵਿਅਕਤੀਆਂ ਨੇ, ਜਿਨ੍ਹਾਂ ਸਾਹਿਤਕਾਰਾਂ ਨੇ, ਜਿਨ੍ਹਾਂ ਪੱਤਰਕਾਰਾਂ ਨੇ, ਜਿਨ੍ਹਾਂ ਬੁੱਧੀਜੀਵੀ ਚਿੰਤਕਾਂ ਨੇ ਬਹੁਤ ਵੱਡਾ ਪ੍ਰੋਟੈਸਟ ਕਰਦਿਆਂ ਆਪਣੇ ਅਵਾਰਡ ਪਦਮ ਸ਼੍ਰੀ ਪਦਮ ਭੂਸ਼ਣ ਤੱਕ ਵਾਪਸ ਕੀਤੇ, ਉਸਦਾ ਕਾਰਨ ਇਹੀ ਸੀ ਕਿ ਉਹ ਦੇਖ ਰਹੇ ਨੇ ਕਿ ਜਿਨ੍ਹਾਂ ਸੁਪਨਿਆਂ ਨੂੰ ਸੰਜੋਣ ਦੇ ਵਾਸਤੇ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਸਨ, ਅੱਜ ਜੋ ਮੌਜੂਦਾ ਸਰਕਾਰਾਂ ਨੇ ਉਹਨਾਂ ਦਾ ਕੀ ਰੋਲ ਹੈ, ਅਤੇ ਇਸ ਦਾ ਵਿਰੋਧ ਕੀਤਾ ਅਤੇ ਇਸ ਦੇ ਖਿਲਾਫ ਆਪਣਾ ਆਪਣੇ ਢੰਗ ਨਾਲ ਪ੍ਰੋਟੈਸਟ ਕੀਤਾ। ਕੋਈ ਉਹਦੇ ਨਾਲ ਸਹਿਮਤ ਹੋ ਸਕਦਾ, ਕੋਈ ਅਸਹਿਮਤ ਹੋ ਸਕਦਾ, ਪਰ ਮੰਤਵ ਜਿਹੜਾ ਮਕਸਦ ਹੈ ਉਹ ਬੜਾ ਸਾਫ਼ ਸੀ, ਉਹ ਇਹ ਸੀ ਕਿ ਕਰਤਾਰ ਸਿੰਘ ਸਰਾਭੇ ਵਰਗੇ ਜਾਂ ਹੋਰ ਲੋਕ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ, ਕੁਰਬਾਨੀਆਂ ਕੀਤੀਆਂ, ਉਹਨਾਂ ਦੇ ਕਿਉਂਕਿ ਕਰਤਾਰ ਸਿੰਘ ਸਰਾਭਾ ਇੱਕ ਖੁਦ ਮਹਾਨ ਪੱਤਰਕਾਰ ਸਨ, ਅਸੀਂ ਇੱਕ ਇਨਕਲਾਬੀ ਯੋਧੇ ਦੇ ਤੌਰ 'ਤੇ ਵਿਚਾਰ ਰਹੇ ਹਾਂ, ਅਸੀਂ ਉਹਨਾਂ ਦੀ ਸ਼ਖਸੀਅਤ ਨੂੰ ਇੱਕ ਗਦਰੀ ਬਾਬੇ ਦੇ ਤੌਰ 'ਤੇ ਵਿਚਾਰ ਰਹੇ ਹਾਂ, ਉਸ ਮਹਾਨ ਵਿਅਕਤੀ ਦੇ ਤੌਰ 'ਤੇ ਜਿਨ੍ਹਾਂ ਨੇ ਹਥਿਆਰਬੰਦ ਸੰਘਰਸ਼ ਕੀਤਾ, ਉਹ ਰਾਹ ਜਿਸ ਰਾਹ ਦੀ ਗੱਲ ਪਹਿਲਾਂ ਵੀ ਹੋਈ ਹੈ, ਪਰ ਉਹਦੇ ਨਾਲ ਨਾਲ ਉਹ ਇੱਕ ਲੇਖਕ ਅਤੇ ਪੱਤਰਕਾਰ ਸਨ। ਅੱਜ ਲੇਖਕ ਅਤੇ ਪੱਤਰਕਾਰ ਕਿੱਥੇ ਖੜ੍ਹਾ, ਮਾਫ਼ ਕਰਨਾ ਇਹ ਗੱਲ ਕਹਿਣੀ ਪੈਂਦੀ ਹੈ ਕਿ ਅੱਜ ਦੇ ਲੇਖਕ ਕਈ ਵਾਰ ਇਹ ਸੋਚਦੇ ਨੇ ਕਿ ਸਾਡੀਆਂ ਜਿਹੜੀਆਂ ਨਜ਼ਮਾਂ, ਸਾਡੀਆਂ ਕਵਿਤਾਵਾਂ, ਸਾਡੇ ਲੇਖਕ ਨਾ ਲੇਖ ਨੇ ਉਹ ਸੌਂਦਰਿਆਵਾਦ 'ਤੇ ਕੇਂਦਰਿਤ ਹੋਣ, ਅਸਥੈਟਿਕ ਸੈਂਸ 'ਤੇ ਕੇਂਦਰਿਤ ਹੋਣ, ਉਹ ਪ੍ਰਯੋਗਵਾਦ 'ਤੇ ਕੇਂਦਰਿਤ ਹੋਣ। ਉਹਨਾਂ ਨੂੰ ਇਉਂ ਲੱਗਦਾ ਕਿ ਤੋਲ ਤੁਕਾਂ ਅਤੇ ਛੰਦਾਬੰਦੀ ਸਭ ਤੋਂ ਉੱਚੀ ਹੈ, ਅਤੇ ਕਈ ਵਾਰ ਤਾਂ ਉਹ ਗਦਰੀ ਬਾਬਿਆਂ ਦੀ, ਕਰਤਾਰ ਸਿੰਘ ਸਰਾਭੇ ਵਰਗੀਆਂ ਦੀਆਂ ਰਚਨਾਵਾਂ 'ਚ ਵੀ ਨਿਗੋਚਾਂ ਕੱਢ ਦਿੰਦੇ ਨੇ ਕਿ ਦੇਖੋ ਜੀ ਇੱਥੇ ਤੋਲ ਤੁਕਾਂਤ ਮਿਲਦਾ ਕਿ ਨਹੀਂ ਮਿਲਦਾ। ਸਾਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਜਿਨ੍ਹਾਂ ਨੇ ਲਹੂ 'ਚ ਭਿੱਜ ਕੇ, ਆਪਣੇ ਖੂਨ 'ਚ ਭਿੱਜ ਕੇ ਰਚਨਾ ਇਸ ਕਰਕੇ ਲਿਖੀ ਕਿ ਲੋਕਾਂ ਨੂੰ ਜਗਾਉਣਾ ਹੈ, ਇਸ ਕਰਕੇ ਨਹੀਂ ਕਿ ਮੈਂ ਪੱਤਰਕਾਰ ਜਾਂ ਕੋਈ ਕਵੀ ਅਖਵਾਉਣਾ, ਅਸੀਂ ਉਹਨਾਂ ਦੀਆਂ ਰਚਨਾਵਾਂ 'ਚ ਵੀ ਨੁਕਸ ਕੱਢਦੇ ਹਾਂ, ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ। ਅਤੇ ਅਫਸੋਸ ਇਸ ਗੱਲ ਦਾ ਕਿ ਉਹਨਾਂ ਨੂੰ ਪੜ੍ਹਨ ਦੀ ਥਾਂ 'ਤੇ, ਜਿਨ੍ਹਾਂ ਦੀ ਅੱਜ 100 ਸਾਲ ਵੀ ਕਵਿਤਾ ਜਿਹੜੀ ਹੈ ਉਸ ਤੋਂ ਬਾਅਦ ਵੀ ਇਹ ਲੋਕਾਂ ਨੂੰ ਯਾਦ ਹੈ, ਬਣੀ ਸਿਰ ਸ਼ੇਰਾਂ ਕੀ ਜਾਣਾ ਭੱਜ ਕੇ,
ਜਾਂ ਹਿੰਦ ਵਾਸੀ ਉਹ ਰੱਖਣਾ ਯਾਦ ਸਾਨੂੰ ਜਾਂ ਹੋਰ ਅਨੇਕਾਂ ਹੀ ਅੱਜ ਦੇ ਕਵੀ ਨੂੰ ਆਪਣੀ ਰਚਨਾ ਯਾਦ ਨਹੀਂ ਰਹਿੰਦੀ ਪਰ ਜਦੋਂ ਉਹ ਇਹੋ ਜਿਹੇ ਯੋਧਿਆਂ ਦੀਆਂ ਰਚਨਾਵਾਂ 'ਤੇ ਕਿੰਤੂ ਪਰੰਤੂ ਕਰਦਾ ਤਾਂ ਹੈਰਾਨੀ ਹੁੰਦੀ ਹੈ। ਇਹ ਇੱਕ ਸ਼ਤਾਬਦੀ ਮਨਾਉਣ ਦਾ ਤਰੀਕਾ ਅਸੀਂ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਗਦਰ ਲਹਿਰ ਦੀਆਂ ਕਵਿਤਾਵਾਂ ਯਾਦ ਕਰਾਈਏ, ਉਹ ਲੇਖ ਪੜ੍ਹਾਈਏ, ਉਹ ਰਚਨਾਵਾਂ ਪੜ੍ਹਾਈਏ, ਉਹ ਕਿਤਾਬਾਂ ਉਹਨਾਂ ਕੋਲ ਪਹੁੰਚਣ, ਪਰ ਹੋਏਗਾ ਕਿਵੇਂ? ਅੱਜ ਇੱਕ ਥਾਂ 'ਤੇ ਇਕੱਤਰਤਾ ਹੋ ਰਹੀ ਹੈ, ਇੱਥੇ ਅਸੀਂ ਬੈਠੇ ਹਾਂ, ਯਕੀਨ ਮੰਨਿਓ ਕਿ ਸਾਡੇ ਜਜ਼ਬੇ ਕਿਵੇਂ ਮਰ ਚੁੱਕੇ ਨੇ। ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਸ਼ਤਾਬਦੀ ਇਕੱਤਰਤਾ ਹੋ ਰਹੀ ਹੈ, ਪਰ ਕੀ ਲੋੜ ਹੈ, ਕੀ ਅਹਿਮੀਅਤ ਹੈ? ਇਸ ਗੱਲ ਨੂੰ ਇੱਥੋਂ ਤੱਕ ਹੀ ਮਹਿਦੂਦ ਕੀਤਾ ਜਾਂਦਾ ਕਿ ਕਿਸੇ ਖਾਸ ਵਰਗ ਅਤੇ ਕੁਝ ਲੋਕਾਂ ਲਈ ਇਹ ਰਾਖਵੀਂ ਹੈ ਵੀ ਤੁਸੀਂ ਇਹ ਕੰਮ ਕਰੋ। ਇਸੇ ਜਗ੍ਹਾ 'ਤੇ ਬੀਬੀ ਹਰਨਾਮ ਕੌਰ ਦੀ ਸ਼ਤਾਬਦੀ ਮਨਾਈ ਗਈ, ਭਾਈ ਬਲਵੰਤ ਸਿੰਘ, ਭਾਈ ਮੇਵਾ ਸਿੰਘ, ਭਾਈ ਭਾਗ ਸਿੰਘ, ਉਹਨਾਂ ਦੀਆਂ ਸ਼ਤਾਬਦੀਆਂ ਜਾਂ ਉਹਨਾਂ ਦੇ ਸੰਬੰਧ ਦੇ ਵਿੱਚ ਸਮਾਗਮ ਵੀ ਹੋਏ, ਪਰ ਬਹੁਤ ਸਾਰੇ ਲੋਕ ਜਿਹੜੇ ਆਉਂਦੇ ਨੇ ਉਹਨਾਂ ਦਾ ਸਤਿਕਾਰ ਹੈ, ਪਰ ਅਫਸੋਸ ਹੈ ਕਿ ਜਿਹੜੇ ਇਸ ਗੱਲ ਨੂੰ ਸੋਚਦੇ ਨੇ ਕਿ ਹੁਣ ਤਾਂ ਇਹਨਾਂ ਕੁਝ ਕੁ ਲੋਕਾਂ ਦਾ ਹੀ ਇਹ ਕੰਮ ਹੈ, ਤੁਸੀਂ ਇਹ ਕਰੋ। ਜਿਵੇਂ ਕਿ ਅਸੀਂ ਇਹ ਕਹਿੰਦੇ ਹਾਂ ਕਿ ਕਰਤਾਰ ਸਿੰਘ ਸਰਾਭਾ ਜਾਂ ਉਹਨਾਂ ਦੇ ਸਾਥੀਆਂ ਦੇ ਕੰਮ ਸੀ, ਉਹਨਾਂ ਨੇ ਸ਼ਹਾਦਤਾਂ ਦੇਣੀਆਂ ਸੀ, ਅੱਗੇ ਉਹਨਾਂ ਦੇ ਵਾਰਸ ਉਹ ਸ਼ਹਾਦਤਾਂ ਦੇਣ। ਸਾਡਾ ਮਕਸਦ ਇਹ ਹੈ ਕਿ ਅਸੀਂ ਮੌਜ ਕਰੀਏ, ਕਹਾਣੀਆਂ ਅਸੀਂ ਸੁਣਾ ਦਿੰਦੇ ਹਾਂ ਕਿ ਇੰਨੇ ਸਾਡੇ ਸ਼ਹੀਦ, ਇੰਨੇ ਯੋਧੇ, ਇੰਨੇ ਕੁਰਬਾਨੀਆਂ ਕਰਨ ਵਾਲੇ ਹੋਏ, ਪਰ ਜਦੋਂ ਹੁਣ ਦੇਖਦੇ ਹਾਂ ਤਾਂ ਇਹੀ ਹੈ ਕਿ ਸਾਡੇ ਝੋਲੀ ਚੁੱਕ, ਸਾਡੇ ਟੁੱਕੜ ਬੋਚ, ਸਾਡੇ ਉਹਨਾਂ ਦੇ ਪਿੱਛੇ ਪਿੱਛੇ ਫਿਰਨ ਵਾਲੇ ਜਾਂ ਉਹਨਾਂ ਹਕੂਮਤਾਂ ਦੇ, ਚਾਹੇ ਉਹ ਵਿਦੇਸ਼ਾਂ 'ਚ ਵੀ ਆਉਣ ਤਦ ਵੀ ਅਸੀਂ ਪਿੱਛੇ ਪਿੱਛੇ ਉਹਨਾਂ ਦੇ ਫਿਰਦੇ ਹਾਂ। ਕਹਿਣ ਨੂੰ ਅਸੀਂ ਵੀ ਗਦਰੀ ਬਾਬਿਆਂ ਦੇ ਵਾਰਸ ਹਾਂ, ਪਰ ਜਦੋਂ ਸਵਾਗਤ ਕਰਨਾ ਹੁੰਦਾ ਤਾਂ ਅਸੀਂ ਫਾਸ਼ੀਵਾਦੀ ਤਾਕਤਾਂ ਦਾ ਸਵਾਗਤ ਕਰਨ ਵਾਲੀ ਕਤਾਰ 'ਚ ਖੜ੍ਹੇ ਹੁੰਦੇ ਹਾਂ। ਇਸ ਦਾ ਨਿਰਣਾ ਵੀ ਇਤਿਹਾਸ ਨੇ ਕਰਨਾ, ਇਹ ਹੁਣ ਹੈ। ਯਕੀਨ ਮੰਨਿਓ ਇਹ ਮੇਲੇ, ਇਹ ਇਕੱਤਰਤਾਵਾਂ ਗਦਰੀ ਬਾਬਿਆਂ ਦੇ ਨਾਂ 'ਤੇ ਬੜਾ ਕੁਛ ਕਰਨ ਵਾਲੇ, ਜਦੋਂ ਉਹਨਾਂ ਨੂੰ ਦੇਖਿਆ ਜਾਂਦਾ ਕਿ ਇਹ ਹੈਨ ਕਿੱਥੇ, ਇਹਨਾਂ ਦੀ ਸੋਚ ਕਿੱਥੇ ਖੜੀ ਹੈ, ਇਸ ਸਮੇਂ ਨੇ ਇਸ ਦਾ ਮੁਲਾਂਕਣ ਕਰਨਾ। ਸਾਡੇ ਵਿਚਕਾਰ ਸਾਹਿਬ ਧਾਲੀਵਾਲ ਜੀ, ਸਾਡੇ ਪਰਮ ਸਤਿਕਾਰਯੋਗ ਵੀਰ ਜੀ ਮੌਜੂਦ ਨੇ ਕੌਂਸਲਰ ਦੇ ਤੌਰ 'ਤੇ, ਅਤੇ ਨਾਲੋਂ ਨਾਲ ਇਹਨਾਂ ਦੀ ਇੱਕ ਵੱਖਰੀ ਸ਼ਖਸੀਅਤ ਹੈ ਕਿ ਐਕਟਿਵਿਸਟ ਦੇ ਤੌਰ 'ਤੇ, ਖੁਦ ਇੱਕ ਕਾਰਕੁਨ ਦੇ ਤੌਰ 'ਤੇ ਹਮੇਸ਼ਾ ਸਰਗਰਮ ਰਹਿੰਦੇ ਨੇ, ਅੱਜ ਸ਼ਤਾਬਦੀ ਸਮਾਗਮ ਦੇ ਵਿੱਚ ਸਾਡੇ ਨਾਲ ਨੇ, ਅਤੇ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਉਹ ਆ ਕੇ ਸੰਬੋਧਨ ਕਰਨ। ਧਾਲੀਵਾਲ ਸਾਹਿਬ। ਮਿਹਰਬਾਨੀ ਗੁਰਪ੍ਰੀਤ ਸਿੰਘ ਜੀ, ਭੈਣੋ ਭਰਾਵੋ, ਮੈਂ ਬੜੇ ਸਤਿਕਾਰ ਦੇ ਨਾਲ ਇੱਥੇ ਆਪਾਸ ਸਰਦਾਰ ਕਰਤਾਰ ਸਿੰਘ ਸਰਾਭਾ ਦੀ ਜਿਹੜੀ ਕੁਰਬਾਨੀ ਸੀ ਉਹਨੂੰ ਸ਼ਰਧਾਂਜਲੀ ਪੇਸ਼ ਕਰਨਾ ਆ, ਆਪਣੇ ਵੱਲੋਂ, ਆਪਣੇ ਸ਼ਹਿਰ ਵੱਲੋਂ ਅਤੇ ਆਪਣੀ ਸਰਕਾਰ ਵੱਲੋਂ। ਜਿਸ ਤਰ੍ਹਾਂ ਤੁਸੀਂ ਸੁਣਿਆ ਹੀ ਆਪਣੇ ਆਪਾਂ ਨੂੰ ਪੁੰਨੀ ਸਾਹਿਬ ਨੇ ਦੱਸਿਆ ਸਭ ਕੁਛ ਇਤਿਹਾਸ ਬਾਰੇ, ਤਾਂ ਤੁਸੀਂ ਜਾਣਦੇ ਹੀ ਹੋ। ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਜਦੋਂ ਅਸੀਂ ਸਕੂਲੇ ਪੜ੍ਹਦੇ ਹੁੰਦੇ ਸੀ ਜਾਂ ਹਾਈ ਸਕੂਲ ਤਾਂ ਵੀ, ਸਾਨੂੰ ਇਹੋ ਜਿਹਾ ਇਤਿਹਾਸ ਸਿੱਖਣ ਦਾ ਮੌਕਾ ਨਹੀਂ ਮਿਲਿਆ। ਜਾਂ ਉਹ ਇਤਿਹਾਸ ਹੀ ਐਸੇ ਸੀ ਜੋ ਅਸੀਂ ਪੜ੍ਹਦੇ ਲਿਖਦੇ ਸੀ ਉਹਨਾਂ ਵਾਸਤੇ, ਜਿੰਨੇ ਵੀ ਸ਼ਹੀਦ ਸੀ ਉਹਨਾਂ ਬਾਰੇ ਜਾਣਕਾਰੀ ਦਾ ਮੈਨੂੰ ਕੋਈ ਮੌਕਾ ਨਹੀਂ ਮਿਲਿਆ। ਸਮਾਂ ਕਿ ਜਦੋਂ ਤੋਂ ਬਾਹਰ ਅਸੀਂ ਆਏ ਇੱਥੇ ਆਣ ਕੇ, ਸਾਨੂੰ ਕੁਛ ਹੋਰ ਜਾਣਕਾਰੀ ਹੋਈ ਸੁਣ ਕੇ ਕਿ ਕੀ ਆਪਣੇ ਕਿਹੋ ਜਿਹੇ ਨੌਜਵਾਨਾਂ ਨੇ ਕਿਹੋ ਜਿਹੀਆਂ ਕੁਰਬਾਨੀਆਂ ਕੀਤੀਆਂ ਸਨ। ਸਰਦਾਰ ਭਗਤ ਸਿੰਘ ਜੀ ਉਹਨਾਂ ਬਾਰੇ ਸਿਰਫ ਜੋ ਜਾਣਦੇ ਸੀ, ਬਹੁਤ ਛੋਟਾ ਛੋਟਾ ਇਤਿਹਾਸ ਸੀ, ਸਿਰਫ ਹਾਂਜੀ ਉਹਨੀ ਦਿੱਤੀ, ਪਰ ਉਹਨਾਂ ਦੀ ਜੋ ਦੇਣ ਸੀ ਉਹ ਅਸੀਂ ਸਿੱਖੀ ਨਹੀਂ। ਮੈਨੂੰ ਬੜੀ ਇਸ ਗੱਲ ਦੀ ਸਾਨੂੰ ਮਾਣ ਹੈ ਕਿ ਇੱਥੇ ਆਣ ਕੇ ਸਮਾਂ ਕਿ ਸਾਨੂੰ ਉਹਨਾਂ ਵਾਸਤੇ, ਉਹਨਾਂ ਦੀਆਂ ਜੋ ਕੁਰਬਾਨੀਆਂ ਸੀ ਉਹਨਾਂ 'ਤੇ ਹੋਰ ਚਾਨਣਾ ਪਾਇਆ ਗਿਆ, ਉਹਨਾਂ ਵਾਸਤੇ ਸਾਨੂੰ ਕੁਛ ਜਾਣਕਾਰੀ ਹੋਈ। ਉਦੋਂ ਤੋਂ ਅਸੀਂ ਸਿਰਫ ਇੱਕੋ ਹੀ ਸੁਨੇਹਾ ਲੈਂਦੇ ਹਾਂ, ਜਿਹੜੀ ਉਹਨਾਂ ਦੀਆਂ ਕੁਰਬਾਨੀਆਂ ਸੀ, ਜਿਸ ਤਰ੍ਹਾਂ ਸਰਦਾਰ ਕਰਤਾਰ ਸਿੰਘ ਸਰਾਭਾ ਦੀ ਸੀ, ਜਾਂ ਕਿ ਉਹਨਾਂ ਦੇ ਬਾਅਦ ਜਦੋਂ ਸਰਦਾਰ ਭਗਤ ਸਿੰਘ ਸਾਹਿਬ ਨੇ, ਜਿਹਨਾਂ ਉਹਨਾਂ ਨੂੰ ਵੀ ਆਪਣੇ ਆਪ ਦੇ ਮੇਰੇ ਆਈਡਲ ਸਮਝਿਆ, ਉਹਨਾਂ ਦੇ ਕਰਕੇ ਜੋ ਕੁਰਬਾਨੀਆਂ ਦਿੱਤੀਆਂ, ਉਹਨਾਂ ਦੇ ਤਾਂ ਮੰਤਵ ਸੀ, ਇੱਕ ਤਾਂ ਪਹਿਲਾਂ ਆਪਣੀ ਜਿਹੜੀ ਆਪਣੀ ਸੈਲਫ ਰਿਸਪੈਕਟ ਹੁੰਦੀ ਆ ਉਨ੍ਹਾਂ ਚਿਰ ਨਹੀਂ ਹੋ ਸਕਦੀ ਜਿੰਨਾ ਚਿਰ ਤੁਸੀਂ ਆਜ਼ਾਦ ਨੇ। ਸਭ ਤੋਂ ਵੱਡੀ ਗੱਲ ਇਹ ਸੀ, ਚਾਹੇ ਉਹ ਵਿਦੇਸ਼ ਵਿੱਚ ਆਏ ਸੀ ਚਾਹੇ ਉੱਥੇ ਰਹਿੰਦੇ ਸੀ, ਉਹ ਕੁਰਬਾਨੀ ਦੇਣ ਨੂੰ ਬੜੀ ਤਿਆਰੀ ਉਹਨੇ ਇਸ ਕਰਕੇ ਕੀਤੀ ਕਿ ਅਸੀਂ ਉਹਨਾਂ ਚਿਰ ਆਪਣੇ ਆਪ ਨੂੰ, ਬੇਸ਼ੱਕ ਅਸੀਂ ਕਿਸੇ ਤਰ੍ਹਾਂ ਦਾ ਵੀ ਰਾਜ ਕਰੀਏ, ਸਾਡੀ ਗਲਤ ਹੋਵੇ ਜਾਂ ਮਾੜੀ ਹੋਵੇ, ਅਸੀਂ ਆਪ ਰਾਜ ਕਰਨਾ, ਕਿਸੇ 'ਤੇ ਕਿਹੋ ਨਹੀਂ ਕਰਨਾ। ਬੇਸ਼ੱਕ ਅਸੀਂ ਨਹੀਂ ਵੀ ਉਹਨੇ ਕਾਬਲ, ਪਰ ਸਾਨੂੰ ਆਪਣਾ ਘੱਟੋ ਘੱਟ ਹੱਕ ਚਾਹੀਦਾ ਕਿ ਅਸੀਂ ਕਿਸ ਤਰ੍ਹਾਂ ਕਰਨਾ। ਉਹ ਆਪਣੀ ਕੁਰਬਾਨੀ ਦੇ ਉਹਨੇ ਦਿੱਤੀਆਂ, ਉਹਨੇ ਆਪਣੇ ਬਦਲੇ ਨਹੀਂ ਦਿੱਤੀ, ਉਹਨੇ ਆਪਣੇ ਮੁਲਕ ਬਦਲੇ ਦਿੱਤੀ ਸੀ। ਉਹਨਾਂ ਦਾ ਅਤੇ ਸਾਡਾ ਇੱਕੋ ਹੀ ਫਰਕ ਹੈ, ਉਹ ਜਦੋਂ ਸੋਚਦੇ ਸੀ ਉਹ ਆਪਣੇ ਬਾਰੇ ਨਹੀਂ ਸੀ ਸੋਚਦੇ, ਉਹ ਆਪਣੀ ਕੌਮ ਬਾਰੇ ਸੋਚਦੇ ਸੀ, ਉਹ ਆਪਣੇ ਸੱਭਿਅਤਾ ਬਾਰੇ ਸੋਚਦੇ ਸੀ, ਆਪਣੇ ਮੁਲਕ ਬਾਰੇ ਸੋਚਦੇ ਸੀ।
इस हफ्ते ही आपां इत्थे कैनेडा दे विच इत्थे रिमेंबरेंस डे मनाया पिछले इस हफ्ते बुधवार दे विच ते बड़ा जिस तरह लूई खड़दी जदों देखिए कि उस वेले भी इत्थे घट्टो घट जदों तो लड़ाइयां शुरू हुई 1,00,000 तो वध कनेडियन योधियां ने जाके अपनियां जानां दित्तियां ਹਾਲਾਂ ਤੱਕ ਕਿ ਇਹ ਮੁਲਕ ਕਦੀ ਵੀ ਜੇ ਦੇਖਿਆ ਜਾਵੇ ਉਹਨਾਂ ਦਿਨਾਂ ਦੇ ਵਿੱਚ ਨਾ ਇਹਨਾਂ ਨੂੰ ਕੋਈ ਕਿਸੇ ਦੇ ਅੰਦਰ ਡਰਾਵਾ ਸੀ ਅਤੇ ਨਾ ਹੀ ਇਹਨਾਂ 'ਤੇ ਕਿਸੇ ਨੇ ਹਮਲਾ ਕੀਤਾ ਸੀ ਪਰ ਉਹਨਾਂ ਨੇ ਘਰ ਛੱਡ ਕੇ ਯੋਧਿਆਂ ਨੇ ਜਵਾਨਾਂ ਨੇ ਜਾ ਕੇ ਬਾਹਰ ਮੁਲਕਾਂ ਵਿੱਚ ਜਵਾਨੀ ਆਪਣੀਆਂ ਜਾਨਾਂ ਦਿੱਤੀਆਂ ਇਸ ਕਰਕੇ ਕਿ ਜੋ ਆਜ਼ਾਦੀ ਹੈ ਜੋ ਫਰੀਡਮ ਉਹ ਹਰ ਇੱਕ ਲਈ ਵਾਸਤੇ ਜ਼ਰੂਰੀ ਹੈ ਇਸੇ ਤਰ੍ਹਾਂ ਆਪਣੇ ਯੋਧੇ ਸੀ ਬੇਸ਼ੱਕ ਉਹ ਬਾਹਰ ਆਏ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਅਮਰੀਕਾ ਇੱਥੇ ਕਨੇਡਾ ਆ ਜਾਓ ਤਾਂ ਤੁਹਾਨੂੰ ਕਿੱਥੋਂ ਦੀ ਭੁੱਖ ਆ ਕਿ ਜਾਈਏ ਜੀ ਵਾਪਸ ਸਿਰਫ ਇੱਕੋ ਹੀ ਸੀ ਕਿ ਉਹਨਾਂ ਦਾ ਜਿਹੜਾ ਦਿਲ ਸੀ ਉਹ ਆਪਣੀ ਕੌਮ ਵਾਸਤੇ ਜਦੋਂ ਉਹਨਾਂ ਨੇ ਦੇਖਿਆ ਕਿ ਸਿਰਫ ਅਸੀਂ ਉੱਥੇ ਆਪਣੇ ਮੁਲਕ ਦੇ ਵਿੱਚ ਹੀ ਨਹੀਂ ਗੁਲਾਮ ਬਾਹਰ ਦੇ ਵਿੱਚ ਵੀ ਸਾਨੂੰ ਉਹੋ ਜਿਹਾ ਇੱਕੋ ਇਕੁਆਲਿਟੀ ਬਰਾਬਰਤਾ ਨਹੀਂ ਮਿਲਦੀ ਕਿਉਂਕਿ ਅਸੀਂ ਘਰ ਆਜ਼ਾਦ ਨਹੀਂ ਉਹਨਾਂ ਨੇ ਇੱਥੇ ਸਭ ਕੁਛ ਛੱਡ ਕੇ ਜਿਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਜੀ ਤਾਂ ਆਪਾਂ ਸੁਣਿਆ ਹੀ ਹਾਂ ਸਿਰਫ 2 ਸਾਲਾਂ ਦੇ ਵਿੱਚ 20 ਸਾਲ ਦੀ ਉਮਰ ਤੋਂ ਘੱਟ ਹੋਣ ਦੇ ਕਰਕੇ ਉਹਨਾਂ ਦੇ ਸਦਕੇ ਉਹਨਾਂ ਦੇ ਸ਼ਾਬਾਸ਼ ਜਿਹਨਾਂ ਦੇ ਜ਼ਿਗਰੇ ਇੱਡੇ ਸੀ ਜਿਨ੍ਹਾਂ ਨੇ ਦੇਖਿਆ ਕਿ ਸਾਡੇ ਵਾਸਤੇ ਜੋ ਸਭ ਤੋਂ ਵੱਧ ਜ਼ਰੂਰੀ ਚੀਜ਼ ਹੈ ਉਹ ਆਜ਼ਾਦੀ ਦੀ ਲੜਾਈ ਹੈ ਉਸ ਦੇ ਵਾਸਤੇ ਸੀ ਜੋ ਵੀ ਸਾਨੂੰ ਜਿੰਨੀ ਵੀ ਕੁਰਬਾਨੀ ਜਾਂ ਜਿੰਨੀ ਵੀ ਕੀਮਤ ਦੇਣੀ ਪਈ ਅਸੀਂ ਕਰਾਂਗੇ ਉਹ ਗਏ ਉਹਨਾਂ ਨੇ ਵਾਕਈ ਉਹੋ ਹੀ ਗੱਲ ਹੋਈ ਬੇਸ਼ੱਕ ਜਿਸ ਤਰ੍ਹਾਂ ਆਪਾਂ ਸੁਣਿਆ ਕਿ ਉਹਨਾਂ ਨੂੰ ਬੇਸ਼ੱਕ ਕਿਸੇ ਤਰ੍ਹਾਂ ਦੇ ਵੀ ਹੋਰ ਤਰ੍ਹਾਂ ਦੀਆਂ ਚੀਜ਼ਾਂ ਦੇ ਉਹਨਾਂ ਨੂੰ ਲਾਲਚ ਵੀ ਦਿੱਤੇ ਜਾਂਦੇ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਕਿਸੇ ਗੱਲ ਦਾ ਕੋਈ ਫਰਕ ਨਹੀਂ ਸੀ ਉਹਨਾਂ ਨੇ ਇਹ ਗੱਲ ਸਮਝੀ ਕਿ ਨਹੀਂ ਸਾਨੂੰ ਇੱਕੋ ਹੀ ਚੀਜ਼ ਦੀ ਲੋੜ ਹੈ ਉਹ ਹੈ ਆਜ਼ਾਦੀ ਜਿਸ ਤਰ੍ਹਾਂ ਪਰਮਿੰਦਰ ਕੌਰ ਨੇ ਦੱਸਿਆ ਅੱਜ ਬੇਸ਼ੱਕ ਆਪਾਂ ਨੂੰ ਉਹੋ ਜਿਹੀ ਕੋਈ ਸੰਘਰਸ਼ ਦੀ ਜ਼ਰੂਰਤ ਨਹੀਂ ਕਿ ਅਸੀਂ ਜਾ ਕੇ ਲੜਨਾ ਆਜ਼ਾਦ ਮੁਲਕ ਕਰਾਉਣਾ ਉਹ ਨਹੀਂ ਪਰ ਆਪਣੇ ਕੋਲ ਫਿਰ ਵੀ ਇਹ ਆਪਣਾ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਜ਼ਮਾਨੇ ਵਿੱਚ ਵੀ ਕੀ ਆਪਾਂ ਕਿਸ ਤਰ੍ਹਾਂ ਦੀ ਆਜ਼ਾਦੀ ਦੀ ਜ਼ਰੂਰਤ ਹੈ ਮੈਂ ਕਹੂੰਗਾ ਕਿ ਹੈ ਆਰਥਿਕ ਬਰਾਬਰਤਾ ਅੱਜ ਆਪਣੇ ਇਸ ਮੁਲਕ ਵਿੱਚ ਵੀ ਨਹੀਂ ਆਪਣਾ ਸੋਸ਼ਲ ਜਸਟਿਸ ਇਸ ਮੁਲਕ ਵਿੱਚ ਵੀ ਨਹੀਂ ਆਪਣੀ ਆਵਾਜ਼ ਤੁਸੀਂ ਫਿਰ ਅੱਜ ਵੀ ਉਠਾ ਸਕਦੇ ਹਾਂ ਕਿਉਂਕਿ ਉਦੋਂ ਹੀ ਤੁਹਾਡੀ ਆਵਾਜ਼ ਕਾਮਯਾਬ ਹੋਣੀ ਹੈ ਜਦੋਂ ਆਪਾਂ ਆਪਣੇ ਆਪਣੇ ਬਾਰੇ ਸੁਣਨੋਂ ਹਟ ਗਿਆ ਪੁੱਛਣੋਂ ਹਟ ਗਿਆ ਆਪਣੀ ਮੰਗ ਮੰਗਣੋਂ ਹਟ ਗਿਆ ਆਪਾਂ ਜਦੋਂ ਆਪਣੇ ਸਾਰੇ ਮੁਲਕ ਦੀ ਜਾਂ ਆਪਣੀ ਕਮਿਊਨਿਟੀ ਦੀ ਜਾਂ ਆਪਣੇ ਸਾਰੇ ਦੇਸ਼ ਦੀ ਆਪਣੇ ਰੀਜਨ ਦੀ ਵਾਸਤੇ ਕੁਛ ਮੰਗਦੇ ਹਾਂ ਤਦ ਹੀ ਉਹੋ ਜਿਹੀਆਂ ਕੁਰਬਾਨੀਆਂ ਦਾ ਕੋਈ ਫਾਇਦਾ ਸੀ ਕਿਉਂਕਿ ਜਦੋਂ ਭਗਤ ਸਿੰਘ ਸਿੰਘ ਸ਼ਹੀਦ ਜਾਂ ਕਰਤਾਰ ਸਰਾਭਾ ਸਿੰਘ ਕਰਤਾਰ ਸਿੰਘ ਸਰਾਭਾ ਉਹਨਾਂ ਦੀ ਸ਼ਹੀਦੀ ਸੀ ਉਹ ਸਿਰਫ ਇਸ ਕਰਕੇ ਨਹੀਂ ਕਿ ਅਸੀਂ ਆਜ਼ਾਦ ਹੋ ਜਾਣਾ ਪਰ ਉਹਨਾਂ ਦਾ ਜਿਹੜਾ ਵਿਚਾਰ ਸੀ ਉਸ ਤੋਂ ਵਾਧੂ ਸੀ ਕਿ ਜਿਹੜੇ ਇੱਥੇ ਵਸ਼ਿੰਦੇ ਸਾਡੇ ਲੋਕ ਰਹਿੰਦੇ ਆ ਉਹ ਬਰਾਬਰ ਹੋਣਗੇ ਉਹਨਾਂ ਨੂੰ ਕਿਸੇ ਕਿਸਮ ਦੀ ਜਾਤ ਪਾਤ ਜਾਂ ਕਿਸੇ ਗਰੀਬੀ ਤੋਂ ਕੋਈ ਫਰਕ ਨਹੀਂ ਰਹੂ ਅੱਜ ਦੀਆਂ ਸਰਕਾਰਾਂ ਦਾ ਫਰਜ਼ ਬਣਦਾ ਇਹ ਕਿ ਅਸੀਂ ਪੂਰੀ ਕੋਸ਼ਿਸ਼ ਕਰੀਏ ਦੇਖੀਏ ਕਿ ਕੀ ਅਸੀਂ ਇਹੋ ਜਿਹਾ ਕਾਨੂੰਨ ਕਰ ਰਹੇ ਹਾਂ ਜਿਨ੍ਹਾਂ ਦੇ ਨਾਲ ਆਰਥਿਕ ਸੋਸ਼ਲ ਜਸਟਿਸ ਉਹ ਬਰਾਬਰਤਾ ਹੋਵੇ ਬਰਨਵੀ ਸਰਕਾਰ ਤਾਂ ਕੋਈ ਇਸ ਪਾਸੇ ਇੰਨੇ ਇੰਪੋਰਟੈਂਸ ਨਹੀਂ ਪਰ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਇਹੋ ਹੀ ਕਰੀਦੀ ਆ ਕਿ ਜੇ ਕੋਈ ਵੀ ਜਿਹੜੇ ਜਿੱਥੇ ਸਭ ਤੱਕ ਸਾਡੀ ਆਪਣੀ ਅਥੋਰਿਟੀ ਆ ਕਿ ਕੀ ਅਸੀਂ ਕੁਛ ਕਰ ਸਕਦੇ ਹਾਂ ਕਿ ਕੀ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਯਾਦ ਕਰਦੇ ਹਾਂ ਉਸ ਦਾ ਫਾਇਦਾ ਕੀ ਹੈ ਉਹ ਇੱਕੋ ਹੀ ਆ ਕਿ ਅਸੀਂ ਵੀ ਉਹਨਾਂ ਤੋਂ ਕੁਛ ਸਿੱਖੀਏ ਸਾਨੂੰ ਵੀ ਕੁਛ ਸਿੱਖਿਆ ਮਿਲੇ ਕਿ ਸਾਡੀ ਜ਼ਿੰਦਗੀ ਵਿੱਚ ਕਿਸ ਚੀਜ਼ ਦੀ ਜ਼ਰੂਰਤ ਹੋ ਇਸ ਇਸ ਦੇ ਨਾਲ ਹੀ ਮੈਂ ਆਪਦੇ ਕੋਲੋਂ ਮਾਫ਼ੀ ਮੰਗਦਾ ਕਿਉਂਕਿ ਮੈਨੂੰ ਵੀ ਕੁਛ ਵਕਤ ਦੀ ਤੰਗੀ ਹੈ ਮੈਂ ਜਾਣਾ ਹੈ ਮੈਂ ਕੁਛ ਰਹਿ ਨਹੀਂ ਸਕਦਾ ਸਾਰੇ ਪ੍ਰੋਗਰਾਮ ਦੇ ਵਿੱਚ ਪਰ ਅਖੀਰ ਦੇ ਵਿੱਚ ਮੈਂ ਆਪ ਸਭ ਨੂੰ ਵਧਾਈ ਦਿੰਦਾ ਹਾਂ ਇਸ ਕੌਮੀ ਜੋ ਆਪਣੀ ਹਿਸਟੋਰਿਕ ਇਸ ਇਤਿਹਾਸਿਕ ਜਗ੍ਹਾ ਹੈ ਉਸ ਗੁਰਦੁਆਰਾ ਸਾਹਿਬ ਦੇ ਉਹਨਾਂ ਨੂੰ ਵੀ ਬੜੀ ਇਹ ਮੇਰੀ ਸਾਡੀ ਵੱਲੋਂ ਸਾਡੀ ਸਰਕਾਰ ਵੱਲੋਂ ਬੜੀ ਵਧਾਈ ਹੈ ਕਿ ਇੱਥੇ ਇਹੋ ਜਿਹੀਆਂ ਸ਼ਖਸੀਅਤਾਂ ਆਈਆਂ ਪਰਸਨੈਲਿਟੀਆਂ ਆਈਆਂ ਹਨ ਜਿਨ੍ਹਾਂ ਨੇ ਕਿ ਆਪਣੀ ਪੂਰੀ ਕੋਸ਼ਿਸ਼ ਕਰਕੇ ਨਾ ਕਿ ਆਪਣੀ ਸਿਰਫ ਕਲਚਰ ਹੀ ਨਹੀਂ ਬਲਕਿ ਸਾਰੀ ਕਮਿਊਨਿਟੀ ਨੂੰ ਬਲਕਿ ਸਾਰੇ ਸ਼ਹਿਰਾਂ ਨੂੰ ਬਰਾਬਰਤਾ ਬਾਰੇ ਆਪਣਾ ਪੂਰਾ ਕੀਤਾ ਆਓ ਅੱਜ ਆਪਾਂ ਇਹ ਵੀ ਪ੍ਰਣ ਕਰੀਏ ਕਿ ਆਪਾਂ ਵੀ ਆਪਣੇ ਵੱਲੋਂ ਕੋਈ ਕੋਸ਼ਿਸ਼ ਕਰੀਏ ਤਾਂ ਕਿ ਜਦੋਂ ਆਪਾਂ ਘਰ ਜਾਂਦੇ ਹਾਂ ਜਦੋਂ ਆਪਾਂ ਬਾਹਰ ਜਾਂਦੇ ਹਾਂ ਕਿ ਕੀ ਅਸੀਂ ਸੋਚੀਏ ਕਿ ਕੀ ਅਸੀਂ ਆਪਣੀ ਕਮਿਊਨਿਟੀ ਲਈ ਆਪਣੇ ਮੁਲਕ ਲਈ ਕੀ ਕਰ ਰਹੇ ਹਾਂ ਇੰਨਾ ਕਹਿੰਦਾ ਆਪ ਤੋਂ ਖਿਮਾਂ ਦਾ ਚਾਹ ਚੁੱਕਿਆ ਬਹੁਤ ਬਹੁਤ ਧੰਨਵਾਦ ਹਾਂਜੀ ਧਾਲੀਵਾਲ ਸਾਹਿਬ ਬਹੁਤ ਧੰਨਵਾਦ ਹੈ ਇੱਕ ਮਿੰਟ ਤੁਸੀਂ ਵੀ ਰੁਕਣਾ ਜੀ
ते गुरप्रीत सिंह हुरी जिन्हां ने जिथे रेडिकल देसी दा जिहड़ा ये इशू पक्कैदा तौर पर करतार सिंह सराभा गदर मूवमेंट उहदे नाल नाल 1984 जेनोसाइड कारनेज 84 दे विच बारे आर्टिकल लिखे ते नवंबर महीने ते केंद्रित कीता ते शहीद आजम सराभा ते उहनां दे साथियां दी शहादत नूं समर्पित जिथे गुरप्रीत सिंह इस तों बाद संबोधन करनगे। मैं गुजारिश करांगा क्योंकि हालांकि इशू पब्लिश हो चुकिया ते वक् वक् थावां ते इस वेले मौजूद है पर क्योंकि अज दा समागम जिहड़ा है करतार सिंह सराभा ते उहनां दे साथियां दी शहादत सौवीं शहीदी वरीगण नूं समर्पित है ते एक एक इशू जिहड़ा है उहनूं बकायदा डिस्पले करदिआं होइआं सारे मेहमान साहबान शामिल होणगे ते गुरप्रीत सिंह हुरां नूं वी स्टेज ते मैं सद्दा देंगा आओ उस तों बाद संबोधन करनगे ते तस्वीर जिहड़ी उस ते मैगजीन ते जिहड़ा इस इशू इस महीने दा इन्होंने तैयार करके इत्थे लैके आए ने ये तस्वीर जरनैल सिंह चित्रकार हुरां ने तैयार की है उन्होंने भी गुजारिश करांगे वह भी आउण ते एक सांझे तौर पर इस नूं असी स्टेज ते बकायदा तुहाडे लोक अर्पित करदे हां। उस तों बाद संबोधन करनगे गुरप्रीत सिंह करतार सिंह सराभा ते उन्हां दे बारे जिहड़ी तस्वीर तैयार की है। जरनैल सिंह तुसीं वी आओ प्लीज़। सो ये पेंटिंग इन्हें तैयार की है जरनैल सिंह हुरां ने ते उस पहली जिहड़ी उन्हां दी तस्वीर है करतार सिंह सराभा की उस नूं आधार बना के ब्लैक एंड वाइट तुसीं कई ने देखी होगी उन्होंने मुख रख के तैयार की गई है। सो इन्हां दा धन्यवाद है ते खास तौर पर जिवें गुरप्रीत सिंह उन्होंने रेडिकल देसी ते नूं बकायदा फ्रंट ते रख के ये इशू समर्पित किया है उसनों। सो ताड़ियां जोरदार धन्यवाद। दोस्तों पहला तो जिहड़े भी तुसी सारे समा कढ़ गए जाए इत्थे करतार सिंह सराभा की शहादत की शताब्दी के प्रोग्राम में शामिल होने लई सारे बधाई के पात्र हो असीं तुहाडे ऋणी हाँ धन्नवादी हाँ। मैं अपने साथियों का धन्नवाद करना चाहुंदा उचेचे तौर पर गुरविंदर सिंह धालीवाल ते इन्हां दी जिहड़ी पंजाबी सहत सभा मुढ़ली ते इसे तरह कमलजीत सिंह थिन महक पंजाब दी दे होस्ट इन्होंने जिहड़ा सहयोग दिता उसके करके प्रोग्राम जिहड़ा है सफल होया। दोस्तों मैं अपनी गल कुछ वक्रे तरीके नाल करनी चाहुंदा। दरअसल मैं थोड़ा ध्यान देना चाहुंदा कि जिथे करतार सिंह सराभा नूं असीं याद कर रहे हैं 16 नवंबर नूं करतार सिंह सराभा ते उहनां दे साथियों ने शहीदी जाम कीता सी उही दिन सी जदों लुई रियाल कैनेडा दा एक मूल वासी आगू उसनों भी शहीद किया गया सी। हालांकि लुई रियाल 30 वरे पहला शहीद होया और 30 वरिया बाद करतार सिंह सराभा शहीद होए पर सबब यह बनया कि दोनों दी शहादतां दी तरीक एको ही है 16 नवंबर। दुनिया के वक्त वक्त हिस्सों शहीदियां पाने वाले जिहड़े लोग सी दोने नायक उन्हां दी सांझी गल इह सी कि दोनों की लड़ाई बस्तीवाद जुलम ते साम्राज्यवाद के खिलाफ सी। सो इस करके असीं कह सकते हैं कि जिहड़ी साडी अपनी विरासत है उस दे विच ते जिहड़े इत्थों दे मूल वासी जिहड़े लोग ने उन्हां दी जिहड़ी अपने सरोकार ने बड़ा कुछ मिलता जुलता अज भी उन्हां दी जिंदगी विच असीं वेखदे हां किवें उन्हां नूं हाशिए ते तकिया गया उन्हां दीआं जमीनां नूं मल के पाइपलाइनां विछाउण दीआं गल्लां हो रहीआं ने और किस तरह उन्हां दी जबान नूं मातृ भाषा नूं खत्म करन लई रेडिएशन स्कूल खोले गए। सो जदों असीं इस धरती ते खलोते हां ये धरती उन्हां दी धरती है इस करके इस दे बारे सानूं हमेशा ही संजीदा होना चाहिए क्योंकि वैसे भी गदरियां दी ये सोच सी कि जिथे भी जुल्म होंदा असीं उसके खिलाफ खड़ांगे। अरे दोस्तों हैरी बैंसी ने एक गल बड़ी वधिया कही जिहड़ा उन्होंने इस गल ते जोर दिता कि गदर अज भी किसी ना किसी रूप से जारी है। मैं उन्हां दी गल नाल सहमत हाँ क्योंकि गदर बारे ये कहें गदर 1915 च फेल हो गया पर मैं ये कहांगा कि वह अटैम्प्टेड गदर सी उसनों किसी पासे लाने की कोशिश सी जिहड़ी उस घड़ी नहीं कामयाब हो सकी पर गदर किसी ना किसी रूप में मगरों भी उसका उठान होंदा रहा चाहे वह बब्बर कारी लहर के रूप में होया चाहे आज़ाद हिंदुस्तान च नक्सलवाड़ी लहर के रूप में होया या जे आप हुण भी गल करिए गदर एक बहुत वधिया फनकार जिहड़ा आंध्र प्रदेश का जिस दियाँ काफ़ी खबे पक्षी रुचियां ने माओवादी संघर्ष नाल भी जुड़िया होया उसने भी उस संघर्ष नूं अगे तोरिया है उसने गदर ना अपने लिए कुछ सोच के रखिया सी। सो लड़ाई उस रूप से जारी है क्योंकि सोहन सिंह भकना जी वो क्या करते कि जड़ा मेरी पिठ च कुब पिया ये मेरी मित्र देश की सरकार वालों दिती गई दिता गया तोहफा। सो उन्हां नूं आज़ाद हिंदुस्तान जेल कटनी पई अनेक होर मिसालां ने जिथे गदरिया ने आज़ाद हिंदुस्तान भी
ਜੇਲ੍ਹਾਂ ਕੱਟੀਆਂ, ਸੰਘਰਸ਼ ਕੀਤਾ, ਕਿਉਂਕਿ ਉਹਨਾਂ ਦੀ ਨਜ਼ਰ ਦੇ ਵਿੱਚ ਇਹ ਸੱਚੀ ਆਜ਼ਾਦੀ ਨਹੀਂ ਸੀ, ਇਹ ਸਿਰਫ ਇੱਕ ਤਰੀਕੇ ਨਾਲ ਸੱਤਾ ਦੀ ਤਬਦੀਲੀ ਹੋਈ ਸੀ। ਸੋ ਬੂਝਾ ਸਿੰਘ ਉਹਨਾਂ ਵਿੱਚ ਇੱਕ ਇਹੋ ਜਿਹਾ ਨਾਂ ਜਿਸ ਦੇ ਬਾਰੇ ਬੜੀ ਸ਼ਰਮ ਦੀ ਗੱਲ ਹੈ ਕਿ ਉਸ ਬਜ਼ੁਰਗ ਨੇ ਜਿਸ ਨੇ ਦੇਸ਼ ਨੂੰ ਆਜ਼ਾਦ ਕਰਾਇਆ ਉਸ ਨੂੰ ਸਮੇਂ ਦੀ ਸਰਕਾਰ ਨੇ ਝੂਠੇ ਮੁਕਾਬਲੇ 'ਚ ਕਤਲ ਕੀਤਾ, ਗੋਲੀ ਬਖਸ਼ੀ ਗਈ। ਸੋ ਮੈਂ ਅਗਲੀ ਗੱਲ ਕਰਨ ਤੋਂ ਪਹਿਲਾਂ ਦੱਸਣਾ ਚਾਹੁੰਦਾ ਕਿ ਬੂਝਾ ਸਿੰਘ ਜੀ ਦਾ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਸ ਨੂੰ ਤੋਰੀ ਰੱਖਣ ਲਈ ਸਾਡੇ ਇੱਕ ਸਾਥੀ ਬੂਟਾ ਸਿੰਘ ਬੜਾ ਵਧੀਆ ਕੰਮ ਕਰ ਰਹੇ ਨੇ। ਬੂਝਾ ਸਿੰਘ ਪ੍ਰਕਾਸ਼ਨ ਚਲਾਉਂਦੇ ਨੇ, ਉਹਨਾਂ ਦੀਆਂ ਕੁਝ ਕਿਤਾਬਾਂ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਅਸੀਂ। ਜੇ ਸਮਾਂ ਮਿਲੇ ਤਾਂ ਪਲੀਜ਼ ਇਹ ਕਿਤਾਬਾਂ ਜ਼ਰੂਰ ਉਹਨਾਂ ਦੀਆਂ ਲਓ ਔਰ ਪੜ੍ਹੋ ਜ਼ਰੂਰ। ਸ਼ੌਕ ਡਾਕਟਰੀਨ ਬੜੀ ਚਰਚਿਤ ਪੁਸਤਕ, ਉਸਦਾ ਉਹਨਾਂ ਨੇ ਪੰਜਾਬੀ 'ਚ ਅਨੁਵਾਦ ਕੀਤਾ, ਅਰੁੰਧਤੀ ਰੋਏ ਦਾ ਕੰਮ ਅਨੁਵਾਦ ਕਰਕੇ ਉਹਨਾਂ ਨੇ ਕਿਤਾਬਾਂ ਤਿਆਰ ਕੀਤੀਆਂ ਨੇ। ਸੋ ਜਿਹੜੇ ਉਸ ਵੇਲੇ ਜਿਹੜੇ ਹੁਣ ਵੀ ਜਿਹੜੇ ਸਰੋਕਾਰ ਨੇ ਜਿਹੜੇ ਗਦਰੀਆਂ ਨੂੰ ਪਰੇਸ਼ਾਨ ਕਰਦੇ ਸੀ ਉਹਨੂੰ ਲੈ ਕੇ ਬਕਾਇਦਾ ਉਹ ਲੋਕਾਂ ਵਿੱਚ ਕਚਹਿਰੀ ਵਿੱਚ ਜਾਣ ਵਾਸਤੇ ਇਹ ਪ੍ਰਕਾਸ਼ਨ ਚਲਾ ਰਹੇ ਨੇ। ਇਸ ਤੋਂ ਇਲਾਵਾ ਗਦਰ ਇਤਿਹਾਸ ਬਾਰੇ ਇੱਕ ਪੁਸਤਕ, ਮੇਵਾ ਸਿੰਘ ਬਾਰੇ ਇੱਕ ਪੁਸਤਕ ਵੀ ਉਪਲਬਧ ਹੈ, ਤੁਸੀਂ ਜਾਂਦੇ ਸਮੇਂ ਇਹ ਪੁਸਤਕਾਂ ਲੈ ਕੇ ਜਾ ਸਕਦੇ ਹੋ। ਰੈਡੀਕਲ ਦੇਸੀ ਮੈਗਜ਼ੀਨ ਬਿਲਕੁਲ ਫ੍ਰੀ 'ਚ ਤੁਸੀਂ ਲੈ ਕੇ ਜਾ ਸਕਦੇ ਹੋ, ਨਾਲ ਹੀ ਸਰੋਕਾਰਾਂ ਦੀ ਆਵਾਜ਼ ਪਰਚਾ ਉਹ ਵੀ ਉਪਲਬਧ ਹੈ। ਦੋਸਤੋ, ਮੈਂ ਸੰਖੇਪ 'ਚ ਗੱਲ ਕਰਨੀ ਚਾਹਾਂਗਾ ਕਿ ਗਦਰ ਇਤਿਹਾਸ ਦੀ ਅੱਜ ਦੀ ਪ੍ਰਸੰਗਕਤਾ ਬਾਰੇ, ਖਾਸ ਤੌਰ 'ਤੇ ਕਰਤਾਰ ਸਿੰਘ ਸਰਾਭਾ ਉਹਨਾਂ ਦੇ ਸਾਥੀਆਂ ਨੇ ਜਿਹੜਾ ਯੋਗਦਾਨ ਪਾਇਆ ਔਰ ਉਹਨਾਂ ਦੀ ਜਿਹੜੀ ਜਦੋਂ ਜਿਹਾ ਦੋਨਾਂ ਦੇਸ਼ਾਂ ਵਿੱਚ ਪ੍ਰਸੰਗਕ ਹੈ, ਹਿੰਦੁਸਤਾਨ 'ਚ ਵੀ ਅਤੇ ਕੈਨੇਡਾ 'ਚ ਵੀ। ਪਹਿਲਾਂ ਅਸੀਂ ਹਿੰਦੁਸਤਾਨ ਤੋਂ ਸ਼ੁਰੂ ਕਰਦੇ ਹਾਂ। ਜਦੋਂ ਹਿੰਦੁਸਤਾਨ ਦੀ ਜਦੋਂ ਆਫਿਸ਼ੀਅਲ ਆਜ਼ਾਦੀ ਦਾ ਐਲਾਨ ਹੋਇਆ ਤਾਂ ਹਿੰਦੁਸਤਾਨ ਨੂੰ ਧਰਮ ਦੇ ਤੌਰ 'ਤੇ ਦੋ ਹਿੱਸਿਆਂ 'ਚ ਵੰਡ ਦਿੱਤਾ ਗਿਆ। ਮੁਸਲਿਮ ਪਾਕਿਸਤਾਨ ਹੋਣ 'ਚ ਆਇਆ, ਉਸ ਵੇਲੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਹਿੰਦੂ ਅਤੇ ਸਿੱਖ ਜਿਹੜੇ ਬੁਨਿਆਦ ਪ੍ਰਸਤ ਅਨਸਰ ਨੇ ਉਹਨਾਂ ਨੇ ਨਿਸ਼ਾਨਾ ਬਣਾਇਆ। ਸੋਹਣ ਸਿੰਘ ਭਕਨਾ ਨੇ ਉਦੋਂ ਕਿਹਾ ਕਿ ਸਾਡੇ ਸੁਪਨਿਆਂ ਦਾ ਇਹ ਕਤਲ ਹੈ, ਸਾਡੀ ਸੋਚ ਦਾ ਇਹ ਕਤਲ ਹੈ। ਗਦਰੀਆਂ ਨੇ ਆਪਣੇ ਸਿਰਾਂ ਦੇ ਕਫਨ ਬੰਨੇ ਔਰ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਬਚਾਉਣ ਲਈ ਯਤਨ ਕੀਤੇ। ਮੇਰਾ ਕਹਿਣ ਦਾ ਮਤਲਬ ਕਿ ਉਹਨਾਂ ਦੀ ਸੋਚ ਬੜੀ ਸਪੱਸ਼ਟ ਸੀ, ਉਹ ਸਾਂਝੀ ਵਾਲਦਾ ਦੇ ਮੁਦਈ ਸੀਗੇ, ਇੱਕ ਅਜਿਹਾ ਦੇਸ਼ ਬਣਾਉਣਾ ਚਾਹੁੰਦੇ ਸੀ, ਆਜ਼ਾਦ ਹਿੰਦੁਸਤਾਨ, ਜਿੱਥੇ ਹਿੰਦੂ ਮੁਸਲਿਮ ਸਿੱਖ ਦੇ ਨਾਂ 'ਤੇ ਕੋਈ ਧਾਰਮਿਕ ਆਧਾਰ 'ਤੇ ਕੋਈ ਪਾੜਾ ਨਾ ਹੋਵੇ। ਪਰ ਜਦੋਂ ਦੇਸ਼ ਦੀ ਵੰਡ ਹੋਈ ਉਹਨਾਂ ਨੂੰ ਤਕਲੀਫ ਬਹੁਤ ਹੋਈ ਇਸ ਗੱਲ ਦੀ। ਸੋਹਣ ਸਿੰਘ ਭਕਨਾ ਨੇ ਸ਼ਾਇਦ ਸੋਚਿਆ ਵੀ ਨਹੀਂ ਹੋਣਾ, ਕਲਪਨਾ ਵੀ ਨਹੀਂ ਕੀਤੀ ਹੋਣੀ ਕਿ ਜਦੋਂ ਇੱਕ ਵਾਰ ਦੇਸ਼ ਆਜ਼ਾਦ ਹੋ ਗਿਆ, ਅੰਗਰੇਜ਼ ਉੱਥੋਂ ਚਲੇ ਗਏ, ਤਾਂ ਉਸ ਤੋਂ ਬਾਅਦ ਉਹਨਾਂ ਦੀ ਉਸ ਸੋਚ ਦਾ ਕਤਲ ਅਨੇਕਾਂ ਵਾਰ ਹੋਵੇਗਾ, ਇੱਕ ਵਾਰ ਨਹੀਂ ਅਨੇਕਾਂ ਹੋਰ ਵਰਗ ਹੋਵੇਗਾ। 1984 ਸਿੱਖ ਵਿਰੋਧੀ ਕਤਲੇਆਮ ਹੋਇਆ। ਅਫਸੋਸ ਦੀ ਗੱਲ, ਸ਼ਰਮ ਦੀ ਗੱਲ ਹੈ ਕਿ 1 ਨਵੰਬਰ ਨੂੰ ਗਦਰ ਅਖਬਾਰ ਸ਼ੁਰੂ ਹੋਇਆ ਔਰ 1 ਨਵੰਬਰ ਨੂੰ ਹੀ 1984 ਦੇ ਕਤਲੇਆਮ ਹੋਏ। ਮੇਰਾ ਕਹਿਣ ਦਾ ਮਤਲਬ ਉਹ ਬਿਲਕੁਲ ਗਦਰ ਪਾਰਟੀ ਦੀ ਸੋਚ ਦਾ ਕਤਲ ਸੀ। ਜੇ ਸੱਚਮੁੱਚ ਸਾਡੇ ਹਾਕਮਾਂ ਨੂੰ ਇਸ ਗੱਲ ਦਾ ਕੋਈ ਫਿਕਰ ਹੁੰਦਾ ਕਿ ਗਦਰੀ ਕੀ ਚਾਹੁੰਦੇ ਸੀਗੇ ਜਾਂ ਸਾਂਝੀਵਾਲਤਾ ਦੀ ਫਿਕਰ ਹੁੰਦੀ ਤਾਂ ਕਤਲੇਆਮ ਕਰਵਾਇਆ ਕਿਉਂ ਜਾਂਦਾ। ਸੋ ਆਪਣੇ ਇਸ ਅੰਕ ਦੇ ਵਿੱਚ ਬਕਾਇਦਾ ਉਸਦੇ ਬਾਰੇ ਥੋੜ੍ਹੀ ਚੀਰਫਾੜ ਕੀਤੀ ਗਈ ਹੈ, ਜਿਸਦਾ ਵਿਸਾਰ ਮੈਂ ਇੱਥੇ ਦੇਣਾ ਜ਼ਰੂਰੀ ਨਹੀਂ ਸਮਝਦਾ। ਪਰ 1984 ਤੋਂ ਬਾਅਦ ਤੁਸੀਂ ਵੇਖੋ, 2002 ਵਿੱਚ ਮੁਸਲਮਾਨ ਵਿਰੋਧੀ ਕਤਲੇਆਮ ਹੋਏ, ਜਿਹੜੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀ ਔਰ ਉਹਨਾਂ ਦੀ ਸ਼ਹਿ ਦੇ ਉੱਤੇ ਇਹ ਸਾਰਾ ਕੁਝ ਹੋਇਆ ਵਾਪਰਿਆ। ਇਸ ਤੋਂ ਇਲਾਵਾ ਅਸੀਂ ਵੇਖਦੇ ਹਾਂ ਕਿ ਕਿਸ ਤਰੀਕੇ ਨਾਲ ਉੜੀਸਾ ਵਿੱਚ ਈਸਾਈਆਂ 'ਤੇ ਜ਼ੁਲਮ ਹੋ ਚੁੱਕੇ ਨੇ ਔਰ ਇਸੇ ਤਰੀਕੇ ਨਾਲ ਹੁਣ ਪਿੱਛੇ ਜੇ 2 ਦਲਿਤ ਬੱਚਿਆਂ ਨੂੰ ਲੂਹ ਕੇ ਮਾਰ ਦਿੱਤਾ ਗਿਆ ਔਰ ਹੁਣ 20 ਪਿੱਛੇ ਇੱਕ ਮੁਸਲਮਾਨ ਦੀ ਹੱਤਿਆ ਕੀਤੀ ਗਈ। ਸੋ ਇਹ ਜਿਹੜਾ ਸਿਲਸਿਲਾ ਹੈ ਇਹ ਗਦਰ ਦੀ ਸੋਚ ਦਾ ਕਤਲ ਹੀ ਹੈ। ਪੂਨੀ ਸਾਹਿਬ ਨੂੰ ਚੰਗੀ ਤਰ੍ਹਾਂ ਯਾਦ ਹੈ, ਇਹ ਗਦਰੀਆਂ ਦਾ ਸ਼ੇਰ ਹੈ ਜਿਸ ਵਿੱਚ ਉਹ ਕਹਿੰਦੇ ਨੇ ਕਿ ਸਾਡੇ ਵਿੱਚ ਕੋਈ ਗਾਂ ਜਾਂ ਸੂਰ ਖਾਣ ਦੇ ਉੱਤੇ ਕੋਈ ਮਤਭੇਦ ਨਹੀਂ, ਸਾਡੇ ਵਿੱਚ ਕੋਈ ਫਰਕ ਨਹੀਂ ਇਹੋ ਜਿਹਾ, ਕੋਈ ਗਾਂ ਖਾਵੇ ਕੋਈ ਸੂਰ ਖਾਵੇ, ਅਤੇ ਜਿਹੜੇ ਗੋਰੇ ਨੇ ਬੇਸ਼ਰਮੀ ਨਾਲ ਸਭ ਕੁਝ ਹੀ ਖਾਂਦੇ ਨੇ। ਅੱਜ ਉਸੇ ਮੁਲਕ ਦੇ ਵਿੱਚ ਜੇ ਕੋਈ ਬੀਫ ਖਾਂਦਾ ਅਤੇ ਉਸਨੂੰ ਕਤਲ ਕੀਤਾ ਜਾਵੇ, ਇਹ ਬਹੁਤ ਇੱਕ ਸ਼ਰੇਆਮ ਫਾਸ਼ੀਵਾਦ ਹੈ। ਕਈ ਲੋਕ ਕਹਿਣਗੇ ਕਿ ਉਹ ਅਫਵਾਹ ਸੀ, ਮੇਰੀ ਦਲੀਲ ਇਹ ਹੈ ਕਿ ਉਹ ਜੇ ਅਫਵਾਹ ਨਹੀਂ ਵੀ ਸੀ, ਤੁਹਾਨੂੰ ਕੀ ਅਖਤਿਆਰ ਸੀ ਉਸ ਬੰਦੇ ਨੂੰ ਕਤਲ ਕਰਨ ਦਾ, ਉਹ ਚਾਹੇ ਬੀਫ ਵੀ ਖਾਵੇ। ਜੇ ਸੈਕੂਲਰ ਸਟੇਟ ਹੈ ਤਾਂ ਉੱਥੇ ਹਰ ਇਨਸਾਨ ਨੂੰ ਆਪਣੇ ਤਰੀਕੇ ਨਾਲ ਉੱਠਣਾ ਬੈਠਣਾ ਜੀਣ ਦਾ ਖਾਣ ਪੀਣ ਦਾ ਹੱਕ ਹੋਣਾ ਚਾਹੀਦਾ। ਇਸੇ ਤਰੀਕੇ ਨਾਲ ਜਦੋਂ ਅਸੀਂ ਵੇਖਦੇ ਹਾਂ ਕਿ ਇਹੀ ਸਰਕਾਰਾਂ ਨਤਮਸਤਕ ਹੁੰਦੀਆਂ ਨੇ, ਸਰਾਬੇ ਨੂੰ, ਗਦਰ ਪਾਰਟੀ ਨੂੰ, ਭਗਤ ਸਿੰਘ ਨੂੰ, ਇਹ ਸਭ ਢੋਂਗ ਕਰਦੀਆਂ ਨੇ। ਚਾਹੇ ਕਾਂਗਰਸ ਨੇ ਉਸਨੇ ਧਰਮ ਨਿਰਪੱਖਤਾ ਦਾ ਬੁਰਕਾ ਚਾੜਿਆ ਹੋਇਆ, ਜਾਂ ਭਾਰਤੀ ਜਨਤਾ ਪਾਰਟੀ ਜਿਹੜੀ ਨੰਗੀ ਚਿੱਟੀ ਫਿਰਕੂਵਾਦੀ ਜਮਾਤ ਹੈ, ਉਹਨਾਂ ਨੇ ਹਮੇਸ਼ਾ ਹੀ ਧਰਮ ਦੇ ਨਾਂ 'ਤੇ ਘੱਟ ਗਿਣਤੀ ਨੂੰ ਕੁੱਟ ਕੇ ਆਪਣੀ ਰਾਜ ਸੱਤਾ ਨੂੰ ਹਥਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ ਔਰ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ। ਔਰ ਇਸ ਵਿੱਚ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹੂੰਗਾ ਕਿ ਜਿਹੜੇ ਲੋਕ ਬੜੇ ਘਰੋੜ ਕੇ ਇਸ ਗੱਲ 'ਤੇ ਜ਼ੋਰ ਦਿੰਦੇ ਨੇ ਕਿ ਗਦਰੀ ਸਿੱਖ ਸੀਗੇ, ਉਹਨਾਂ ਨਾਲ ਵੀ ਮੈਂ ਸਹਿਮਤ ਨਹੀਂ ਹਾਂ। ਇਹ ਠੀਕ ਹੈ ਕਿ ਬਹੁਗਿਣਤੀ ਗਦਰੀਆਂ ਦੇ ਵਿੱਚ ਸਿੱਖਾਂ ਦੀ ਸੀ,
पर गदर पार्टी का कोई सिख राज बनाने का निशाना नहीं सी। करतार सिंह सराभा सिर्फ एक सिख नायक बना के पेश करना या सिखा की एक मूवमेंट का अंग बना के पेश करना यह भी इतिहास को तोड़ मोड़ के पेश करने की कोशिशें ने जिसके खिलाफ लोगों को आगाह होना चाहिए। और पिछे जो किताब कढ़ी गई गदरी बाबे कौन सन रिलीज़ करवाई गई जथेदार अकाल तख्त तो माफ़ करना ये उही जुंडली है जिहड़े जथेदारां दी अकाल तख्त जिहड़े काबज़ है जिन्हां ने जदों गदरी इत्थों मुड़े उन्होंने असिख होने का फतवा दिता गया जदों कामागाटा मारू का जहाज़ मुड़िया उन्होंने छेकिया गया ये जिहड़ी सरकार दे हथ ठोके जथेदार जिहड़े ने उन्हां तों इह किताबां जारी करवा के मोहर लवा के साबित करना चाहुंदे ने कि गदरी सिख सन बिल्कुल इतिहास नाल धरो कर रहे। सो इह सारियां धिरां दा कोई उन्हां ते दावा नहीं। सो इस किस्म दी दलीलां इस मैगजीन राही देण दीआं कोशिशां कीतीआं गईआं। तो हुण दोस्तों थोड़ी जी गल करांगे कैनेडा बारे कि कैनेडा विच वी क्यों प्रसंगक है। देखो गदर पार्टी ने जिहड़ा अपना बूटा लाया उस दे विच कैनेडा ने बहुत सारे कारण मुहैया कीते ने। जिस गुरद्वारे च असीं खलोते हाँ सराभा नूं याद कर रहे हैं ये गुरद्वारा गदरियां ने खड़ा किया ये संस्था उन्हां दी स्थापित की हुई है। सो सानूं बड़ा माण इस गल का इतों की मैनेजमेंट इस गल का माण है कि सानूं अज मौका मिलेगा कि असीं उत्थे बह के उन्हां बारे विचार करिए। पर नाल ही कुछ इहो जिहियां गल्लां ने जिहड़ियां करनियां बनदियां ने। हुण मिसाल दे तौर पर इत्थे भी नस्लवाद बहुत है मूल वासियां नाल लगातार हो रहा ढांचागत नस्लवाद। मिसाल दे तौर पर इमीग्रेशन दी नीतियां विच किस तरह धक्केशाहियां हो रही इस बारे सानूं सुचेत रहने की लोड़ है। पिछली जिहड़ी सरकार हुण हार गई सत्ता तो लै गई उन्हें बहुत बेशर्मी नाल बहुत इहो जिहियां नीतियां अपनाइयां सीगियां जिहड़ियां शरेआम रेसिस्ट नीतियां सीगियां। बावजूद उसदे आ जिहड़ा गदरियां दा कायम किया गुरद्वारा या इस तरीके नाल रॉ स्ट्रीट की गल करिए सारिया संस्थावां गदरियां ने खड़ियां कीतियां सन उत्थे उन्हां सरकारी लीडरां दे आउण ते सन्मान होंदे रहे ने उन्हां दी जी हजूरी होंदी रही है आओ भगत होंदी रही है। किसी ने कदे उन्हां नूं इह नहीं कहा कि तुसीं घटिया काम कर रहे हो या माड़ा काम कर रहे हो। बाबर नूं जावर कहण वाला हौसला किसी च नहीं सी और शरेआम उत्थे सरोपे भेट किए जाते रहे। और एक होर जिहड़ी बेशर्मी वाली गल होई कि जदों पिछली चोणां वेले तुसीं नोट कीता किस तरीके नाल टोरी लाचड़ लाचड़ के नकाब ते हमला कर रहे सी और साढ़े कई भाईचारे दे दस्तारधारी टोरी जिहड़े चाटड़े या उन्हां दे मंत्री संतरी जो भी सी ओह भी उन्हां दी बोली बोल रहे सी। हालांकि वह भुल गए कि इसे टोरी पार्टी ने जदों पग वाले बंदे पुलिस भर्ती होए तो किंतु परंतु कीता सी और बड़ी बेशर्मी नाल कह रहे सी कि तुसीं पग नूं नकाब नाल नहीं मेल सकते। मैं मिसाल देनी चाहुंदा कि जदों गदरी बाबे भारत वापस गए उन्होंने जेल सुट्टिया गया उन्होंने कहा गया कि तुहाडी पग्गां लावांगे उन्होंने भुख हड़ताल की नाल दे हिंदू गदरियां ने भी भुख हड़ताल उन्हां दा साथ दिता। जदों गदरी बाबे ने कहा कि तुहाडा तो मसला नहीं तुसीं तां हिंदू हो उन्होंने कहा कि नहीं ये तुहाडी पग का सवाल नहीं ये साडी सारयां दी पग का सवाल है। उन्हां च इहो जी सांझीवालता सी ते साडे भाईचारे ने किहो जिहा नमूना पेश किया कोई नस्ली घटना वापरदी अमरीका विच जे किसी सिख ते हमला होवे तां बहुत यह गल जोर दे के कही जाती है कि असी मुसलमान नहीं हाँ जदों कि नस्लवाद के खिलाफ लड़न लई एका कायम करन दी लोड़ है जिवें गदरियां ने कीता सी। सो मेरा मतलब कहिंदा कि यह बहुत इतराजयोग है और असी इतिहास के उन्हां गल्लां नूं बहुत ज़्यादा हाईलाइट कर रहे हैं जिन्हां दी मैं नहीं समझदा निजी तौर पर मेरे अपने निजी विचार ने हो सकता तुहाडे विचों कई लोग सहमत ना होण। अज जिहड़े बाहर दो घुड़सवार असी वेख रहे हैं ये साडे उस गदर इतिहास का माहौल उड़ा रहे हैं क्योंकि जदों भाई भाग सिंह ने उन्हां सारे ने अपनी वर्दियां अपने मैडल फूकते सीगे नाता तोड़ लिया सी बरतानवी सल्तनत तो फिर सानूं इहो जी प्रदर्शनियां लाउण दी की लोड़ है जिन्हां ने लाउणियां लाउण पर जिहड़े गुरद्वारे संस्थावां गदरियां ने कायम कीते ने घट्टो घट उत्थे इह गल जिहड़ी है बहुत गंभीरता नाल लई जाणी चाहीदी। और अखीर विच दोस्तों गदरियां दे नाते मेले कराउण वाले जिहड़े खौती खब्बे पक्षी ने उन्हां ते वी इतराज करना बणदा क्योंकि वह मेले तो लाउंदे ने कलाकार सद ले उत्थे नाच गाना हो गया उत्थे सरकारीए भी आ गए। पर जदों नरेंद्र मोदी जी इत्थे आए देखो नरेंद्र मोदी चुने हुए प्रधानमंत्री ने असीं समझदे हां इस गल नूं जिहड़े बहुत ज़्यादा पैट्रियोटिक हिंदुस्तानी ने जिन्हां दी बहुती सियासी सूझ नहीं है वो जे बहुत सुभाविक तौर पर जाके स्वागत करते उन्हां दा हक बनता। पर जिहड़े लोग अपने आप नूं खब्बे पक्षी कहिंदे आ जिहड़े कहिंदे असीं गदर दी सोच नूं परनाए होए हां जिन्हां नूं पता है कि सैकूलर सोच का घाण करन वाली भारतीय जनता पार्टी के इहनूं मैंदे ने घट्टो घट उन्हां नूं तां क्लीयर होना चाहिए ना असीं कित्थे खलोते हैं। एक पासे तुसीं गदरियां दे मेले कराउंदे हो तो जदों मोदी साहब इत्थे आए
ਅਤੇ ਉਹ ਆਪ ਖੋਡਾਂ 'ਚ ਵੜੇ ਹੋਏ ਸੀਗੇ। ਸੋ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਕੀ ਗਦਰੀਆਂ ਦਾ ਸਿਰਫ ਨਾਂ ਵਰਤ ਰਹੇ ਹੋ ਸਿਰਫ ਆਪਣੀ ਹੋਮੇ ਨੂੰ ਪੱਠੇ ਪਾਉਣ ਲਈ ਜਾਂ ਲਾਈਮ ਲਾਈਟ 'ਚ ਰਹਿਣ ਵਾਸਤੇ, ਜਾਂ ਤੁਸੀਂ ਇਸ ਫਰਕ ਨੂੰ ਪਛਾਣਦੇ ਹੋ ਕਿ ਸਾਨੂੰ ਵਿਰੋਧ ਵੀ ਕਰਨਾ ਚਾਹੀਦਾ। ਔਰ ਬੜੀ ਸ਼ਰਮ ਦੀ ਗੱਲ ਕਿ ਜਦੋਂ ਉਹ ਗਦਰੀਆਂ ਵੱਲੋਂ ਕਾਇਮ ਕੀਤੇ ਗਏ ਗੁਰਦੁਆਰੇ 'ਚ ਆਏ ਤਾਂ ਕਿਸੇ ਨੇ ਉੱਥੇ ਵੀ ਉਹਨਾਂ ਨੂੰ ਇੰਨਾ ਸਵਾਲ ਕਰਨਾ ਵੀ ਮੁਨਾਸਿਬ ਨਹੀਂ ਸਮਝਿਆ ਕਿ ਮੋਦੀ ਸਾਹਿਬ ਤੁਹਾਡੇ ਰਾਜ ਪ੍ਰਬੰਧ ਵਿੱਚ ਘੱਟ ਗਿਣਤੀ ਦੇ ਨਹਿਕਾਂ ਦੇ ਛਾਪੇ ਪੈ ਰਹੇ ਆ, ਗਦਰੀਆਂ ਦਾ ਸੋਚ ਦਾ ਘਾਣ ਹੋ ਰਿਹਾ, ਅਸੀਂ ਆਪਣਾ ਵਿਰੋਧ ਜ਼ਾਹਰ ਕਰਨਾ ਚਾਹੁੰਦੇ। ਉਲਟ ਗੱਲ ਇਹ ਹੋਈ ਕਿ ਜਿਹੜੇ ਲੋਕ ਨਿਸ਼ੰਗ ਹੋ ਕੇ ਉਹਨਾਂ ਦੀ ਫਿਰਕਾ ਪ੍ਰਸਤ ਸਿਆਸਤ ਦੇ ਖਿਲਾਫ ਉੱਥੇ ਰੈਲੀਆਂ ਕੱਢਣ ਲਈ ਪਹੁੰਚੇ ਹੋਏ ਸੀ, ਉਹਨਾਂ ਨੂੰ ਡਰਾਵੇ ਦਿੱਤੇ ਗਏ ਕਿ ਤੁਹਾਡੇ ਨਾਂ ਕਾਲੀ ਸੂਚੀ 'ਚ ਪੈਣਗੇ, ਤੁਹਾਨੂੰ ਵੀਜ਼ਾ ਨਹੀਂ ਮਿਲੇਗਾ। ਸੋ ਮੇਰਾ ਮਤਲਬ ਕਹਿਣ ਦਾ ਕਿ ਇਹ ਜੋ ਸਿਲਸਿਲਾ ਚੱਲ ਰਿਹਾ ਇੱਥੇ, ਜਿਸ ਤਰ੍ਹਾਂ ਦੀ ਮੁਦਾਖਲਤ ਉਸ ਤਰ੍ਹਾਂ ਦੀ ਫਿਰਕਾ ਪ੍ਰਸਤ ਸਰਕਾਰ ਦੀ ਇੱਥੇ ਵਿੰਗੇ ਟਿੱਡੇ ਢੰਗ ਨਾਲ ਸੋ ਕਾਲਡ ਸੈਕੂਲਰਿਸਟਾਂ ਸੋ ਕਾਲਡ ਲੈਫਟਿਸਟਾਂ ਦੇ ਰਾਹੀਂ ਕਰਵਾਇਆ ਜਾ ਰਿਹਾ ਕੰਮ, ਉਹ ਗੱਲ ਇਤਰਾਜ਼ਯੋਗ ਆ। ਜਾਂ ਤੁਸੀਂ ਗਦਰੀਆਂ ਦਿਨ ਉਹਨਾਂ ਨੇ ਬੰਦ ਕਰ ਦਿਓ, ਜਾਂ ਗਦਰੀਆਂ ਦੀ ਸੋਚ 'ਤੇ ਪੈਰਾ ਦਿਓ ਜਿਵੇਂ ਬੀਬੀ ਪਰਮਿੰਦਰ ਕੌਰ ਸਵੈਜ ਅਤੇ ਉਹਨਾਂ ਦੇ ਸਾਥੀਆਂ ਨੇ ਦਿੱਤਾ। ਗਦਰ ਸ਼ਤਾਬਦੀ ਕਮੇਟੀ ਵਾਲੇ ਇਹ ਸੱਜਣ ਸੀ ਜਿਹੜੇ ਉਦਣ ਰੈਲੀ 'ਤੇ ਗਏ ਸੀ, ਅਤੇ ਬਾਕੀ ਜਿਹੜੇ ਗਦਰੀਆਂ ਦੇ ਨਾਂ 'ਤੇ ਮੇਲੇ ਕਰਾਉਂਦੇ ਨੇ ਔਰ ਹੋਛੇ ਕਿਸਮ ਦੇ ਪ੍ਰੋਗਰਾਮ ਕਰਦੇ ਨੇ, ਉਹਨਾਂ ਦਾ ਕੋਈ ਉੱਥੇ ਨਾਮੋ ਨਿਸ਼ਾਨ ਨਹੀਂ ਸੀ। ਸੋ ਮੈਂ ਸਮਝਦਾ ਜੇ ਅਸੀਂ ਗਦਰੀਆਂ ਦੀ ਸੋਚ 'ਤੇ ਪੈਰਾ ਦੇਣਾ ਤਾਂ ਸਾਨੂੰ ਘੱਟੋ ਘੱਟ ਉਹੋ ਜਿਹਾ ਹੌਸਲਾ ਵੀ ਰੱਖਣਾ ਪਏਗਾ, ਅੱਗ ਚੱਬ ਕੇ ਉਹ ਕੁਛ ਕਰਨਾ ਪਊਗਾ ਜੋ ਉਹਨਾਂ ਨੇ ਕੀਤਾ। ਅੱਜ ਤਾਂ ਇੰਨਾ ਕੁਛ ਕਰਨ ਦੀ ਲੋੜ ਨਹੀਂ, ਪਰ ਮੈਂ ਮਹਿਸੂਸ ਕਰਦਾ ਕਿ ਜੇ ਪ੍ਰੋਟੈਸਟ ਕਰਨ ਲੱਗੇ ਤੁਹਾਨੂੰ ਡਰ ਲੱਗਦਾ ਤਾਂ ਫਿਰ ਮੇਰਾ ਖਿਆਲ ਗਦਰੀਆਂ ਦੇ ਦਿਨ ਮਨਾਉਣਾ ਜਾਂ ਸ਼ਤਾਬਦੀਆਂ ਮਨਾਉਣਾ ਬਿਲਕੁਲ ਵਿਅਰਥ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਸਨ ਗੁਰਪ੍ਰੀਤ ਸਿੰਘ, ਜਿਹੜੇ ਕਿ ਸਪਾਈਸ ਰੇਡੀਓ ਦੇ ਨਾਲ ਰੈਡੀਕਲ ਦੇਸੀ ਮੈਗਜ਼ੀਨ ਜ਼ਰੂਰ ਸਾਰੇ ਲੈ ਕੇ ਜਾਇਓ। ਇਹਨਾਂ ਦੀ ਕਿਤਾਬ ਵੀ ਜਿਹੜੀ ਮੇਵਾ ਸਿੰਘ ਨੇ ਹੌਪਕਿਨਸਨ ਨੂੰ ਕਿਉਂ ਮਾਰਿਆ, ਇਹ ਵੀ ਇੱਥੇ ਹੈ, ਕਿਉਂਕਿ ਜਨਵਰੀ ਮਹੀਨੇ ਮੇਵਾ ਸਿੰਘ ਦਾ ਸ਼ਹੀਦੀ ਦਿਨ, ਉਸ ਵੇਲੇ ਵੀ ਇਸੇ ਤਰ੍ਹਾਂ ਦੇ ਆਉਂਦੇ ਦਿਨਾਂ 'ਚ ਵੀ, ਬਲਕਿ ਅਗਲੇ ਮਹੀਨੇ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਉੱਦਮ ਕਰਨ ਦਾ ਪ੍ਰਬੰਧ ਕਰ ਰਹੇ ਨੇ। ਸੋ ਇਹ ਕਿਤਾਬਾਂ ਜਿਹੜੀਆਂ ਹਨ ਉਹ ਵੀ ਪੜ੍ਹਨ ਯੋਗ ਨੇ, ਬਹੁਤ ਵਧੀਆ ਨੇ। ਅੱਜ ਕਰਤਾਰ ਸਿੰਘ ਸਰਾਭਾ ਹੋਰਾਂ ਦੀ ਅਤੇ ਉਹਨਾਂ ਦੇ ਸਾਥੀਆਂ ਦੀ ਇਹ ਸ਼ਤਾਬਦੀ, ਸ਼ਹੀਦੀ ਸ਼ਤਾਬਦੀ ਦੇ ਉੱਪਰ ਜੋ ਗੱਲਾਂ ਗੁਰਪ੍ਰੀਤ ਸਿੰਘ ਉਹਨਾਂ ਨੇ ਕਹੀਆਂ, ਇਹ ਪ੍ਰਸੰਗਿਕਤਾ ਦੇ ਮੱਦੇਨਜ਼ਰ ਬਹੁਤ ਵਿਚਾਰਨਯੋਗ ਨੇ। ਅਤੇ ਇਹਨਾਂ ਸਾਰੇ ਸਵਾਲਾਂ ਦੀ ਰੋਸ਼ਨੀ ਦੇ ਵਿੱਚ ਅਸੀਂ ਦੇਖਣਾ ਕਿ ਅਸੀਂ ਕਿੱਥੇ ਖੜ੍ਹੇ ਹਾਂ। ਇਹਨੂੰ ਪਹਿਲਾਂ ਵੀ ਜਿਵੇਂ ਬੁਲਾਰੇ ਨੇ ਸਾਰਿਆਂ ਨੇ ਜ਼ਿਕਰ ਕੀਤਾ ਕਿ ਜਦੋਂ ਤੱਕ ਤੁਸੀਂ ਕੰਪੈਰੀਟਿਵ ਸਟੱਡੀ ਨਹੀਂ ਕਰਦੇ ਉਦੋਂ ਤੱਕ ਤੁਹਾਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿ ਹਕੀਕਤ ਕੀ ਹੈ। ਮੌਜੂਦਾ ਸਮੇਂ ਜੋ ਹਾਲਾਤ ਬਣੇ ਹੋਏ ਨੇ ਉਹਨਾਂ 'ਤੇ ਜੇਕਰ ਅਸੀਂ ਟਿੱਪਣੀ ਕਰ ਨਹੀਂ ਤਾਂ ਫਿਰ ਗੱਲ ਅਧੂਰੀ ਰਹਿ ਜਾਂਦੀ ਹੈ। ਦੂਸਰੀ ਗੱਲ, ਜਿਵੇਂ ਇਹ ਲਹਿਰ ਜਿਹੜੀ ਕਿ ਗਦਰ ਲਹਿਰ ਬਕਾਇਦਾ ਤੌਰ 'ਤੇ ਸਰਪ੍ਰਵਾਨਿਤ ਹੈ, ਦਰਅਸਲ ਇਸ ਨੂੰ ਮਾਨਤਾ ਕਿੰਨੀ ਕੁ ਮਿਲੀ ਹੈ? ਇਹ ਵਰ੍ਹਾ ਜਿਸ ਵਰ੍ਹੇ ਦੇਸ਼ ਨੇ ਬਕਾਇਦਾ ਤੌਰ 'ਤੇ NRI ਸੰਮੇਲਨ ਕਰਵਾਏ, ਬਹੁਤ ਵੱਡੇ ਇਕੱਠ ਹੋਏ, ਤਾਂ ਮੈਂ ਹੈਰਾਨ ਸੀ ਕਿ ਮੋਹਨਦਾਸ ਕਰਮਚੰਦ ਗਾਂਧੀ ਹੋਰਾਂ ਦੇ ਦੇਸ਼ ਦੇ ਵਿੱਚ ਪਰਤਣ ਦੇ ਉਪਲਕਸ਼ ਦੇ ਵਿੱਚ, ਉਸ ਦੇ ਸੰਬੰਧ ਦੇ ਵਿੱਚ ਇਸ ਨੂੰ ਸ਼ਤਾਬਦੀ ਵਰ੍ਹਾ ਕਿਹਾ ਗਿਆ। ਪਰ ਇਹ ਯਾਦ ਨਹੀਂ ਆਇਆ ਕਿ ਸ਼ਤਾਬਦੀ ਵਰ੍ਹਾ ਉਹਨਾਂ ਯੋਧਿਆਂ ਦਾ ਵੀ ਸ਼ਹੀਦੀ ਦਾ ਸ਼ਤਾਬਦੀ ਵਰ੍ਹਾ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ। 1915 ਦੇ ਵਿੱਚ ਮੇਵਾ ਸਿੰਘ ਹੋਰਾਂ ਦਾ ਜਨਵਰੀ ਮਹੀਨੇ 100ਵੀਂ ਸ਼ਤਾਬਦੀ ਦਾ ਇਹ ਵਰ੍ਹਾ, ਪਰ ਕਿਸੇ ਨੇ ਉਸ ਜਿਹੜਾ ਦੇਸ਼ ਦਾ ਸਭ ਤੋਂ ਵੱਡਾ NRI ਸੰਮੇਲਨ ਸੀ ਉਸ ਦੇ ਵਿੱਚ ਮੇਵਾ ਸਿੰਘ ਦਾ ਨਾਂ ਤੱਕ ਨਹੀਂ ਲਿਆ। ਆ ਜੋ ਅੱਜ ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ ਸਾਥੀਆਂ ਦੀ ਗੱਲ ਹੋ ਰਹੀ ਹੈ, ਉਸ ਥਾਂ 'ਤੇ ਹੋ ਰਹੀ ਹੈ ਜਿਸ ਥਾਂ 'ਤੇ ਉਹਨਾਂ ਨੇ ਕੁਰਬਾਨੀਆਂ ਦਾ ਬਕਾਇਦਾ ਬੂਟਾ ਲਾਇਆ, ਜਿਸ ਨੂੰ ਯਾਦ ਕੀਤਾ ਜਾ ਰਿਹਾ। ਅੱਜ ਕਿੰਨਾ ਕੁ ਰਾਸ਼ਟਰ ਪੱਧਰ 'ਤੇ ਇਸ ਦਿਨ ਨੂੰ ਯਾਦ ਕੀਤਾ ਜਾ ਰਿਹਾ ਹੋਵੇਗਾ, ਤੁਸੀਂ ਕੱਲ੍ਹ ਨੂੰ ਅੰਦਾਜ਼ਾ ਲਾ ਸਕਦੇ ਹੋ। ਅਤੇ ਜਿਹੜੇ ਕਰਦੇ ਵੀ ਨੇ ਉਹਨਾਂ ਦੇ ਵਿੱਚੋਂ ਜਿਹੜੀਆਂ ਸਰਕਾਰਾਂ ਦੇ ਆਗੂ ਕਰ ਰਹੇ ਨੇ ਕਿਸ ਢੰਗ ਨਾਲ ਕਰਦੇ ਨੇ, ਉਹਦਾ ਉੱਤਰ ਵੀ ਸਾਨੂੰ ਮਿਲ ਜਾਏਗਾ। ਕਿਉਂਕਿ ਇਸ ਭਾਵਨਾ ਨੂੰ ਪ੍ਰਚੰਡ ਉਹ ਇਸ ਕਰਕੇ ਨਹੀਂ ਕਰਨਾ ਚਾਹੁੰਦੇ ਕਿਉਂਕਿ ਜਦੋਂ ਕਰਤਾਰ ਸਿੰਘ ਸਰਾਭਾ ਦਾ ਨਾਂ ਲੈਣਗੇ ਤਾਂ ਉਹਨਾਂ ਦੇ ਸਾਹਮਣੇ ਉਹ ਇੱਕ ਸ਼ੀਸ਼ਾ ਹੋਏਗਾ, ਜਿਸ ਸ਼ੀਸ਼ੇ ਦੇ ਵਿੱਚੋਂ ਉਹਨਾਂ ਨੂੰ ਆਪਣੀ ਸ਼ਕਲ ਦਿਸੇਗੀ ਕਿ ਕੀ ਉਹਨਾਂ ਦੀ ਕੁਰਬਾਨੀ ਸੀ ਅਤੇ ਕਿੱਥੇ ਅਸੀਂ ਖੜ੍ਹੇ ਹਾਂ। ਕਿਉਂਕਿ ਇੱਕ ਚੀਜ਼ ਦੀ ਜ਼ਮੀਰ ਜੋ ਵਾਪਸ ਨਾ ਲਾ ਸਕਾ, ਲੌਟਾ ਤਾਂ ਹੈ ਜ਼ਰੂਰ ਵੋ ਦੁਨੀਆ ਖਰੀਦ ਕਰ। ਜ਼ਮੀਰ ਨੂੰ ਵੇਚ ਕੇ ਦੁਨੀਆ ਖਰੀਦ ਕੇ ਵਿਕਣ ਵਾਲੇ ਲੋਕ ਆਪਣੀ ਆਪਣੀ ਧਰਤੀਓਂ ਪੇ ਲੋਕ ਖੰਜਰ ਬੋ ਗਏ। ਇਹ ਜਿਹੜੇ ਜ਼ਖਮ ਦੇ ਰਹੇ ਲੋਕ ਨੇ ਇਹਨਾਂ ਦੇ ਬਾਰੇ ਸੁਚੇਤ ਕਰਨਾ ਸਾਡਾ ਫਰਜ਼ ਹੈ। ਅੱਜ ਦੇ ਇਸ ਸਮਾਗਮ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਸ਼ਖਸੀਅਤਾਂ
ਬਾਹਰੋਂ ਆਈਆਂ ਨੇ, ਬਹੁਤ ਸਾਰੇ ਬੁਲਾਰੇ ਨੇ। ਸਮਾਂ ਬਹੁਤ ਸੰਖੇਪ ਹੈ ਕਿਉਂਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੰਨੇ ਸਥਾਨਕ ਸਾਡੇ ਲੇਖਕ ਚਿੰਤਕ ਬੁੱਧੀਜੀਵੀ ਨੇ ਉਹਨਾਂ ਸਾਰਿਆਂ ਨੇ ਬਕਾਇਦਾ ਸਾਡੇ ਮਹਿਮਾਨਾਂ ਨੂੰ ਸਮਾਂ ਦਿੱਤਾ। ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਪ੍ਰਬੰਧਕੀ ਕਮੇਟੀ ਦਾ ਅਸੀਂ ਇਸ ਕਰਕੇ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਪੂਰਨ ਸਹਿਯੋਗ ਦਿੱਤਾ। ਹਾਲਾਂਕਿ ਕੁਝ ਪ੍ਰਬੰਧਕ ਅਸੀਂ ਇੰਤਜ਼ਾਰ ਕਰਦੇ ਰਹੇ, ਪਹਿਲਾਂ ਮੌਜੂਦ ਨਹੀਂ ਸਨ। ਜਤਿੰਦਰ ਸਿੰਘ ਹੁਰੀ ਪਹੁੰਚੇ ਨੇ, ਬਹੁਤ ਧੰਨਵਾਦ ਤੁਹਾਡਾ ਸਹਿਯੋਗ ਲਈ। ਅਤੇ ਇਸ ਦੇ ਨਾਲ ਨਾਲ ਮੈਂ ਸਾਡੇ ਵਿਚਕਾਰ ਜਰਨੈਲ ਸਿੰਘ ਸੇਖਾ ਜੀ, ਉਹਨਾਂ ਨੇ ਜਦੋਂ ਇਹ ਪ੍ਰੋਗਰਾਮ ਦੇ ਦੌਰਾਨ ਸਾਰੀ ਗੱਲਬਾਤ ਪ੍ਰਸੰਗਿਕਤਾ ਦੀ ਚੱਲੀ, ਖੁਦ ਇੱਕ ਲੇਖਕ ਨਾਵਲਕਾਰ ਚਿੰਤਕ ਬੁੱਧੀਜੀਵੀ ਨੇ, ਕਿਉਂਕਿ ਗੱਲ ਹੋਈ ਸੀ ਲੇਖਕਾਂ ਨੇ ਆਪਣਾ ਪ੍ਰੋਟੈਸਟ ਕੀਤਾ, ਜੋ ਮੌਜੂਦਾ ਹਾਲਾਤ ਦੇ ਬਾਰੇ ਆਪਣਾ ਪ੍ਰਤੀਕਰਮ ਕੀਤਾ, ਇੱਕ ਚਿੰਤਕ ਹੋਣ ਦੇ ਨਾਤੇ ਅੱਜ ਦੇ ਸਮਾਗਮ ਦੇ ਵਿੱਚ ਚੰਦ ਸ਼ਬਦ ਜਰਨੈਲ ਸਿੰਘ ਸੇਖਾ ਉਹ ਸਾਂਝੇ ਕਰਨਗੇ। ਜਰਨੈਲ ਸਿੰਘ ਸੇਖਾ ਜੀ, ਮੈਂ ਪਹਿਲਾਂ ਤਾਂ ਇਹਨਾਂ ਤਿੰਨਾਂ ਸੰਸਥਾਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਸਮਾਂ ਜਿਹੜਾ ਹੈਗਾ ਵਾਲੀਗੰਜ ਮਨਾ ਰਹੇ। ਮੈਂ ਕਰਤਾਰ ਸਿੰਘ ਸਰਾਭਾ ਬਾਰੇ ਪਹਿਲਾਂ ਕਦੇ ਨਹੀਂ ਸੀ ਸੁਣਿਆ ਜਦੋਂ ਪੜ੍ਹਦੇ ਸੀ। ਹੁਣ ਜਦੋਂ ਮੈਂ ਉਹਨਾਂ ਦੇ ਬਾਰੇ ਕਿਤਾਬ ਪੜ੍ਹੀ ਅਤੇ ਹੈਰਾਨ ਹੋਇਆ, ਅਚੰਬਾ ਹੋਇਆ ਮੈਨੂੰ ਵੀ ਇੰਨੀ ਛੋਟੀ ਉਮਰ ਦੇ ਵਿੱਚ ਅਤੇ ਇੰਨੇ ਕੰਮ ਕਰ ਗਿਆ। ਸਾਰੇ 12 ਕੁ ਸਾਲ ਦਾ ਸੀਗਾ ਜਦੋਂ ਛੇਵੀਂ ਸੱਤਵੀਂ ਦੇ ਵਿੱਚ ਪੜ੍ਹਦਾ ਹੋਏਗਾ 1907 ਦੇ ਵਿੱਚ। ਉਸ ਵੇਲੇ ਚੱਲੀ ਸੀ ਕਿ ਪਗੜੀ ਸੰਭਾਲ ਜੱਟਾ ਲਹਿਰ ਅਜੀਤ ਸਿੰਘ, ਅਤੇ ਉਸ ਦੇ ਛੇਵੀਂ ਸੱਤਵੀਂ ਦੇ ਵਿੱਚ ਇਹ ਕਵਿਤਾ ਯਾਦ ਹੋ ਗਈ ਸੀ। ਔਰ ਜਦੋਂ ਇੱਥੇ ਆ ਕੇ ਉਹਨਾਂ ਗਦਰ ਅਖਬਾਰ ਦੇ ਵਿੱਚ ਪਹਿਲਾਂ ਉਰਦੂ ਦੇ ਵਿੱਚ ਛਪਦਾ ਸੀ, ਅਤੇ ਪਹਿਲੀ ਕਵਿਤਾ ਇਹ ਉਹਨਾਂ ਨੇ ਗੁਰਮੁਖੀ ਅੱਖਰਾਂ ਦੇ ਵਿੱਚ ਉਹਦੇ ਵਿੱਚ ਛਪਾਈ ਸੀ। ਇਸ ਤੋਂ ਪਤਾ ਲੱਗਦਾ ਕਿ ਉਹ ਛੋਟੀ ਉਮਰ ਦੇ ਵਿੱਚ ਹੀ ਇਸ ਪਾਸੇ ਤੁਰ ਪਏ ਸੀ। ਉਹਨਾਂ ਦੇ ਮਨ ਦੇ ਵਿੱਚ ਛੋਟੀ ਉਮਰ ਦੇ ਵਿੱਚ ਹੀ ਆਜ਼ਾਦੀ ਦੀ ਚਿਣਗ ਜਾਗ ਪਈ ਸੀ। ਹੁਣ ਉਹ ਇੱਥੇ ਆਉਂਦੇ ਆ, ਛੋਟੀ ਜਿਹੀ ਉਮਰ ਦੇ ਵਿੱਚ ਇੱਕ ਸੰਪਾਦਕ, ਚੋਟੀ ਦੇ ਸੰਪਾਦਕ ਬਣਦੇ ਆ। ਗਦਰ ਅਖਬਾਰ ਨੂੰ ਸੰਪਾਦ ਕਰਨਾ ਪੰਜਾਬੀ ਦਾ ਜਿਹੜਾ ਹੈ, ਔਰ ਇੱਕ ਚੋਟੀ ਦੇ ਕਵੀ ਹੈ। ਜਦੋਂ ਬਹੁਤ ਸਾਰੇ ਸੀਗੇ, ਭਗਵਾਨ ਸਿੰਘ, ਮਨਸ਼ਾ ਸਿੰਘ ਦੁਖੀ, ਹੋਰ ਅਨੇਕਾਂ, ਔਰ ਜਦੋਂ ਹੋਰ ਘੱਟ ਹੁੰਦੀਆਂ ਸੀ ਕਿਉਂਕਿ ਇੱਕ ਸਫ਼ਾ ਪੂਰੇ ਦਾ ਪੂਰਾ ਹੁੰਦਾ ਸੀਗਾ, ਉਹ ਆਪਦੀਆਂ ਕਵਿਤਾਵਾਂ ਉਸ ਵੇਲੇ ਦੇ ਦਿੰਦੇ ਸੀ। ਔਰ ਇਸ ਤਰ੍ਹਾਂ ਉਹਨਾਂ ਦੇ ਜਿਹੜੀ ਸੀਗੀ ਉਸ ਵੇਲੇ ਇੱਕ ਬਹੁਤ ਤਕੜਾ ਕਵੀ ਸੀ। ਆਲੇ ਦੁਆਲੇ ਤੋਂ ਖਬਰਾਂ ਲੈ ਕੇ ਛਾਪਦੇ ਸੀ, ਬੜੇ ਚੰਗੇ ਪੱਤਰਕਾਰ ਸੀ, ਔਰ ਉਲਥਾਕਾਰ ਵੀ ਬੜੇ ਕਮਾਲ ਦੇ ਸੀ। ਦੂਸਰਿਆਂ ਭਾਸ਼ਾਵਾਂ ਦੇ ਵਿੱਚ ਜਿਹੜੇ ਛਪਦੇ ਸੀਗੇ ਲੇਖ ਲਾਲਾ ਰਾਜ, ਸੋਰੀ ਆਪਣੇ ਦੇ ਹਰਦਿਆਲ ਦੇ, ਉਹ ਪੰਜਾਬੀ ਦੇ ਵਿੱਚ ਉਹਨਾਂ ਨੂੰ ਟ੍ਰਾਂਸਲੇਟ ਕਰਦੇ ਸੀ। ਫਿਰ ਗਦਰ ਪਾਰਟੀ ਨੂੰ ਸੰਗਠਿਤ ਕਰਨਾ ਇੱਕ ਬਹੁਤ ਵੱਡੇ ਸੰਗਠਿਤ ਕਰਤਾ, ਇੰਨੀ ਉਮਰ ਦੇ ਵਿੱਚ ਇੰਨੇ ਕੰਮ ਕਰ ਜਾਣੇ। ਜਦੋਂ ਇੱਥੋਂ ਸਾਰੇ ਜਾਂਦੇ ਆ ਗਦਰੀ ਬਾਬੇ, ਉਸ ਵੇਲੇ ਬਾਬੇ ਤਾਂ ਨਹੀਂ ਸੀ, ਉਹਨਾਂ ਨੂੰ ਸਾਰਿਆਂ ਨੂੰ ਤਕਰੀਬਨ ਫੜ ਲਿਆ ਜਾਂਦਾ, ਪਰ ਇਹ ਸੀਗੇ ਜਿਹੜੇ ਉੱਥੇ ਜਾ ਕੇ ਗਏ ਅਤੇ ਸਾਰੀ ਜਿਹੜੀ ਸੀਗੀ ਉੱਥੇ ਫਿਰ ਸੰਘਰਸ਼ ਕੀਤਾ ਸਾਰਿਆਂ ਨੂੰ। ਜਦੋਂ ਗਦਰ ਫੇਲ ਹੋ ਜਾਂਦਾ, ਬਹੁਤ ਸਾਰੇ ਫੜੇ ਜਾਂਦੇ, ਇਹ ਫਿਰ ਨਹੀਂ ਫੜੇ ਜਾਂਦੇ, ਚਲੇ ਪਿਸ਼ਾਵਰ ਵਾਲੇ ਪਾਸੇ ਚਲੇ ਜਾਂਦੇ। ਉਹਨਾਂ ਦਾ ਸੀਗਾ ਵੀ ਅਸੀਂ ਅਫਗਾਨਿਸਤਾਨ ਚਲੇ ਜਾਣਾ,
जा सकते सी, पर फिर उन्होंने मन के जिवें पुन्नी साहब ने दस्या उतों मुड़ते है तो किसी गदार की गदारी कारण फड़े जाते हैं। इन्ने समय के इन्ना कुछ कर जाना मैं ना भी तन है अचंभा हों इन गल्लां सुन के भी इस तरह निक्का जिहा छोट तो इन्ना कुछ कर गया। पहला पत्रकार सी जिहड़ा शहीद होया, पहला कवि सी जिहड़ा शहीद होया, पहला संपादक सी जिहड़ा शहीद होया, इस तरह हर थां ते पहल सी ते उहदी पहल नूं मेरा प्रणाम। एक पत्रकार के तौर पर, एक संपादक के तौर पर, एक उलथाकार के तौर पर, बहुपक्षी शख्सियत के तौर पर शहीद करतार सिंह सराभा बारे जिक्र किया है। जरनैल सिंह सिख होर ने नावल जरूर पढ़ो, बहुत सारे नावल वक् वक् विषयों पर मौजूदा हालात बारे भी लिखते हैं, पर एक गड़ी गल इन बड़ी कमाल दी है कि असी करतार सिंह सराभा की एक नौजवान एक मुछपट गभरू वाली फोटो देखी है, बस उस तो बाद ज़्यादा सानू पता नहीं, यह पता भी शहीद हो गया सी। उसते उन्ने छोटे उम्र के सफ़र के प्राप्तियां की ने, उन्हों का सही अर्थां च अजे तक मुलांकन नहीं होया, चलना उन्होंने तो दूर की गल है, अज तक उन्हों का विश्लेषण भी सही ढंग नहीं किया, अज सिर्फ एक दो पहलू ने उतों तक महदूद रहे हैं। बहुत सारिया शख्सियत मौजूद ने बाहरों आई, मैं सारे का तह दिलों धन्यवाद करदा जरनैल सिंह जी चित्रकार उन्होंने कहा कि इन्होंने कहा बहुत धन्यवाद, मैं जड़ा इत्थे ही अपना जड़ा समय की थान पर तुहाडा धन्यवाद करदा। इस तरह मोहन सिंह गिल जी भी साढ़े विचकार ने, असी रामपुरी साहब भी, बहुत सारिया होर परसनैलिटीज़ ने, प्रिंसीपल साहब प्रिंसीपल पूनिया जी वो साढ़े विचकार ने। मैं गुजारिश करांगा अज इस कुरबानी की शहादत की जिहड़ा सौवां वरा गंढ है अज की तारीख के इस दी प्रसंगता बारे गलबात करनगे नालों नाल। उस तो बाद महेंद्र सिंह मोहगिल साढ़े कौंसलर जिहड़े बहुत ट्रम्मे वाली शख्सियत ने, लगातार जदों समागम के दौरान इन्ना समा बैठना समा कढ़ना अपने रुझेव्यां तो फुरसत लैके वो भी साढ़े विचकार ने गलबात करनगे। प्रिंसीपल साहब दोस्तों अज असी महान शहीद जिहड़े जिन्होंने छोटी उम्र के ही बहुत ही आला पूर्ने पाए, जिहड़ी कि असी वड्डी उम्र वाले भी उन्हां ते माण कर सकते हाँ। मेरा भी बचपन तो ही जिहड़ी अगांहवधू लहर है उहदे नाल बहुत नेड़े दा वास्ता रहा है, जिवें गुरप्रीत ने गल कीती है बाबा बुज्जा सिंह दे नाल मैं बहुत ज़्यादा नेड़े तो काम किया, तो पहला जिहड़ी पंजाब कोआर्डीनेशन कमेटी बनी सी नक्सलाइट दी पंजाब दे विच वो मेरे घर ही स्थापित की गई सी, ते मैनू माण हासिल है कि उस महान जिहड़ा इनकलाबी सीगा उहदे नाल विचरन दा उहदे नाल गलबात करन दा माण प्राप्त है। समा दी नज़ाकत नूं रखदे होए मैं इन्हां गदरी योध्यां दी सोच नूं प्रणाम करदा हाँ, ते नाल ही नाल अज सानूं इन्हां मुल्कां दे विच जिहड़ा असी इमीग्रेशन लई है ते साडी जिहड़ी अगली पीढ़ी है उस दे संदर्भ दे विच जिहड़ा मैं जिहड़ा महसूस कीता इत्थे आ के उहदी की रेलेवेंसी बनदी हैगी है। इस दे नाल जिवें डिस्क्रिमीनेशन की आपां गल करदे हां, रेशियोइज़म की गल करदे हां, यह पहलां भी सीगी अज भी है, इहदियां जड़ां बड़ियां डूंघियां हन गियां, राज करन वालियां शक्तियां इस नूं अड अड रूपां दे विच जिहड़ा हैगा इस नूं सलवांदियां रहिंदियां ने, यह कदी पखा लैंदियां ने कदी उहनूं ठंडा कर दिंदियां हन गियां, जिथे इन्हां नूं अपने मकसद जिहड़े पूरे करने हुंदे ने उत्थे इहनूं हवा दे दिंदियां हन गियां, कितें इन्हां नूं जिहड़ा हैगा दबा दिंदियां हन गियां, इह सानूं आपां सारिआं नूं ही इसदा ग्यान हैगा। इत्थे मैं परसनली
देखा मैं 10 साल इतने आए हुए हुए ने इन्ना डिस्क्रिमीनेशन हले भी इन्ना है। मैं परसन मैं गल्ला थोड़े ना शेयर करदा। मैं वैनकूवर गया तो उत्थे जिहड़ा गोरे नेड़े दी लंघे मेरे तो सिरगट जिहड़ी हैगी है धुखदी हुई सिरगट मेरी पग दे उत्ते इस तरह रख के हो चले गए तो मैनू नहीं पता लगा जदों उन्हें ज गर्म सी हो सुलग रही सी तो जो मेरे पता लगे भी की हो गया है जब मैं झाड़ी तो वो सुलग की सिगरट जी है मेरी पग दे विचों थले डिगी। इस तरह ही असी वैनकूवर दे विच ही चलो असी देखिए मेरी आदत हैगी भी मैं इंटरैक्शन करता रहना इत्थे जिहड़े डिफरेंट कम्यूनिटी के लोग ने ते असी बीयर बार दे विच चले गए। मेरे नाल एक होर सी अजैब सिंह हांस ते असी जो गए तो उत्थे जिहड़े सीगे गोरे बैठे सीगे सानू पैर निकले यू बास्टर यू सानू बहुत कुछ उन्होंने बोलिया। मैं हैरान हो गया भी कमाल की गल है भी साडा इस मुल्क दे विच किन्ना कंट्रीब्यूशन हैगा इन्हां दी डिवेलपमेंट दे विच। असी टैक्स पेयर हाँ इत्थे लोग साडे तो सामने असी पॉलिटिक्स विच भी हाँ इंडस्ट्री दे विच भी हाँ पर उन्हां दे विच हले भी ये जिहड़ी भावना जिहड़ी हैगी है भी ये लोग जिहड़े हनगे इत्थे आए हनगे ये इन्हां दा ये मुल्क नहीं हैगा। हुण असी अपने बच्चों जिहड़ा हैगा इस मुल्क दा जिहड़ा हैगा रिवाज दे विच भी सिखाउणा हैगा इत्थे दी ट्रैडिशन भी उन्हां नूं सिखणियां हनगियां क्योंकि उन्हां दा जिहड़ा वावस्ता जिहड़ा हैगा इस मुल्क दे नाल पैणा हैगा नाल दे नाल जिहड़ियां साडियां जिहड़ियां रूट्स हनगियां जिहदे जिथों असीं आए हैगे आ उन्हां नाल भी एक जिहड़ा कोआर्डीनेशन करन दी लोड़ हैगी है। इत्थे असीं काफ़ी जिहड़ी हैगी आ दुविधा दे विच हैगे आ जिवें आपां सारियां बहुत सारियां असीं इस किसम दीआं सभावां दे विच इस किसम दे सैमीनार दे विच गए हाँ ਆਪਾਂ ਲੋਕ ਹੀ ਜਿਹੜੇ ਯੰਗ ਆਂਗੇ 40+ ਜਾਂ 50+ ਜਿਹੜੇ ਲੋਕ ਹੈਗੇ ਉਹੀ ਮੈਜੋਰਟੀ ਦੇ ਵਿੱਚ ਹੁੰਦੇ ਨੇ ਜਾਂ ਜਿਹੜੀਆਂ ਸਾਹਿਤਕ ਸਭਾਵਾਂ ਹਨਗੀਆਂ ਉਹਨਾਂ ਵਿੱਚ ਵੀ ਮੈਂ ਵੇਖਿਆ ਵੀ ਜਿਹੜਾ ਹੈਗਾ ਕਵਿਤਾ ਸੁਣਨ ਵਾਲੇ ਹੀ ਸੁਣਾਉਣ ਵਾਲੇ ਹੀ ਜ਼ਿਆਦਾ ਹੁੰਦੇ ਹਨਗੇ ਸੁਣਨ ਵਾਲੇ ਘੱਟ ਹੁੰਦੇ ਨੇ ਤਾਂ ਮਤਲਬ ਅਸੀਂ ਅਗਲੀ ਪੀੜ੍ਹੀ ਨੂੰ ਜਿਹੜੇ ਸਾਡੇ ਇਸ ਤਰ੍ਹਾਂ ਦੇ ਜਿਹੜੇ ਗਦਰੀ ਯੋਧੇ ਹੋਏ ਹਨਗੇ ਉਹਨਾਂ ਦੀ ਜਿਹੜੀ ਫਿਲੋਸਫੀ ਨੂੰ ਜੋੜਨ ਦੇ ਲਈ ਇੱਥੋਂ ਦੀਆਂ ਜਿਹੜੀਆਂ ਮੂਵਮੈਂਟਸ ਨੇ ਜਿਵੇਂ ਇੱਥੇ ਇੱਥੋਂ ਦੇ ਨੇਟਿਵ ਲੋਕ ਨੇ ਉਹਨਾਂ ਦੇ ਮਸਲੇ ਵੀ ਸਾਡੇ ਵਰਗੇ ਹੀ ਨੇ ਇੱਥੋਂ ਦੇ ਜਿਹੜੀਆਂ ਹਨਗੀਆਂ ਹੋਰ ਜਿਹੜੀਆਂ ਸਕੀਮ ਨੇ ਕੁਛ ਕਮਿਊਨਿਟੀਜ਼ ਹਨਗੀਆਂ ਐਬਰੋ ਓਰੀਜਨਲ ਜਿਹੜੇ ਹਨਗੇ ਉਹਨਾਂ ਦੇ ਨਾਲ ਸਾਨੂੰ ਰਾਬਤਾ ਪੈਦਾ ਕਰਨਾ ਚਾਹੀਦਾ ਹੈਗਾ ਤਾਂ ਕਿ ਅਸੀਂ ਇੱਥੋਂ ਦੇ ਜਿਹੜੇ ਮਾਲਕ ਸੀਗੇ ਅਸਲ ਦੇ ਵਿੱਚ ਤਾਂ ਮਾਲਕ ਉਹ ਸੀਗੇ ਨਾ ਬ੍ਰਿਟਿਸ਼ਰ ਨੇ ਨਾ ਫਰੈਂਚ ਨੇ ਨਾ ਇਟੈਲੀਅਨ ਨੇ ਨਾ ਦੂਜੇ ਮੁਲਕਾਂ ਦੇ ਜਿਹੜੇ ਲੋਕ ਹਨਗੇ ਉਹ ਤਾਂ ਸਾਡੇ ਵਰਗੇ ਹੀ ਨੇ। ਮੇਰੀ ਬਹੁਤ ਸਾਰੀ ਜਿਹੜੀ ਡਿਸਕਸ਼ਨ ਹੈ ਉੱਥੇ ਕਈ ਜਰਮਨ ਦੇ ਨਾਲ ਕਈ ਫਰੈਂਚ ਦੇ ਨਾਲ ਜਿਹੜੇ ਮੈਨੂੰ ਮਿਲਦੇ ਨੇ ਜਦੋਂ ਮੈਂ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਕਿਹੜੇ ਮੁਲਕ ਤੋਂ ਹੋ ਕਹਿੰਦੇ ਵੀ ਆਰ ਕੈਨੇਡੀਅਨ ਮੈਂ ਨੋ ਯੂ ਆਰ ਨੋਟ ਕੈਨੇਡੀਅਨ ਫਰੋਮ ਵੇਅਰ ਯੂਅਰ ਫੋਰ ਫਾਦਰਸ ਕੇਮ ਉਹ ਕਹਿੰਦੇ ਜੀ ਕੋਈ ਕਹਿੰਦਾ ਜੀ ਸਕੋਟਲੈਂਡ ਤੋਂ ਆਇਆ ਸੀਗਾ ਕੋਈ ਕਹਿੰਦਾ ਆਇਰਲੈਂਡ ਤੋਂ ਆਇਆ ਸੀਗਾ ਕੋਈ ਕਹਿੰਦਾ ਜਰਮਨ ਤੋਂ ਆਇਆ ਸੀਗਾ ਮਾਵੇ ਇਸੇ ਤਰ੍ਹਾਂ ਨਾਲ ਅਸੀਂ ਇੰਡੀਆ ਤੋਂ ਆਏ ਹੈਗੇ ਹਾਂ ਵੀ ਜਿਸ ਤਰ੍ਹਾਂ ਨਾਲ ਤੁਹਾਡਾ ਮੁਲਕ ਹੈਗਾ ਸਾਨੂੰ ਇੰਡੋ ਕੈਨੇਡੀਅਨ ਤੁਸੀਂ ਕਹਿੰਦੇ ਹੈਗੇ ਹਾਂ ਭਾਈ ਮੈਂ ਇੱਥੇ ਇਹ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਹੈਗਾ ਵੀ ਅਸੀਂ ਜਿਹੜਾ ਕੈਨੇਡੀਅਨ ਕਹੋ ਜਿਹੜੇ ਹਨਗੇ ਅਸੀਂ ਇੱਥੇ ਜੇ ਰਹਿ ਰਹੇ ਹਾਂ ਬੱਚੇ ਉਹਨਾਂ ਨੂੰ ਇੰਡੋ ਕੈਨੇਡੀਅਨ ਦਾ ਜਿਹੜਾ ਹੈਗਾ ਹਿਸਟਿਗਮਾ ਮੈਂ ਮਹਿਸੂਸ ਕਰਦਾ ਇਹ ਨਹੀਂ ਹੋਣਾ ਚਾਹੀਦਾ ਅਸੀਂ ਕੈਨੇਡੀਅਨ ਹੈਗੇ ਹਾਂ ਕਿਉਂਕਿ ਇਸ ਮੁਲਕ ਦੇ ਵਿੱਚ ਅਸੀਂ ਜੇ ਰਹਿਣਾ ਹੈਗਾ ਤਾਂ ਸਾਨੂੰ ਕੈਨੇਡੀਅਨ ਰਵਾਇਤਾਂ ਨਾਲ ਜੁੜਨਾ ਪਊਗਾ ਅਗਲੀ ਪੀੜ੍ਹੀ ਨੂੰ ਜੋੜਨਾ ਪਊਗਾ ਅਤੇ ਜਿਹੜੇ ਸਾਡੇ ਜਿਹੜੇ ਹਨਗੇ ਸੰਸਕਾਰ ਨੇ ਯੋਧਿਆਂ ਦੇ ਨੇ ਜਾਂ ਸਾਡੀ ਹਿਸਟਰੀ ਹੈਗੀ ਹੈ ਉਸ ਨੂੰ ਬੱਚਿਆਂ ਨੂੰ ਆਪਾਂ ਘਰ ਤੋਂ ਸ਼ੁਰੂ ਕਰ ਸਕਦੇ ਹੈਗੇ ਹਾਂ ਕਿਉਂਕਿ ਉਹਨਾਂ ਨੂੰ ਕੋਲ ਇਸ ਕਿਸਮ ਦਾ ਪਲੇਟਫਾਰਮ ਨਹੀਂ ਹੈਗਾ ਸਕੂਲ ਨਹੀਂ ਹੈ ਕਾਲਜ ਨਹੀਂ ਹੈ ਯੂਨੀਵਰਸਿਟੀਆਂ ਨਹੀਂ ਹਨਗੀਆਂ ਉਸ ਕਿਸਮ ਦੇ ਉਹਨਾਂ ਦੇ ਕੋਕਰੀਕੁਲਮ ਇਸ ਕਿਸਮ ਦੇ ਹਨਗੇ ਅਤੇ ਨਾਲ ਜਿਹੜੇ ਬੱਚੇ ਹਨਗੇ ਅੱਜ ਦੀ ਦੌੜ ਵਿੱਚ ਹਨਗੇ ਉਹਨਾਂ ਨੇ ਸਮੇਂ ਦਾ ਹਾਣੀ ਬਣਨਾ ਹੈਗਾ ਉਹਨਾਂ ਨੇ ਉਸ ਤਰ੍ਹਾਂ ਦੀ ਜਿਹੜੀ ਅੱਜ ਦੀ ਟੈਕਨੋਲੋਜੀ ਹੈਗੀ ਆ ਤਾਂ ਕਿ ਉਹ ਇਸ ਕਿਸਮ ਦੇ ਪ੍ਰੋਫੈਸ਼ਨ ਅਡੋਪਟ ਕਰਨੇ ਹਨਗੇ ਤਾਂ ਕਿ ਉਹ ਜਿਹੜਾ ਹੈਗਾ ਆਪਣਾ ਚੰਗੀ ਤਰ੍ਹਾਂ ਜਿਹੜੀ ਇਕਨੋਮਿਕ ਸਟੇਟਸ ਜਿਹੜਾ ਹੈਗਾ ਉਹ ਮੇਨਟੇਨ ਕਰ ਸਕਣ ਜਿਸ ਦੀ ਆਪਾਂ ਹੋੜ ਦੇ ਵਿੱਚ ਇੱਥੇ ਆਏ ਹਾਂ ਆਪਾਂ ਸਾਰਿਆਂ ਨੂੰ ਹੀ ਪਤਾ ਇੱਥੇ ਆਉਣ ਦੀ ਸਾਡੀ ਜਿਹੜੀ ਬੇਸਿਕ ਜਿਹੜੀ ਗੱਲ ਸੀਗੀ ਉਹ ਇਕਨੋਮਿਕ ਫੈਕਟਰ ਸੀਗਾ। ਤੁਸੀਂ ਕਦੇ ਇਹ ਵੇਖਿਆ ਵੀ IAS ਔਫਿਸਰ ਦਾ ਜਾਂ ਟਾਟਾ ਬਿਰਲਾ ਸਾਹੂ ਜੈਨ ਕਰਮਚੰਦ ਥਾਪਰ ਮੋਦੀ ਐਂਡ ਮੋਦੀ ਉਹਨਾਂ ਦੇ ਬੱਚੇ ਜਿਹੜੇ ਇਹਨਾਂ ਮੁਲਕਾਂ ਵਿੱਚ ਇਮੀਗ੍ਰੇਸ਼ਨ ਲੈਣ ਨੋ ਕੋਈ ਇੰਡਸਟਰੀਸਟ ਦਾ ਕੋਈ ਪੋਲੀਟੀਸ਼ਨ ਦਾ ਕੋਈ ਜਿਹੜੇ ਫਿਊਡਲ ਲਾਰਡ ਹਨਗੇ ਉਹਨਾਂ ਦੇ ਬੱਚੇ ਜਿਹੜੇ ਹਨਗੇ ਇੱਥੇ ਇਮੀਗ੍ਰੇਸ਼ਨ ਨਹੀਂ ਲੈ ਰਹੇ ਹਨਗੇ ਉਹ ਸਿਰਫ ਜਿਹੜਾ ਲੋਅਰ ਮਿਡਲ ਕਲਾਸ ਜਾਂ ਮਿਡਲ ਕਲਾਸ ਦੇ ਲੋਕ ਹਨਗੇ ਇਹਨਾਂ ਮੁਲਕਾਂ ਦੇ ਵਿੱਚ ਆ ਰਹੇ ਹਨਗੇ
उन्होंने इतों के सिस्टम जोड़ा अडोप्ट करना है। इस करके वह भी बेचारे दुविधा में आएंगे, जिमें आप कहने भी ठीक है भी कल्चरली असी जोड़ा है तो बहुत कुछ जोड़ा है असी गुआ रहे हैं। तो मैं इस मौके के उत्ते मैं प्रबंधकों का बहुत ही धन्यवादी हाँ कि मैं इतने जोड़ा है सारे बुद्धिजीवियों के नाल जोड़ा गलबात करने का मौका दिता। धन्यवाद। बहुत मेहरबानी प्रिंसीपल पूनिया जी। कुछ हड बीतियां घटनावां ते उन्हां दी रोशनी च गलबात कीती है। असीं निर्धारित समय अनुसार ही प्रोग्राम की समाप्ति करनी है क्योंकि बहुत सारे जिहड़े बाहरों आए सज्जन ने उन्होंने वापस परतना है। गल कर रहा सी साडे सीनियर वाइस प्रेजिडेंट गुरबख्श सिंह ढट जी नाल, तां उन्होंने कहा कि सारे जिहड़े सभा दे मैंबर ने सारिआं वल्लों इसे च ही सन्मान है कि असीं बकायदा तौर पर अज्ज क्योंकि पिछली साडी मंथली मीटिंग सी इकत्रता सी उत्ते फैसला कीता सी कि असीं अज्ज बढ़ चढ़ के पहुँचेंगे। साथ दिता है समय की नज़ाकत नूं वेखदिआं सारिआं दे असीं धन्नवाद करदे हां। अखीर दे विच मैं इस तों पहलां कि इत्थों दी प्रबंधकी कमेटी उन्हां दे प्रतिनिधि उन्हां नूं सद्दा एवसपोर्ट दे साडे शहर दे मेज़बान भी ने साडे महेंद्र सिंह मोहगिल जी इत्थों दे कौंसलर ने सिटी कौंसलर ते नाल हमेशा ही बेशक निक्के हुंदे इत्थे आ गए सन पर इन्हां नूं इन्ना जरूर पता है कि जिहड़े करतार सिंह सराभा वर्गे जां ओह योधे ने जिन्हां दे इतिहास जां जिन्हां दी विरासत जिन्हां दी हैरीटेज बड़ी उच्ची है उस दे बारे जिन्नी जानकारी ते नाल नाल समूहिक तौर ते आप सारे बारों आया दा धन्नवाद भी करनगे। मोहगिल जी महेंद्र सिंह गिल। थैंक यू प्रोफेसर जी। ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਥੋੜ੍ਹੀ ਜਿਹੀ ਸੰਗਤ ਚਲੀ ਗਈ, ਉਹਨਾਂ ਨੂੰ ਵੀ ਜਾਣਾ ਪੈਂਦਾ, ਕਈ ਕੰਮ ਬਾਹਰ ਆਪਣੇ ਹੋਰ ਹੁੰਦੇ ਹੈਗੇ। ਅੱਜ ਮੈਨੂੰ ਵੀ ਸਿੱਖਿਆ ਬਹੁਤ ਮਿਲੀ ਆ ਕਿਉਂਕਿ ਅੱਗੇ ਮੈਨੂੰ ਪੱਕਾ ਸ਼ੋਰ ਨਹੀਂ, ਪਰ ਮੈਂ ਤੁਹਾਨੂੰ ਇੰਨਾ ਕੁ ਕਹਿ ਸਕਦਾ ਵੀ ਪਤਾ ਨਹੀਂ ਕਰਤਾਰ ਸਿੰਘ ਸਰਾਭੇ ਚਾਹੇ ਮੇਵਾ ਸਿੰਘ ਸਰਾਭੇ ਦਾ ਇਸ ਗੁਰਦੁਆਰੇ ਵਿੱਚ ਖੰਡ ਪਾਠ ਹੁੰਦਾ ਸੀਗਾ ਹਰ ਇੱਕ ਸਾਲ, ਜਦੋਂ ਆਪਣਾ ਮੋਤਾ ਸਿੰਘ ਜੀ ਅਤੇ ਉਹਨਾਂ ਦੇ ਬ੍ਰਦਰ ਮੇਵਾ ਸਿੰਘ ਜੀ ਆਪਣਾ ਮੋਤਾ ਸਿੰਘ ਜੀ ਗੁਰਦੁਆਰਾ ਦੇ ਪ੍ਰਧਾਨ ਸੀਗੇ। ਉਸ ਤੋਂ ਬਾਅਦ ਫਿਰ ਕਮੇਟੀ ਨੇ ਜਿਹੜੀ ਕੋਈ ਨਵੀਂ ਕਮੇਟੀ ਆਈ ਉਸਨੇ ਕੱਟ ਆਫ ਕਰਤਾ, ਮੈਨੂੰ ਇਹ ਨਹੀਂ ਪਤਾ ਵੀ ਕਾਹ ਤੋਂ। ਪੁਰਾਣੇ ਟਾਈਮ ਦੇ ਵਿੱਚ ਆਹੀ ਆਪਣਾ ਸਾਡਾ ਲੰਗਰ ਹਾਲ ਹੁੰਦਾ ਸੀਗਾ, ਇਸ ਕੁੰਜੇ ਦੇ ਉੱਤੇ ਲੱਕੜਾਂ ਰੱਖੀਆਂ ਹੁੰਦੀਆਂ ਸੀਗੀਆਂ ਜਿੱਥੇ ਫਰਨਿਸ਼ ਪਿਆ, ਹੁਣ ਇੱਥੇ ਆਪਣਾ ਸਟੋਵ ਰੱਖੀ ਸੀਗੀ ਅਤੇ ਪਰਲੇ ਪਾਸੇ ਹੱਥ ਧੋਣ ਨੂੰ ਸੀਗਾ, ਇੱਧਰਲੇ ਪਾਸੇ ਬੈਂਚ ਸੀ ਬੁੜੀਆਂ ਬਹਿ ਕੇ ਖਾਂਦੀਆਂ ਸੀ, ਇੱਧਰਲੇ ਪਾਸੇ ਬੈਂਚ ਸੀਗਾ ਭਾਈ ਬਹਿ ਕੇ ਖਾਂਦੇ ਸੀਗੇ। ਕਿਉਂ ਮੈਂ ਨਿੱਕਾ ਹੁੰਦਾ ਆ ਜਾਂਦਾ ਸੀਗਾ, ਬਾਬਾ ਜੀ ਅਨੰਦ ਸਿੰਘ ਹੋਣੀ ਤੁਸੀਂ ਜਾਣਦੇ ਹੋਵੋਗੇ, ਹੁਣ ਸੁਰਗਵਾਸ ਹੋਏ ਵੀ ਹੈਗੇ, ਉਹ ਉਹਨਾਂ ਦਾ ਫਾਰਮ ਸੀਗਾ ਮਿਸ਼ਨ ਦੇ ਵਿੱਚ। ਮੈਂ ਨਿੱਕਾ ਹੁੰਦਾ ਜਦੋਂ ਸਕੂਲੋਂ ਜਾਂਦਾ ਸੀਗਾ ਉਹਨਾਂ ਦੇ ਫਾਰਮ ਵਿੱਚ ਜਾ ਵੜਨਾ, ਉਹਨਾਂ ਨੇ ਉਹਨਾਂ ਕੋਲ ਸੀਗਾ ਫਾਰਮ ਆਲ ਟਰੈਕਟਰ, ਰੋਲ ਜਿਹੜਾ ਟਰੈਕਟਰ ਹੁੰਦੇ ਉਹਦੇ ਪਿੱਛੇ ਹਲ ਪਾਇਆ ਹੋਇਆ ਸੀਗਾ ਅਤੇ ਜਿਹੜੇ ਆਲੂ ਬੀਜੇ ਸੀ ਆਲੂ ਪੱਟਣੇ। ਮੈਂ ਜਾ ਵੜਨਾ, ਮੈਂ ਕਹਿੰਦਾ ਬਾਬਾ ਜੀ ਮੈਂ ਵੀ ਟਰੈਕਟਰ ਚਲਾਉਣਾ ਮੰਗਦਾ, ਸਿੱਖਣਾ ਮੰਗਦਾ। ਉਹਨੇ ਕਹਿਣਾ ਚੰਗਾ ਤੂੰ ਐਂ ਕਰ, 10 ਫੁੱਟ ਟਰੈਕਟਰ ਨੂੰ ਤੋੜ ਕੇ ਗਾਹਾਂ, ਫਿਰ ਆ ਕੇ ਮੇਰੇ ਨਾਲ ਆਲੂ ਸਾਰੇ ਚਗਾ ਦੀ ਅਤੇ ਫਿਰ 10 ਫੁੱਟ ਮੋੜ ਨੂੰ ਕਰ ਲਈ। ਮੈਂ ਸਕੂਲੋਂ ਆਉਣਾ, ਮੈਂ ਭੱਜੇ ਨੇ ਜਾਣਾ ਉੱਥੇ ਵੀ, ਬਿਕਾਜ਼ ਮੈਂ ਟਰੈਕਟਰ ਸਿੱਖਣਾ ਗਾ। ਫਿਰ ਬਾਬਾ ਜੀ ਨਾਸੇ ਹੋਣੀ ਆਪਣਾ ਲੰਗਰ ਬਣਾਉਂਦੇ ਹੁੰਦੇ ਸੀਗੇ ਗੁਰਦੁਆਰੇ ਦੇ ਵਿੱਚ, ਉਹ ਕਿਸੇ ਨੂੰ ਆਇਸ ਕਿਚਨ ਵਿੱਚ ਵੜਨ ਨਹੀਂ ਸੀ ਦਿੰਦੇ ਜਦੋਂ ਲੰਗਰ ਬਣਾਉਂਦੇ ਹੁੰਦੇ ਸੀਗੇ। ਉਹਨਾਂ ਨੇ ਸਾਡੀ ਫੈਮਿਲੀ ਨੂੰ, ਮੇਰੀ ਮਾਂ ਨੂੰ ਅਤੇ ਮੇਰੇ ਪਿਓ ਨੂੰ ਸਾਨੂੰ ਆਉਣ ਦੇ ਦੇਣਾ ਵਿੱਚ ਇਸ ਲੰਗਰ ਹਾਲ ਦੇ, ਹੋਰ ਕਿਸੇ ਨੂੰ ਨਹੀਂ। ਪਤਾ ਨਹੀਂ ਵੀ ਕੀ ਗੱਲ, ਪਤਾ ਨਹੀਂ ਪਹਿਲਾਂ ਤੋਂ ਇਹੋ ਜਿਹੀ ਮੁਹੱਬਤ ਸੀਗੀ। ਫਿਰ ਉਹ ਬਾਬਾ ਸਿੰਘ ਨਾਨਸੇ ਉਹਨਾਂ ਦਾ ਫਾਰਮ ਜਿਹੜਾ ਮਿਸ਼ਨ ਸੀਗਾ ਬ੍ਰਿਜ ਜਾਂਦਾ, ਬ੍ਰਿਜ ਦੇ ਹੇਠਾਂ ਸੀਗਾ ਪਾਸੇ 'ਤੇ। ਫਿਰ ਉਸ ਤੋਂ ਬਾਅਦ ਉਹ ਮੋਤਾ ਸਿੰਘ ਉਹਨਾਂ ਨੇ ਲੈ ਲਿਆ ਸੀਗਾ ਉਹਦੇ ਕੋਲੋਂ, ਅਤੇ ਮੋਤਾ ਸਿੰਘ ਨੇ ਮੈਨੂੰ ਸਟੋਰੀ ਦੱਸੀ ਇੱਕ ਵਾਰੀ, ਕਹਿੰਦਾ ਵੀ ਸਾਡੇ ਫਾਰਮ ਦੇ ਵਿੱਚ ਆਪਣੀ ਨਰਸ ਸੀਗੀ ਕੁੜੀ ਉਸ ਟਾਈਮ ਦੇ ਉੱਤੇ ਹੈਲਥ ਯੂਨਿਟ ਵਿੱਚ ਲੱਗੀ, ਉਹਦਾ ਨਾਂ ਸੀਗਾ ਪ੍ਰੀਆ। ਉਹ ਆਈ ਅਤੇ ਉੱਥੇ ਉਹਨਾਂ ਦੇ ਫਾਰਮ ਵਿੱਚ ਗਈ, ਉਹ ਕਹਿੰਦੀ ਵੀ ਬਾਬਾ ਜੀ ਵੀ ਮੈਂ ਨਿਆਣੇ ਦੇਖਣੇ ਵੀ ਤੁਹਾਡੇ ਕਿਹੜੇ ਨਿਆਣੇ ਆ ਉੱਥੇ। ਉਹਨਾਂ ਦੇ ਮੁੰਡਿਆਂ ਦੇ ਨਿਆਣੇ, ਦੂਜੇ ਨਿਆਣੇ 20-25 ਨਿਆਣੇ ਸੀਗੇ, ਦੂਜੇ ਵੀ ਨਿਆਣੇ ਖੇਡਣ ਚਲੇ ਜਾਣਾ। ਉਹ ਕਹਿੰਦਾ ਵੀ ਇਹ ਸਾਰੇ ਮੇਰੇ ਨਿਆਣੇ ਆ, ਜਿਹੜਾ ਮਰਜ਼ੀ ਨਿਆਣੇ ਦਾ ਤੂੰ ਟੈਸਟ ਲੈ ਲਾ, ਜਿਹੜਾ ਕੁਛ ਲੈਣਾ ਗਾ। ਇਸ ਕਰਕੇ ਪੁਰਾਣੀ ਹਿਸਟਰੀ ਤਾਂ ਬਹੁਤ ਜਾਣਦੇ ਹਾਂ ਪਰ ਸੋ ਮੱਚ ਹੀ ਜਾਣਦਾ ਮੈਂ, ਕਿਉਂਕਿ ਜਿੰਨੀਆਂ ਬਜ਼ੁਰਗਾਂ ਕੋਲ ਬਹਿ ਕੇ ਪੁਰਾਣੀਆਂ ਗੱਲਾਂ ਸੁਣੀਆਂ ਉਹਨਾਂ ਨਾਲ। ਅਤੇ ਜਿਹੜੀ ਇੱਕ ਗੱਲ ਤੁਸੀਂ ਕਰੀ ਆ ਡਿਸਕ੍ਰਿਮੀਨੇਸ਼ਨ ਦੀ, ਉਹ ਡਿਸਕ੍ਰਿਮੀਨੇਸ਼ਨ ਹੈਗੀ ਆ, ਅੱਗੇ ਨਾਲ ਸਟਰੋਂਗ ਆ, ਲੁਕੀ ਵੀ ਆ, ਲੁਕੀ ਵੀ ਆ, ਤੁਸੀਂ ਫੜ ਨਹੀਂ ਸਕਦੇ। ਜਦੋਂ ਤੁਸੀਂ ਆਪਣੇ, ਮੈਂ ਹੁਣ ਆਪਦੇ ਵੱਲੋਂ ਕਹਿ ਦਿੰਦਾ, ਦੂਜਿਆਂ ਨੂੰ ਵੀ ਜੇ ਚੰਗਾ ਲੱਗੇ ਨਾ ਲੱਗੇ ਇਹ ਉਹਨਾਂ ਦੀ ਮਰਜ਼ੀ ਹੈ, ਗੁੱਸੇ ਹੋ ਜਾਣ, ਖੁਸ਼ੀ ਹੋ ਜਾਣ,
ਇਸ ਅਪ ਟੂ ਦੈਮ। ਜਦੋਂ ਆਪਣੇ ਬੰਦਿਆਂ ਨੂੰ ਤੁਸੀਂ ਇਲੈਕਟ ਕਰਕੇ ਗਾਂਹ ਭੇਜਦੇ ਹੋ, ਪੁਲਿਸ ਜਿਹੜੇ ਰਾਈਟ ਬੰਦੇ ਉਹਨਾਂ ਨੂੰ ਭੇਜੋ। ਜਿਹੜਾ ਗਾਹਾਂ ਬੰਦਾ ਜਾਂਦਾ, ਜਦੋਂ ਆਪਣੀ ਕਮਿਊਨਿਟੀ ਦੇ ਵਿਰੁੱਧ ਕਿਸੇ ਤਰ੍ਹਾਂ ਦੀ ਪਾਲਿਸੀ ਬਣਦੀ ਆ, ਪੰਜਾਬੀ ਕਮਿਊਨਿਟੀ ਨੂੰ ਦੁੱਖ ਲੱਗੂ, ਹੋਰ ਕਮਿਊਨਿਟੀ ਨੂੰ ਵੀ ਉਹਦੇ ਨੂੰ ਦੁੱਖ ਲੱਗੂ, ਉਹ ਭਾਵੇਂ ਐਮ ਪੀ ਹੋਵੇ, ਕੌਂਸਲਰ ਹੋਵੇ, ਐਮ ਐਲ ਏ ਹੋਵੇ, ਉਹਦੇ ਵੋਟ ਵਿਰੁੱਧ ਪਾਵੇ। ਜੇ ਉਹਦੀ ਪਾਰਟੀ ਉਹਨੂੰ ਕੱਢੂਗੀ, ਨਹੀਂ ਉਹਨੂੰ ਰੱਖੂਗੀ ਆਪਦੇ ਨਾਲ, ਉਹਨੂੰ ਇੰਡੀਪੈਂਡੈਂਟ ਬਿਠਾ ਦੂਗੀ, ਬਿਠਾ ਦੇਵੇ, ਨੈਕਸਟ ਟਾਈਮ ਉਹਨੂੰ ਇਲੈਕਟ ਨਾ, ਜੇ ਉਹ ਇਲੈਕਟ ਨੈਕਸਟ ਟਾਈਮ ਨਾ ਹੋਵੇ, ਇਲੈਕਟ ਹੋਣ ਤੋਂ ਨਾ ਡਰੇ, ਜੇ ਨਾ ਹੋ ਨਾ ਹੋਵੇ। ਪਰ ਖੜ੍ਹੇ ਵਿਕਾਸ ਕਰਤਾਰ ਸਿੰਘ ਹੋਣੀ, ਹੋਰ ਸਾਰੇ ਜਿਨ੍ਹਾਂ ਨੇ ਆਪਦੀਆਂ ਜਾਨਾਂ ਦਿੱਤੀਆਂ ਇਸ ਗੱਲ ਲਈ ਯਾਦ ਦਿੱਤੀਆਂ ਵੀ ਆਜ਼ਾਦੀ ਅਤੇ ਸਾਡੀ ਰਾਈਟ ਹੋਵੇ। ਆਪਾਂ ਨੂੰ ਆਪਣੀ ਰਾਈਟ ਦੀ ਬਹੁਤ ਲੋੜ ਆ। ਮੈਂ ਇੱਥੇ ਕੌਂਸਲ ਵਿੱਚ ਹਾਂ, ਮੈਨੂੰ ਪਤਾ ਵੀ ਕਈ ਵਾਰੀ ਜਿਹੜੀ ਆਪਣੀ ਰਾਈਟ ਹੁੰਦੀ ਆ ਉਹ ਰਾਈਟ ਨਹੀਂ ਹੁੰਦੀ। ਮੈਂ ਖੜ੍ਹਦਾ ਉਹਦੇ 'ਤੇ, ਮੈਂ ਵੋਟ ਉਹਦੇ ਵਿਰੁੱਧ ਪਾਉਂਦਾ ਗੱਲ 'ਤੇ। ਮੈਂ ਕਹਿੰਦਾ ਵੀ ਇਹ ਮੇਰੀ ਕਮਿਊਨਿਟੀ ਨੂੰ ਠੀਕ ਨਹੀਂ ਗੀ, ਜੇ ਮੈਨੂੰ ਨੈਕਸਟ ਟਾਈਮ ਨਾ ਇਲੈਕਟ ਕਰਨਗੇ ਦੱਸ ਉਹਨਾਂ ਦੀ ਮਰਜ਼ੀ, ਪਰ ਤੁਹਾਨੂੰ ਬੰਦੇ ਨੂੰ ਖੜ੍ਹਨਾ ਪੈਣਾ। ਮੈਂ ਖੜ੍ਹਿਆ ਸੀਗਾ ਜਦੋਂ ਪਿੱਛੋਂ ਗਵਰਨਮੈਂਟ ਕਹਿੰਦੀ ਸੀ ਵੀ ਸਾਨੂੰ ਐੱਮ ਐੱਲ ਏ ਚਾਹੀਦਾ, ਮੈਨੂੰ ਬਾਇਕ ਉਹਨਾਂ ਨੇ ਸਾਰਿਆਂ ਨੇ ਕਿਹਾ ਵੀ ਤੂੰ ਨਾਮੀਨੇਸ਼ਨ ਬਣਾ, ਸਾਰਾ ਕੁਛ ਬਣ। ਡੈਪਟੀ ਪ੍ਰੀਮੀਅਰ ਬੀ ਸੀ ਦਾ ਆਇਆ ਮੇਰੇ ਘਰ, ਹੱਥ ਮਰਾਇਆ, ਕਹਿੰਦਾ ਤੇਰੀ ਆਹ ਰਾਈਡਿੰਗ ਪੱਕੀ ਆ। ਉਦੋਂ ਬਾਅਦ ਜਾ ਕੇ ਮੈਨੂੰ ਕਹਿੰਦੇ ਮਿਸ਼ਨ ਨੂੰ ਜਾ, ਮਿਸ਼ਨ ਨੂੰ ਮੈਂ ਜਾ ਸਕਦਾ ਸੀਗਾ ਜੀ 2 ਸਾਲ ਪਹਿਲਾਂ, ਕਹਿੰਦੇ ਉੱਥੇ ਨਾਮੀਨੇਸ਼ਨ ਮੈਂ ਕਿਹਦੀ ਕਿਵੇਂ ਲੈਂਦਾ, ਕਿਹਨੂੰ ਮੈਂ ਮੈਂਬਰ ਬਣਾਉਂਦਾ। ਮੈਨੂੰ ਉਹ ਕਹਿੰਦੇ ਵੀ ਤੈਨੂੰ ਇਹ ਰਾਈਡਿੰਗ ਨਹੀਂ ਦੇਣੀ, ਇਹ ਰਾਈਡਿੰਗ ਕਾਹਤੋਂ ਨਹੀਂ ਦੇਣੀ, ਬਿਕਾਸ ਤੇਰਾ ਰੰਗ ਬਣਾਉਣਾ, ਅਸੀਂ ਚਿੱਟਾ ਰੰਗ ਮੰਗਦੇ ਹਾਂ। ਤੁਸੀਂ ਮੈਨੂੰ ਕਹਿੰਦੇ ਵੀ ਡਿਸਕ੍ਰਿਮੀਨੇਸ਼ਨ ਹੈ ਨਹੀਂ, ਮੈਂ ਤੁਹਾਨੂੰ ਦੱਸੀ ਜਾਣਾ ਡਿਸਕ੍ਰਿਮੀਨੇਸ਼ਨ ਲੁਕੀ ਵੀ ਆ। ਪਾਰਟੀ ਨੇ ਮੇਰੇ ਘਰ ਬਹਿ ਕੇ ਡੈਪਟੀ ਪ੍ਰੀਮੀਅਰ ਨੇ ਇਹ ਕਿਹਾ, ਕਹਿੰਦਾ ਤੁਹਾਡੀ ਕਮਿਊਨਿਟੀ 'ਚੋਂ 2 ਚਾਹੇ 3 ਬੰਦੇ ਅਸੀਂ ਲਿਬਰਲ ਪਾਰਟੀ ਵਿੱਚ ਲੈਣੇ ਆ, ਇਦੋਂ ਵਾਧੂ ਨਹੀਂ ਲੈਣੇ। ਕੀ ਗੱਲ, ਤੇਰੇ ਕੋਲ ਹੱਕ ਨਹੀਂ ਰਨ ਕਰਦਾ, ਤੇਰੇ ਕੋਲ ਹੱਕ ਨਹੀਂ ਜਿੱਤਣ ਦਾ। ਜੇ ਤੂੰ ਹੱਕ ਜੇ ਤੂੰ ਨਾਮੀਨੇਸ਼ਨ ਜਿੱਤ ਲਈ, ਤੁਹਾਨੂੰ ਅੱਜ ਮੈਂ ਇਹ ਗੱਲ ਦੱਸ ਦਾਂਗਾ, ਕੱਲ੍ਹ ਨੂੰ ਤੁਸੀਂ ਨਾਮੀਨੇਸ਼ਨ ਜਿੱਤ ਕੇ ਤੁਸੀਂ ਕਹੋਗੇ ਅਸੀਂ ਨਾਮੀਨੇਸ਼ਨ ਜਿੱਤ ਲਈ, ਅਸੀਂ ਹੁਣ ਇਸ ਪਾਰਟੀ ਦੇ ਬਣ ਗਏ ਐੱਮ ਐੱਲ ਏ ਚਾਹੇ ਐੱਮ ਪੀ ਬਣ ਗਏ। ਮੈਂ ਤੁਹਾਨੂੰ ਇਹ ਕਹਿੰਦਾ, ਜਿੰਨਾ ਚਿਰ ਪ੍ਰਾਈਮ ਮਿਨਿਸਟਰ ਚਾਹੇ ਪ੍ਰੀਮੀਅਰ ਪ੍ਰਾਵਿੰਸ ਦਾ ਤੁਹਾਡੇ ਪੇਪਰ 'ਤੇ ਸਾਈਨ ਨਹੀਂ ਕਰਦਾ, ਤੁਸੀਂ ਕੁਛ ਵੀ ਨਹੀਂ ਗਏ। ਉਹਦੇ ਸਾਇਨਾਂ ਤੋਂ ਬਿਨਾਂ ਤੁਸੀਂ ਖੜ੍ਹੇ ਨਹੀਂ ਹੋ ਸਕਦੇ। ਜੇ ਖੀਰ ਦਾ ਦਿਨ ਹੋ ਗਿਆ, ਤੁਸੀਂ ਕਿਹਾ ਵੀ ਮੇਰੇ ਕੋਲ ਨਾਮੀਨੇਸ਼ਨ ਹੈਗੀ ਆ, ਉਹ ਕਹਿਣਗੇ ਬਹਿ ਜਾ ਘਰੇ, ਸਾਡੇ ਕੋਲ ਹੋਰ ਬੰਦਾ ਹੈਗਾ। ਇਹ ਡਿਸਕ੍ਰਿਮੀਨੇਸ਼ਨ ਆ। ਹੁਣ ਕਿੰਨੀ ਖੁਸ਼ੀ ਹੋਈ ਆਪਾਂ ਨੂੰ, 18 ਆਪਣੇ ਬੰਦੇ ਫੈਡਰਲ ਗਵਰਨਮੈਂਟ ਵਿੱਚ ਗਏ, ਕਿੰਨੀਆਂ ਸੋਹਣੀਆਂ ਲੱਗਦੀਆਂ ਉਹਨਾਂ ਦੇ ਪੱਗਾਂ ਬੰਨੀਆਂ ਹੋਈਆਂ। ਐਸ ਸ਼ਹਿਰ ਐਵਰਸਪੁਰ ਦੇ ਵਿੱਚ ਹਜੇ ਆਪਾਂ ਉਸ ਪੁਜੀਸ਼ਨ 'ਤੇ ਪਹੁੰਚੇ ਨਹੀਂ ਜਿਹੜਾ ਪੱਗ ਵਾਲਾ ਕੌਂਸਲ ਮੈਂਬਰ ਵੀ ਬਣਾ ਸਕੀਏ। ਬਣ ਕੇ ਮੇਰੇ ਵਰਗਾ ਪਹਿਨ ਸਕਦਾ, ਪਰ ਨੈਕਸਟ ਟਾਈਮ ਮੇਰੇ ਵਰਗਾ ਆਊਟ ਹੋ ਜੂ, ਬਿਕਾਸ ਮੈਂ ਬਣ ਕੇ ਪੱਗ ਬੰਨੀ। ਇਹ ਤੁਹਾਨੂੰ ਸਾਰਿਆਂ ਨੂੰ, ਜਿੰਨੇ ਲਿਖਾਰੀ ਹੋ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ। ਇਸ ਟਾਈਮ ਦੇ ਉੱਤੇ ਜਤਿੰਦਰ ਸਿੰਘ ਸਿੱਧੂ ਨੂੰ ਕਿਵੇਂ ਜਿਤਾਇਆ ਇਸ ਕਮਿਊਨਿਟੀ ਨੇ, ਇਕੱਠੀ ਹੋ ਗਈ, 40 ਸਾਲ ਬਾਅਦ ਇਕੱਠੇ ਹੋਏ। ਕਈ ਗੱਲਾਂ ਹੁੰਦੀਆਂ ਤੁਸੀਂ ਨਹੀਂ ਇਕੱਠੇ ਹੁੰਦੇ, ਕੋਈ ਫਰਕ ਨਹੀਂ ਪੈਂਦਾ। ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਉੱਥੇ ਇਕੱਠਾ ਹੋਣਾ ਪੈਣਾ। ਤੁਹਾਨੂੰ ਗਵਰਨਮੈਂਟ ਵਿੱਚ ਕੈਨੇਡੇ ਦੀ ਪ੍ਰੋਵਿੰਸ਼ੀਅਲ ਫੈਡਰਲ ਅਤੇ ਆਪਦਾ ਲੋਕਲ ਗਵਰਨਮੈਂਟ ਵਿੱਚ ਹਿੱਸਾ ਲੈਣਾ ਪੈਣਾ। ਆਪਦੇ 1-2 ਬੰਦੇ ਬਿਠਾਉਣੇ ਪੈਣੇ ਆ, ਜੇ ਕੋਈ ਗੱਲ ਉੱਥੇ ਹੁੰਦੀ ਆ ਤੁਹਾਨੂੰ ਆ ਕੇ ਦੱਸੇ ਆਹ ਗੱਲ ਹੁੰਦੀ ਆ। ਕਈ ਵਾਰੀ ਸਾਡੀ ਗੱਲ ਹੁੰਦੀ ਆ ਸਿਟੀ ਹਾਲ ਦੇ ਵਿੱਚ, ਮੈਂ ਪ੍ਰੋਫੈਸਰ ਨੂੰ ਪੁੱਛਦਾ ਵੀ ਇਹ ਕਿੱਧਰ ਨੂੰ ਜਾਊ ਜੇ ਮੈਂ ਐਂ ਗੱਲ ਕਰਾਂ ਅਤੇ ਐਂ ਕਰਾਂ, ਇਹ ਆਪਦੀ ਸਲਾਹ ਦੇ ਦਿੰਦੇ ਆ। ਵਰਤਣੀ ਤਾਂ ਸਲਾਹ ਮੇਰੇ 'ਤੇ ਹੈਗੀ, ਪਰ ਡਿਸਕ੍ਰਿਮੀਨੇਸ਼ਨ ਹੈਗੀ ਆ। ਕਰਤਾਰ ਸਿੰਘ ਨੇ ਆਪਦੀ ਜਾਨ ਦੇ ਤੀ ਇਹ ਡਿਸਕ੍ਰਿਮੀਨੇਸ਼ਨ ਨੂੰ ਪਰੇ ਕਰਨ ਨੂੰ। ਹੁਣ ਮੈਂ ਤੁਹਾਨੂੰ ਇਹੀ ਕਹਿ ਰਿਹਾ ਵੀ ਤੁਸੀਂ ਆਪਣੇ ਪੰਜਾਬੀਆਂ ਦੀ ਹੈਲਪ ਕਰੋ, ਉਹੀ ਪੰਜਾਬੀ ਜਿਹੜੇ ਤੁਸੀਂ ਇਲੈਕਟ ਕਰਕੇ ਗਾਹਾਂ ਭੇਜੋਗੇ ਉਹੀ ਡਿਸਕ੍ਰਿਮੀਨੇਸ਼ਨ ਪਰੇ ਕਰਨਗੇ। ਆਹ ਜਿਹੜੇ ਬਿੱਲ 42 ਬਿੱਲ 51 ਕੱਢਦੇ ਆਉਂਦੇ ਹੈਗੇ, ਇਹ ਬਿੱਲ ਨਹੀਂ ਨਿਕਲਣੇ। ਅਤੇ ਜੇ ਦੂਜੀ ਗਵਰਨਮੈਂਟ ਆ ਜਾਂਦੀ, ਅੱਛਾ ਇਹਦੇ 'ਤੇ ਹੁਣ ਤੁਸੀਂ ਐਂ ਕਰੋ, ਜਿਹੜੇ ਆਪਣੇ ਉੱਥੋਂ ਇੰਡੀਆ ਤੋਂ ਆਉਂਦੇ ਆ 10 ਸਾਲ ਦਾ ਵੀਜ਼ਾ ਲੈ ਕੇ, ਕਿੰਨਾ ਤੁਹਾਡਾ ਖਰਚਾ ਆਉਂਦਾ? 2 ਸਾਲ ਬਾਅਦ ਉਹਨਾਂ ਨੂੰ ਮੁੜ ਕੇ ਜਾਣਾ ਪੈਂਦਾ। ਜਦੋਂ 2 ਸਾਲਾਂ ਬਾਅਦ ਮੁੜ ਕੇ ਆਉਂਦੇ ਆ, ਲੈਂਡਡ ਹੁੰਦੇ ਏਅਰਪੋਰਟ 'ਤੇ, ਉਹਨਾਂ ਦੇ ਪਾਸਪੋਰਟ 'ਤੇ 6 ਮਹੀਨੇ ਦੀ ਮੋਹਰ ਲਾਈ ਜਾਂਦੀ ਆ।
6 ਮਹੀਨੇ ਰਹਿ ਸਕਦੇ ਆ 6 ਮਹੀਨੇ ਉਹ ਪਹਿਲੇ 10 ਸਾਲਾਂ ਨੂੰ ਕੀ ਹੋ ਗਿਆ ਇਹ ਖੜ੍ਹੇ ਹੋਵੋ ਆਪਦੇ ਐਮ ਪੀਆਂ ਨੂੰ ਕਹੋ ਆਪਦੇ ਐਮ ਐਲ ਏ ਤਾਂ ਆਪਣੇ ਬਾਹਲੇ ਹੈ ਨਹੀਂ ਗਏ ਐਮ ਪੀਆਂ ਨੂੰ ਕਹੋ ਵੀ ਭਾਈ ਆ ਇਸ ਗੱਲ ਲਈ ਖੜ੍ਹੇ ਹੋਵੋ ਆਪਣੀ ਇਮੀਗ੍ਰੇਸ਼ਨ ਜਿਵੇਂ ਅੱਗੇ ਸੀਗੀ ਉਵੇਂ ਖੋਲ੍ਹੋ ਆਹ ਜਿਹੜਾ 10 ਸਾਲ ਦਾ ਵੀਜ਼ਾ ਲੈਣਾ ਮਾਂ ਪਿਓ ਨੂੰ ਮੰਗਾਉਣਾ ਇਹ ਬੰਦ ਕਰੋ ਐਨੀਬਾਡੀ ਕਿਸੇ ਮੁਲਕ ਤੋਂ ਹੋਰ ਤੋਂ ਸਾਰਿਆਂ ਤੋਂ ਕਨੇਡੇ 'ਚ ਆ ਸਕਦਾ ਸ਼ਾਇਦ ਕਰਨ ਉਹ ਕਾਹਤੋਂ ਨਹੀਂ ਆ ਸਕਦੇ ਇਸ ਕਰਕੇ ਇਹ ਜਿਹੜੀਆਂ ਨਿੱਕੀਆਂ ਨਿੱਕੀਆਂ ਲੁਕੀਆਂ ਡਿਸਕ੍ਰਿਮੀਨੇਸ਼ਨ ਆ ਇਹਨਾਂ ਨੂੰ ਪਰੇ ਕਰੋ ਇਹ ਕਹਿੰਦਾ ਹੋਇਆ ਕਰਤਾਰ ਸਿੰਘ ਹੋਣਾ ਨੂੰ ਤੁਸੀਂ ਕਹਿੰਦੇ ਵੀ ਚੇਤੇ ਕਰੋ ਇਹ ਲੁਕੀਆਂ ਡਿਸਕ੍ਰਿਮੀਨੇਸ਼ਨ ਪਰੇ ਕਰੋ ਚੇਤੇ ਆਪ ਹੀ ਕਰੇ ਗਏ ਇਹ ਕਹਿੰਦਾ ਸੁਰਤ ਸਾਗਰ ਦਾ ਬਹੁਤ ਬਹੁਤ ਧੰਨਵਾਦ ਦਰਅਸਲ ਮੋਗੇ ਲਹੂਰੀ ਇਹਨਾਂ ਦਾ ਆਪਣਾ ਇੱਕ ਅੰਦਾਜ਼ ਵੀ ਹੈ ਇੱਕ ਕਹਿਣ ਦਾ ਢੰਗ ਹੈ ਅਤੇ ਇਹਨਾਂ ਦੇ ਮਨ ਦੀ ਜਿਹੜੀ ਜਾਂ ਇਹਨਾਂ ਨਾਲ ਬੀਤੀਆਂ ਘਟਨਾਵਾਂ ਹੱਡ ਬੀਤੀ ਹੈ ਜਿਹੜੀ ਉਹ ਜਿਵੇਂ ਇਹਨਾਂ ਨੇ ਦੱਸੀ ਹੈ ਉਹ ਗੱਲਾਂ ਆਪਣੇ ਆਪ ਦੇ ਵਿੱਚ ਇੱਕ ਵੱਖਰੇ ਸੈਮੀਨਾਰ ਦੀ ਮੰਗ ਕਰਦੀਆਂ ਅਸੀਂ ਕਿਸੇ ਦਿਨ ਉਹਦੇ 'ਤੇ ਇੱਕ ਵੱਖਰੇ ਤੌਰ 'ਤੇ ਸੈਮੀਨਾਰ ਰੱਖਾਂਗੇ ਜਿਹੜਾ ਕੁਛ ਜਿਵੇਂ ਇਹ ਜ਼ਿਆਦਤੀਆਂ ਦੀ ਗੱਲ ਕਰਦੇ ਹੈ ਬਿਲਕੁਲ ਇਹ ਗੱਲ ਬੜੀ ਵੱਡੀ ਹੈ ਕਿ ਜੋ ਕਰਤਾਰ ਸਿੰਘ ਸਰਾਭਾ ਹੋਰਾਂ ਦੀਆਂ ਕੁਰਬਾਨੀਆਂ ਦੀ ਗੱਲ ਅਸੀਂ ਇੱਥੇ ਕਰ ਰਹੇ ਹਾਂ ਉਹ ਕੁਰਬਾਨੀਆਂ ਜਿੱਥੇ ਆਜ਼ਾਦੀ ਦੇ ਵਾਸਤੇ ਹੱਕਾਂ ਦੇ ਵਾਸਤੇ ਬਰਾਬਰੀ ਦੇ ਵਾਸਤੇ ਨਸਲਵਾਦ ਦੇ ਖਿਲਾਫ਼ ਜ਼ੁਲਮ ਦੇ ਖਿਲਾਫ਼ ਫਾਸ਼ੀਵਾਦ ਦੇ ਖਿਲਾਫ਼ ਸਾਮਰਾਜਵਾਦ ਦੇ ਖਿਲਾਫ਼ ਉਹਨਾਂ ਸਾਰਿਆਂ ਦੇ ਵਿਰੁੱਧ ਸਨ ਉੱਥੇ ਨਾਲੋਂ ਨਾਲ ਇੱਕਮਿੱਕਤਾ ਬਰਾਬਰਤਾ ਦੇ ਵੀ ਹੱਕ ਦੇ ਵਿੱਚ ਸਨ ਸੋ ਸਾਡੇ ਕੋਲ ਇਸ ਗੱਲ ਦੀ ਜਿਹੜੀ ਘਾਟ ਹੈ ਉਹ ਅੱਜ ਵੀ ਮਹਿਸੂਸ ਹੋ ਰਹੀ ਹੈ ਪਰ ਇਹ ਜਿਹੜਾ ਸ਼ਤਾਬਦੀ ਸਮਾਗਮ ਦੇ ਵਿੱਚ ਜਿਨ੍ਹਾਂ ਬੁਲਾਰਿਆਂ ਨੇ ਲੇਖਕਾਂ ਨੇ ਚਿੰਤਕਾਂ ਨੇ ਗੱਲ ਕੀਤੀ ਇੱਕ ਗੱਲ ਮੈਨੂੰ ਵਾਰ ਵਾਰ ਭਾਸ ਰਹੀ ਹੈ ਉਹ ਹੈ ਕਿ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਬੱਚੇ ਸਾਡੇ ਵਿਰਸੇ ਨੂੰ ਨਹੀਂ ਸਾਂਭ ਰਹੇ ਉਹ ਇੱਥੇ ਮੌਜੂਦ ਨਹੀਂ ਉਹਨਾਂ ਦੀ ਹੋਂਦ ਘੱਟ ਹੈ ਉਹਨਾਂ ਤੱਕ ਸੁਨੇਹਾ ਕਿਵੇਂ ਜਾਏ ਪਰ ਯਕੀਨ ਮੰਨਿਓ ਬੱਚਿਆਂ ਦੀ ਗੱਲ ਤਾਂ ਬਾਅਦ ਦੀ ਹੈ ਸਾਡੇ ਆਪਣੇ ਕੋਲ ਸੁਨੇਹਾ ਕਿੱਥੇ ਹੈ ਅਸੀਂ ਕਿੰਨਾ ਕੁ ਯਾਦ ਕਰ ਲਿਆ ਅਸੀਂ ਕਿੰਨਾ ਕੁ ਉਹਨਾਂ ਨੂੰ ਅਪਣਾ ਲਿਆ ਅਸੀਂ ਬੜੀ ਦੂਰ ਦੀ ਗੱਲ ਲੈ ਚੱਲਦੇ ਹਾਂ ਬਹਾਨੇ ਸਾਡੇ ਬੜੇ ਵੱਡੇ ਨੇ ਕਿ ਸਾਡੀ ਆਪਣੀ ਅਗਲੀ ਪੀੜ੍ਹੀ ਨਹੀਂ ਨਾਲ ਜੁੜਦੀ ਅਸੀਂ ਕਿੰਨੇ ਕੁ ਜੁੜੇ ਹੋਏ ਹਾਂ ਕਿੰਨਿਆਂ ਕੁ ਦੇ ਘਰਾਂ ਦੇ ਵਿੱਚ ਕਰਤਾਰ ਸਿੰਘ ਸਰਾਭਾ ਦੇ ਬਾਰੇ ਕੋਈ ਲਿਖਤ ਹੈ ਕੋਈ ਪੁਸਤਕ ਹੈ ਕੋਈ ਪੰਫਲੈਟ ਹੈ ਕੋਈ ਉਹਨਾਂ ਦੇ ਸੰਘਰਸ਼ ਦੀ ਗੱਲ ਹੈ ਯਕੀਨ ਮੰਨਿਓ ਜੇ ਐਵਸਪੋਰਟ ਦੀ ਆਬਾਦੀ ਸਾਡੀ ਇਸ ਵੇਲੇ 35,000 ਹੋ ਚੁੱਕੀ ਹੈ 3500 ਘਰ ਐਸਾ ਨਹੀਂ ਹੋਣਾ ਜਿਹੜਾ ਕਿ ਅੱਜ ਕਰਤਾਰ ਸਿੰਘ ਸਰਾਭਾ ਜਾਂ ਕਿਸੇ ਵੀ ਯੋਧੇ ਦੇ ਬਾਰੇ ਘੱਟੋ ਘੱਟ ਜਾਣਦਾ ਹੋਵੇ ਅਸੀਂ ਕੇਵਲ ਇਹ ਕਹਿ ਦੇਣਾ ਕਿ ਮੈਂ ਸਰਾਭੇ ਦੇ ਪਿੰਡ ਦਾ ਮੇਰੇ ਮਾਸੀ ਦੇ ਨਾਨਕੇ ਸਰਾਭੇ ਨੇ ਮੇਰੇ ਮਾਮੇ ਦਾ ਪਿੰਡ ਫਲਾਨਾ ਮੇਰਾ ਧਿਉਂਕਾ ਇਹ ਕਿਹੜੀਆਂ ਗੱਲਾਂ ਹੋਈਆਂ ਜੀ ਉਹ ਸਰਾਭੇ ਵਾਲੇ ਜਿਹੜੇ ਉਸ ਵੇਲੇ ਵੀ ਮੌਜੂਦ ਸੀ ਜਦੋਂ ਸਰਾਭੇ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਵੇਲੇ ਸਭ ਤੋਂ ਪਹਿਲਾਂ ਇਹ ਕੰਮ ਹੋਇਆ ਕਿ ਉਸ ਪਿੰਡ ਵਾਲੇ ਭਗੌੜੇ ਹੋਏ ਉਹਨਾਂ ਨੂੰ ਜਦੋਂ ਗ੍ਰਿਫਤਾਰੀਆਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੇ ਕਿਹਾ ਸਾਡਾ ਪਤਾ ਨਹੀਂ ਕਿਹਲਾਂ ਚਲਿਆ ਗਿਆ ਹੋਣਾ ਪਹਿਲਾਂ ਸਾਡਾ ਕੋਈ ਲੈਣਾ ਦੇਣਾ ਨਹੀਂ ਊਧਮ ਸਿੰਘ ਦੇ ਪਿੰਡ ਜਦੋਂ ਊਧਮ ਸਿੰਘ ਦੀ ਗ੍ਰਿਫਤਾਰੀ ਹੋਈ ਤਾਂ ਸੁਨਾਮ ਦੇ ਉਸ ਪਿੰਡ ਦੇ ਵਸਨੀਕ ਅਤੇ ਉੱਥੇ ਜਿਹੜਾ ਮਹਾਰਾਜੇ ਦੀ ਜਿਹੜੀ ਉਸ ਵੇਲੇ ਬਕਾਇਦਾ ਤੌਰ 'ਤੇ ਰਿਆਸਤ ਸੀ ਅਤੇ ਉੱਥੇ ਛਾਪੇ ਵੱਜੇ ਕਿ ਇਹਨਾਂ ਨੂੰ ਫੜੋ ਅਤੇ ਸਾਰੇ ਭਗੌੜੇ ਹੋ ਗਏ ਕੁਝ ਕੁ ਬਚੇ ਯਕੀਨ ਮੰਨਿਓ ਇਹ ਕੋਈ ਕਹਿਣ ਦਾ ਫਰਕ ਨਹੀਂ ਪੈਂਦਾ ਕਿ ਸਾਡਾ ਪਿੰਡ ਉਹ ਸੀ ਸਾਡਾ ਗੋਤ ਉਹ ਸੀ ਸਾਡਾ ਰੰਗ ਉਹ ਸੀ ਫਰਕ ਇਹ ਹੈ ਕਿ ਕੀ ਸਾਡੀ ਸੋਚ ਉਹ ਹੈ ਜਾਂ ਨਹੀਂ ਹੈ ਗੱਲ ਸੋਚ 'ਤੇ ਮੁੱਕਦੀ ਹੈ ਮੇਰੀ ਮੌਤ 'ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਮੇਰੇ ਲਹੂ ਦਾ ਕੇਸਰ ਮਿੱਟੀ 'ਚ ਨਾ ਰੁਲਾਇਓ ਜੇਕਰ ਇਹ ਕਰਤਾਰ ਸਿੰਘ ਸਰਾਭੇ ਦੀ ਸੋਚ ਨੂੰ ਅਸੀਂ ਸਮਰਪਿਤ ਹੈ ਤਾਂ ਬੜੀ ਵੱਡੀ ਗੱਲ ਹੈ ਅਤੇ ਇਹ ਮੈਂ ਗੁਜ਼ਾਰਿਸ਼ ਤਾਂ ਕੀਤੀ ਹੈ ਕਿਉਂਕਿ ਸਾਡੇ ਇੱਕ ਦਾਅਵੇ ਬਹੁਤ ਹੁੰਦੇ ਨੇ ਅਤੇ ਜੇਕਰ ਅੱਜ ਤੁਸੀਂ ਲੇਖਕ ਇੱਥੇ ਬੈਠੇ ਹੋ ਪੋਲੀਟੀਸ਼ੀਅਨ ਬੈਠੇ ਆ ਜਾਂ ਪਹਿਲਾਂ ਬੋਲ ਕੇ ਗਏ ਆ ਅਸੀਂ ਲੇਖਕ ਇੱਕ ਨਿਰਣਾ ਕਰ ਲਈਏ ਕਿ ਸਰਾਭੇ ਦੀ ਸ਼ਤਾਬਦੀ ਜਾਂ ਉਹਨਾਂ ਯੋਧਿਆਂ ਦੀ ਸ਼ਤਾਬਦੀ ਦੇ ਸੰਬੰਧ ਦੇ ਵਿੱਚ ਲਿਖੀਏ ਵੱਧ ਤੋਂ ਵੱਧ ਲਿਖੀਏ ਜਿਹੜਾ ਕਵਿਤਾ ਲਿਖ ਸਕਦਾ ਕਵਿਤਾ ਜਿਹੜਾ ਰੇਡੀਓ ਟੈਲੀਵਿਜ਼ਨ ਦੇ ਵਿੱਚ ਹੈ ਉਹ ਆਪਣੇ ਢੰਗ ਨਾਲ ਵੱਧ ਤੋਂ ਵੱਧ ਲਿਖੀ ਉਹਦੇ 'ਤੇ ਤਾਂ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਕਿਸ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਜੇ ਅਖਬਾਰ ਭਰੇ ਹੋਣਗੇ ਜੇ ਰੇਡੀਓ ਅਤੇ ਟੈਲੀਵਿਜ਼ਨ 'ਤੇ ਇਹ ਵਿਚਾਰ ਚੱਲਣਗੇ ਤਾਂ ਅਸਰ ਪਏਗਾ ਜ਼ਰੂਰ ਜਦੋਂ ਸਾਨੂੰ ਕੰਨਾਂ ਨੂੰ ਨਾ ਚੰਗਾ ਲੱਗੇ ਤੇਰਾ ਰਾਗ ਕਵੇਲੇ ਉਹੀ ਗੱਲ ਹੋ ਜਾਂਦੀ ਹੈ ਰੋਵੇ ਇਸ਼ਕਾ ਬਸ ਕਰੀ ਹੁਣ ਛੱਡਦੇ ਮੁੰਨੇ ਤੇਲੇ ਚੇਲੇ ਮੈਂ ਇੱਕ ਗੱਲ ਤਾਂ ਕਰਕੇ ਕਹਿ ਰਿਹਾ ਸਾਡੀਆਂ ਮਾਫ਼ ਕਰਨਾ ਮਹਿਸੂਸ ਨਾ ਕਰਨਾ ਲੇਖਕ ਵਰਗ ਸਾਡੇ ਦਾੜੀਆਂ ਚਿੱਟੀਆਂ ਹੋ ਜਾਂਦੀਆਂ ਸਿਰ ਦੇ ਵਾਲ ਚਿੱਟੇ ਹੋ ਜਾਂਦੇ ਆ ਸਾਡੀ ਉਮਰ 70 ਤੋਂ ਉੱਪਰ ਹੋ ਜਾਂਦੀ ਹੈ ਅਸੀਂ ਇਹ ਦੱਸਣ ਲਈ ਕਿ ਮੈਂ ਬੜਾ ਜਵਾਨ ਹੈ
मेरे च इश्क डुल डुल पैंदा। किहड़ा इश्क डुल डुल पैंदा जी? जदों धौण ते तलवार रखी हुंदी है भगौड़िआं दे विच, असीं मूरली कतार च हुंदे हां। सत्रवें दे बरे च महबूब दीआं गल्लां इहो जिहीआं लिखतां नूं पेश करके ते फिर उहनां रामलीला लीलावां दे विचों सानूं निकलेगा कि कुछ नहीं निकलना? मैं ये यकीन नाल कह सकदा कि साडे अंदर एक कमजोरी है। जिहड़ा बंदा जिंदगी च कुछ नहीं ना कर सकदा, वह फिर उस पड़ाव दे विच भालदा जिहड़ा उह तों नहीं हुंदा, ते फिर असीं उधर नूं दौड़दे हां। जे असीं सचमुच अज इन्हां गदरी योधिआं नूं समर्पित हाँ ते असीं अपणीआं कलमां नूं खोल दईए उस पासे वल, लिखण नूं समर्पित होईए। जिहड़े इहो जिहे लेखक इत्थे मौजूद ने उहनां नूं असीं सल्यूट करदे हां, उहनां नूं प्रणाम करदे हां। ते जेकर अजे भी असीं उस पासे तुर रहे हां तां अपने आप नूं रोकण दी लोड़ है। टैलीविजन के जरिए जेकर इस मुकाम तक सानू इस समागम नूं लियाउण दे विच सब तो वड्डी अहम भूमिका किसी ने निभाई है तां महक पंजाब दी दे कमलजीत सिंह थिंदूरी ने। प्रोग्राम की समाप्ति तो पहला मैं एक मिनट वास्ते जरूर गुजारिश करांगा, कमलजीत सिंह जी तुसी आओ ते आके जरूर सारयां दा धन्नवाद भी करो, क्योंकि मेज़बान असी कल्ले नहीं, इत्थे सांझे तौर पर प्रोग्राम लिखा गया। तिन साहब ने ना सिर्फ इस नूं बार बार पेश किया, जानकारी दित्ती, प्रोग्राम तैयार किए, बल्कि इस दे नाल ये भी कोशिश की कि सुनेहा लोगों तक जाए, तो असी तह दिलों इन्हां दे शुक्रगुजार हाँ। कमलजीत सिंह थिन वो आके दो मिनट वास्ते अपने विचार सांझे करनगे, महक पंजाब दी राही जिहड़े बकायदा इस प्रोग्राम नूं लोगों तक जिन्होंने पहुँचाया। थैंक यू धन्नवाद सर जी, तो मैं सारे का धन्यवाद करना चाहता जो भी अपने कीमती समय के कट के इतने आए तो हाजिरी लवाई। मैं जो 11वीं पढ़ता सी तो मैं एक नावल नानक सिंह का पढ़िया, मैनू इस वे नाम तो नहीं याद आ रहा, जिहड़ा शहीद करतार सिंह सराभा के गदर पार्टी बारे से। हाँ जी, तो उस नावल दे विच उन्हें गदर पार्टी के बारे लिखिया, तो गदर पार्टी क्यों कामयाब नहीं हुई गदर करने वास्ते, और क्यों गदर कामयाब नहीं होया उहदे बारे लिखिया सीगा। तो उहदे विच करतार सिंह सराभा की शख्सियत बारे उन्हें लिखिया भी करतार सिंह सराभा कोल एक जादूमय शख्सियत सी, किसी बंदे नूं कन्विंस करदी, उहदे कोल इन्नी पावर सी भी जिस बंदे नूं भी मिलदा पहली बार तो उहनूं अपनियां गल्लां दे विच कन्विंस कर लैंदा ते अपने मगर तोर लैंदा। ओह जिहड़ियां छौणियां सीगियां उत्थे चोरी छिपी जांदा ते पुलिस वाले अपने फौजियां नूं चोरी छिपी जा के गल करदा ते उहनां नूं गदर करने लिए कन्विंस कर लैंदा। उहदी एक शख्सियत की बहुत वड्डी पावर सीगी भी किसी भी बंदे नूं अपने विचारां दे नाल कन्विंस करके उहनूं अपने नाल तोड़ लैना। ते मैं अखीर ते सारे का एक बार फिर धन्यवाद करता हैगा, थैंक यू। बहुत शुक्रिया, बहुत वधिया जी। मीडिया के वलों जिथे इन्हों का धन्यवाद है उत्थे अजीत वीकली भगता भाई का सुखविंदर सिंह बराड़ बहुत धन्यवाद जी, तुहाडा सारी कवरेज की है गुरप्रीत सिंह स्पाइस रेडियो राही रेडिकल देसी राही। तो अखीर दे विच मैं खालसा दवान सोसायटी इन्हों प्रबंधक सबान उन्होंने गुजारिश कराँगा, भाई जतेंद्र सिंह साढ़े नाल ने, वो सारे आई शख्सियतों का धन्यवाद करेंगे बतौर सांझे तौर पर प्रोग्राम लिखा गया। तो उस तो बाद एक सांझी तस्वीर होएगी जिहड़ी हैरीटेज गुरद्वारा साहब के फ्रंट वाले पासे अज शताब्दी समागम जिन्हों सुभाग मिले अज जिन्हां चिर असीं शामिल हो सके हैं निर्धारित समय अनुसार इस संपूर्ण करदिआं होइआं इत्थे इजाजत लवांगे। अखीर दे विच जतेंद्र सिंह हैप्पी खालसा दवान सोसायटी गुरद्वारा साहब एबसपोर्ट। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਧੰਨਵਾਦ ਡਾਕਟਰ ਗੁਰਵਿੰਦਰ ਸਿੰਘ ਜੀ ਧਾਲੀਵਾਲ, ਸੋ ਸਪੈਸ਼ਲ ਰੇਡੀਓ ਤੋਂ ਗੁਰਪ੍ਰੀਤ ਸਿੰਘ ਜੀ, ਵੀਰ ਜੀ ਹੁਣੀ, ਸੋਹਣ ਸਿੰਘ ਪੂਨੀ ਸਾਡੇ ਐਬਸਫੋਰਡ ਦੇ ਕੌਂਸਲਰ ਮੋਹ ਗਿੱਲ ਜੀ, ਸੋ ਸਾਰੇ ਜਿਹੜੇ ਲੇਖਕ ਐਬਸਫੋਰਡ ਤੋਂ, ਸੋ ਜੀਤ ਬੀਕਰੀ ਤੋਂ ਭਗਤਾ ਭਾਈ ਕੇ, ਸੋ ਸਰੀ ਤੋਂ ਸਾਰਿਆਂ ਦਾ ਅਸੀਂ ਖਾਲਸਾ ਦਵਾਈ ਸਾਡੀ ਵੱਲੋਂ ਜੀ ਆਖਦੇ ਹਾਂ ਅਤੇ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਜਿਹੜਾ ਸਮਾਂ ਕੱਢ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜਿਹੜੇ ਇਹ ਸ਼ਤਾਬਦੀ ਦੇ ਵਿੱਚ ਸਮਰਾਹ 'ਚ ਸ਼ਾਮਿਲ ਹੋਏ ਹੋ।
ਸੋ ਖਾਲਸਾ ਦੀਵਾਨ ਸਾਹਿਬ ਜੀ, ਜਿਵੇਂ ਬਾਈ ਜੀ ਗੁਰਪ੍ਰੀਤ ਸਿੰਘ ਉਹਨਾਂ ਨੇ ਦੱਸਿਆ ਵੀ ਇਹ ਗਦਰੀ ਬਾਬਿਆਂ ਦੀ ਬਣਾਈ ਹੋਈ ਹੈ ਜਿਹੜੀ ਸੁਸਾਇਟੀ ਆ, ਉਹਨਾਂ ਦੀ ਦੇਣ ਆ। ਸੋ ਹਰੇਕ ਸਾਲ ਦਸੰਬਰ ਦੇ ਪਹਿਲੇ ਹਫ਼ਤੇ ਅਸੀਂ ਗਦਰੀ ਬਾਬਿਆਂ ਦੇ ਯਾਦ ਦੇ ਵਿੱਚ ਇੱਕ ਸਮਾਰੋਹ ਕਰਾਉਂਦੇ ਹੁੰਦੇ ਹਾਂ। ਸੋ ਕਰਮ ਸਿੰਘ ਬੱਬਰ ਦੌਲਤਪੁਰ ਦੀ ਜਿਹੜੀ ਸਾਹਮਣੇ ਜਿਹੜੀ ਜਗ੍ਹਾ ਉਹ ਇਸ ਸੁਸਾਇਟੀ ਨੂੰ ਦਿੱਤੀ ਹੋਈ ਆ। ਸੋ ਉਹਨਾਂ ਦਾ ਜਿਹੜਾ ਪ੍ਰੋਗਰਾਮ ਆ ਅਤੇ ਗਦਰੀ ਯੋਧਿਆਂ ਦਾ ਜਿਹੜਾ ਪ੍ਰੋਗਰਾਮ ਆ, ਸਤੰਬਰ ਦੇ ਹਰੇਕ ਪਹਿਲੇ ਹਫ਼ਤੇ ਤੋਂ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਨੇ। ਸੋ ਜਿਹੜੀ ਐਤਵਾਰ ਆਉਂਦਾ ਪਹਿਲਾ ਸਤੰਬਰ ਦਾ, ਉਸੇ ਐਤਵਾਰ ਨੂੰ ਉਹਦੇ ਭੋਗ ਪਾਏ ਜਾਂਦੇ ਆ। ਸੋ ਤੁਸੀਂ ਵੀ ਇਹਦੇ ਵਿੱਚ ਹਾਜ਼ਰ ਹੋਇਆ ਕਰੋ। ਸੋ ਦੂਜੀ ਗੱਲ, ਮੋਹ ਗਿੱਲ ਉਹਨਾਂ ਨੇ ਦੱਸਿਆ ਵੀ ਖਾਲਸਾ ਦੀਵਾਨ ਸਾਹਿਬ 'ਚ ਅੱਗੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਅਖੰਡ ਪਾਠ ਸਾਹਿਬ ਹੁੰਦੇ ਸੀ। ਜਿਹੜੇ ਮੋਤਾ ਸਿੰਘ ਗਰੇਵਾਲ ਸੀ, ਉਹ ਸੁਸਾਇਟੀ ਦੇ ਲੰਬਾ ਸਮਾਂ ਪ੍ਰਧਾਨ ਰਹੇ ਨੇ, ਉਹਨਾਂ ਦਾ ਪਿੰਡ ਸਰਾਭਾ ਸੀ। ਸੋ ਉਸ ਸਮੇਂ ਇਹ ਪੁਰਾਣੇ ਇਹਨਾਂ ਦਾ ਪਰਿਵਾਰ ਇਸ ਸੁਸਾਇਟੀ ਨੂੰ ਚਲਾਉਣ ਦੇ ਵਿੱਚ ਸੀ। ਸੋ ਅਸੀਂ ਫਿਰ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜਦੋਂ ਵੀ ਕੋਈ ਵੀ ਸ਼ਹੀਦਾਂ ਦੇ ਜਿਹੜੇ ਦਿਨ ਨੇ, ਸੁਸਾਇਟੀ ਹਮੇਸ਼ਾ ਤੁਹਾਡੇ ਨਾਲ ਆ। ਸੋ ਜਿਹੜੇ ਵੀ ਸ਼ਹੀਦਾਂ ਦਾ ਪ੍ਰੋਫੈਸਰ ਸਾਹਿਬ ਨੂੰ ਬੇਨਤੀ ਅਸੀਂ ਕਰਦੇ ਨੇ ਵੀ ਸਾਨੂੰ, ਕਿਉਂਕਿ ਅਸੀਂ ਨਵੇਂ ਹਾਂ, ਸਾਨੂੰ ਇਤਿਹਾਸ ਬਾਰੇ ਉਹਨੀ ਨੌਲੇਜ ਨਹੀਂ ਹੈਗੀ, ਸੋ ਸਾਨੂੰ ਜਦੋਂ ਵੀ ਤੁਸੀਂ ਕੋਈ ਗਾਈਡ ਕਰੋ ਜਾਂ ਕੋਈ ਪ੍ਰੋਗਰਾਮ ਲਿਖਣਾ ਹੋਵੇ, ਸੁਸਾਇਟੀ ਹਮੇਸ਼ਾ ਤੁਹਾਡੇ ਨਾਲ ਆ। ਸੋ ਸਾਰੀਆਂ ਸੰਗਤਾਂ ਦਾ ਫਿਰ ਧੰਨਵਾਦ ਕਰਦੇ ਹਾਂ। ਸੋ ਬੇਨਤੀ ਹੈ ਕਿ ਗੁਰੂ ਕੇ ਲੰਗਰ ਸਾਹਮਣੇ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਨੇ। ਸੋ ਚਾਹ ਦੇ ਲੰਗਰ ਵੀ ਚੱਲ ਰਹੇ ਆ। ਸੋ ਸਮਾਪਤੀ ਤੋਂ ਬਾਅਦ ਪ੍ਰੋਫੈਸਰ ਸਾਹਿਬ ਨੇ ਪਿਕਚਰ ਕਹੀ ਆ। ਸੋ ਗੁਰੂ ਕੇ ਲੰਗਰ ਜ਼ਰੂਰ ਛੱਕ ਕੇ ਜਾਇਓ। ਫਿਰ ਅਸੀਂ ਸਾਰੇ ਪੰਜਾਬੀ ਸਹਿਤ ਸਭਾ ਮੁੱਢਲੀ ਰਜਿਸਟਰ ਦੇ ਜਿਹੜੇ ਵੀਰ ਇਹ ਉਪਰਾਲਾ ਕਰਦੇ ਨੇ, ਇਹ ਇਕੱਲਾ ਇਸ ਸਮਾਰੋਹ ਲਈ ਨਹੀਂ, ਹਰੇਕ ਮਹੀਨੇ ਜਿਹੜਾ ਇਹ ਫੰਕਸ਼ਨ ਹਰੇਕ ਮਹੀਨੇ ਗੁਰਦੁਆਰਾ ਸਾਹਿਬ ਵਿਖੇ ਕਰਦੇ ਆ। ਸੋ ਉਹਦੇ ਵਿੱਚ ਬੜਾ ਜਾਣਕਾਰੀ ਜਿਹੜੀ ਮਿਲਦੀ ਆ ਸੰਗਤਾਂ ਨੂੰ, ਬਾਹਰੋਂ ਜਿਹੜੇ ਆ ਹੋਰ ਵੀ ਸਾਡੇ ਸੱਜਣ ਜਾਣਕਾਰੀ ਜਿਹੜੀ ਇਹ ਲੈ ਕੇ ਜਾਂਦੇ ਆ। ਸੋ ਅਸੀਂ ਕੌਮਾਂ ਹਮੇਸ਼ਾ ਅਤੇ ਸੱਭਿਆਚਾਰ ਇਹ ਤੁਹਾਡੇ ਸਿਰ 'ਤੇ ਜੀਵਤ ਨੇ। ਸੋ ਜੇ ਤੁਸੀਂ ਕਿਤਾਬਾਂ ਲਿਖਦੇ ਹੋ ਜਾਂ ਤੁਸੀਂ ਵਧੀਆ ਸੋਚ ਜਿਹੜੀ ਆ ਲੋਕਾਂ ਤੱਕ ਪਹੁੰਚਾਉਂਦੇ ਹੋ, ਤਾਂ ਹੀ ਇਹ ਸੱਭਿਆਚਾਰ ਜਿਹੜੀਆਂ ਕੌਮਾਂ ਜੀਵਤ ਨੇ। ਸੋ ਤੁਹਾਡੇ ਨਾਲ ਹੀ ਸਾਡਾ ਮਾਣ। ਸੋ ਅਸੀਂ ਤੁਹਾਡੇ ਨਾਲ ਆ, ਤੁਹਾਡਾ ਅਸੀਂ ਹਮੇਸ਼ਾ ਤੁਹਾਡਾ ਜੀਆਂ ਆਖਦੇ ਹਾਂ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਖੀਰ ਦੇ ਵਿੱਚ ਇੱਕ ਗੱਲ ਮੈਂ ਇੱਕ ਮਿੰਟ ਵਾਸਤੇ, ਪੂਨੀ ਸਾਹਿਬ ਅਤੇ ਸ਼ਖਸੀਅਤਾਂ ਜਿੰਨੀਆਂ ਮੌਜੂਦ ਨੇ, ਇੱਕ ਬੇਨਤੀ ਹੈ, ਇੱਕ ਮਿੰਟ ਵਾਸਤੇ ਹੋਰ ਬੈਠਿਓ ਜੀ, ਜ਼ਰੂਰ। ਦਰਅਸਲ ਜਿਹੜੀ ਗੱਲ ਇਹਨਾਂ ਨੇ ਕਹੀ ਹੈ, ਅਸੀਂ ਇੱਕ ਗੁਜ਼ਾਰਿਸ਼ ਕਰਦੇ ਹਾਂ ਹੁਣੇ ਹੀ, ਕਿਉਂਕਿ ਇਤਿਹਾਸ ਦੀ ਗੱਲ ਇਹਨਾਂ ਨੇ ਕਹੀ ਸੀਗੀ, ਬਹੁਤ ਵਧੀਆ ਗੱਲ ਹੈ। ਜਤਿੰਦਰ ਸਿੰਘ, ਤੁਸੀਂ ਜਦੋਂ ਜੇ ਗੱਲ ਦੀ ਅਧੂਰੀ ਕਈ ਵਾਰ ਜਾਣਕਾਰੀ ਮੁਕੰਮਲ ਨਹੀਂ ਹੁੰਦੀ, ਉਹਨੂੰ ਪੁੱਛ ਲੈਣਾ ਬੜੀ ਚੰਗੀ ਗੱਲ ਹੈ। ਇਹ ਬਹੁਤ ਵੱਡੀ ਗੱਲ ਹੈ ਕਿ ਗਦਰੀ ਬਾਬਿਆਂ ਦੇ ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਸਾਥੀਆਂ ਦਾ 100ਵਾਂ ਵਰ੍ਹਾ ਸ਼ਤਾਬਦੀ। ਸੋ ਸ਼ਤਾਬਦੀ ਵਰ੍ਹੇ 'ਤੇ ਪ੍ਰੋਗਰਾਮ ਜਿਹੜਾ, ਬੇਸ਼ੱਕ ਇਹ ਬਹੁਤ ਵਧੀਆ ਉੱਦਮ ਹੋਇਆ ਅਤੇ ਸਾਰੇ ਇਕੱਠੇ ਹੋਏ, ਆਉਂਦੇ ਇੱਕ ਦੋ ਹਫ਼ਤਿਆਂ ਦੇ ਵਿੱਚ ਜ਼ਰੂਰ ਉਲੀਕੋ। ਇੱਥੇ ਪਹਿਲੀ ਗੱਲ ਤਾਂ ਇਹ ਹੈ ਕਿ ਇਹੋ ਜਿਹਾ ਪ੍ਰੋਗਰਾਮ ਕਰੋ, ਵੱਡੇ ਪੱਧਰ 'ਤੇ ਕਰੋ, ਸੈਮੀਨਾਰ ਕਰੋ ਜਾਂ ਕੋਈ ਨਾ ਕੋਈ ਉਹਨਾਂ ਨੂੰ ਸਮਰਪਿਤ ਗੱਲਬਾਤ ਹੋਵੇ ਅੱਜ ਦੀ ਪ੍ਰਸੰਗਿਕਤਾ ਦੇ ਵਿੱਚ। ਜਿਵੇਂ ਗੁਰਪ੍ਰੀਤ ਸਿੰਘ ਹੋਰ ਪਹਿਲਾਂ ਜ਼ਿਕਰ ਕਰ ਰਹੇ ਸੀ, ਜਰਨੈਲ ਸਿੰਘ ਵਰਗੇ ਚਿੱਤਰਕਾਰ ਸਾਡੇ ਕੋਲ ਨੇ। ਕੁੱਲ ਮਿਲਾ ਕੇ ਸਾਰੇ ਇਤਿਹਾਸ ਜਿਹੜਾ, ਜੋ ਨਸਲਵਾਦ ਦਾ ਸੀ, ਉਹ ਇਹਨਾਂ ਨੇ ਆਪਣੀਆਂ ਪੇਂਟਿੰਗ ਦੇ ਵਿੱਚ, ਮੈਨੂੰ ਲੱਗਦਾ ਕਿ ਵੱਡੀ ਗਿਣਤੀ 'ਚ ਇਹਨਾਂ ਦੀਆਂ ਪੇਂਟਿੰਗਸ ਹੈ, ਕੰਟੀਨਿਊ ਲਗਾਤਾਰ ਨਿਰੰਤਰ, ਕਿਵੇਂ ਸ਼ੁਰੂ ਹੋਇਆ, ਕਿਵੇਂ ਮੁਕੰਮਲ ਹੋਇਆ, ਕਿੱਥੋਂ ਤੱਕ ਪਹੁੰਚਿਆ। ਅਜੇ ਤੱਕ ਮੈਂ ਇਹ ਗੱਲ ਅਫਸੋਸ ਨਾਲ ਇਹ ਗੱਲ ਤਾਂ ਕਹਿ ਰਿਹਾ, ਇੱਥੇ ਸਾਡੇ ਬੜੇ ਸੰਸਥਾਵਾਂ ਨੇ, ਜਥੇਬੰਦੀਆਂ ਨੇ, ਗੁਰਦੁਆਰਿਆਂ ਦੇ ਵਿੱਚ ਪੈਸੇ ਬਹੁਤ ਲੱਗਦੇ ਆ, ਬੜੇ ਡੋਨੇਸ਼ਨ ਦਿੰਦੇ ਨੇ, ਪਰ ਅਜੇ ਤੱਕ ਇਹ ਨਹੀਂ ਹੋ ਸਕਿਆ ਕਿ ਕੋਈ ਸਪੋਂਸਰ ਕਰ ਸਕੇ ਕਿ ਇਹਨਾਂ ਸਾਰੀਆਂ ਤਸਵੀਰਾਂ ਨੂੰ ਬਾਕਾਇਦਾ ਤੌਰ 'ਤੇ ਲੈ ਕੇ, ਡੋਨੇਸ਼ਨ ਦੇ ਤੌਰ 'ਤੇ ਲੈ ਕੇ, ਚਾਹੇ ਉਹਨਾਂ ਨੂੰ ਅੱਗੇ ਰੱਖਿਆ ਜਾਏ, ਤਾਂ ਕਿ ਸਾਡੀਆਂ ਜਨਰੇਸ਼ਨ, ਅਸੀਂ ਕਹਿੰਦੇ ਹਾਂ ਸਾਡੀਆਂ ਪੀੜ੍ਹੀਆਂ ਨੂੰ ਨਹੀਂ ਪਤਾ। ਚਿੱਤਰਕਾਰ ਜਰਨੈਲ ਸਿੰਘ ਨੇ ਉਹ ਵੱਡੀ ਤਾਦਾਦ ਦੇ ਵਿੱਚ ਵੱਡੇ ਸਾਈਜ਼ ਦੀਆਂ ਪੇਂਟਿੰਗਸ ਤਿਆਰ ਕੀਤੀਆਂ ਨੇ। ਪਿਛਲੇ ਹਫ਼ਤੇ, ਪਿਛਲੇ ਮਹੀਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਇੱਕ ਪੇਂਟਿੰਗ ਤਿਆਰ ਕੀਤੀ ਇਹਨਾਂ ਨੇ, ਉਹਨਾਂ ਦਾ ਉਹਨਾਂ ਦੀ ਸ਼ਹੀਦੀ 'ਤੇ ਦਿਨ ਮਨਾਇਆ ਗਿਆ। ਉਸ ਵੇਲੇ ਅਸੀਂ ਉਦੋਂ ਵੀ ਗੁਜ਼ਾਰਿਸ਼ ਕੀਤੀ ਸੀ ਕਿ ਇਹੋ ਜਿਹੀ ਪੇਂਟਿੰਗ ਜਾਂ ਇਹੋ ਜਿਹੀਆਂ ਚੀਜ਼ਾਂ ਸਾਨੂੰ ਇਤਿਹਾਸ ਨੂੰ ਦੱਸਦੀਆਂ ਨੇ, ਉਹਨਾਂ ਨੂੰ ਅੱਗੇ ਤੋਰਿਆ ਜਾਏ। ਸੋ ਇਹੋ ਜਿਹੇ ਰੈਜੋਲੂਸ਼ਨ ਪਾਸ ਕਰਕੇ ਇਹੋ ਜਿਹਾ ਯਤਨ ਕਰੋ ਤਾਂ ਕਿ ਸਾਡੇ ਵਿਰਸੇ ਇਹੋ ਜਿਹੇ ਥਾਂ 'ਤੇ ਝਲਕਣ, ਇਹ ਤੁਹਾਨੂੰ ਬੇਨਤੀ ਅਸੀਂ ਕਰਦੇ ਹਾਂ। ਅਤੇ ਸ਼ਹੀਦ ਖਾਲੜਾ ਹੋਰਾਂ ਦੀ ਕੈਨੇਡਾ ਦੇ ਵਿੱਚ ਡਿਫੈਂਡਰ ਆਫ ਹਿਊਮਨ ਰਾਈਟਸ ਉਹਨਾਂ ਨੂੰ ਮੰਨਿਆ ਜਾਂਦਾ, ਅਜੇ ਵੀ ਜ਼ਿਕਰ ਕਰੀਏ, ਅਸੀਂ ਇਹੋ ਜਿਹੇ ਮਤੇ ਵੀ ਪਾਸ ਕਰੀਏ ਕਿ ਇੱਥੋਂ ਦਾ ਜਿਹੜਾ ਨੈਸ਼ਨਲ ਮਿਊਜ਼ੀਅਮ ਹੈ ਕੈਨੇਡਾ ਦਾ,
ਉੱਥੇ ਸ਼ਹੀਦ ਜਸਵੰਤ ਸਿੰਘ ਖਾਲੜਾ ਵਰਗੇ ਦੀ ਤਸਵੀਰ ਉਹਨਾਂ ਦੀ ਲੱਗੀ ਹੋਵੇ ਤਾਂ ਕਿ ਦੁਨੀਆ ਦੇਖ ਸਕੇ ਕਿ ਮਨੁੱਖੀ ਅਧਿਕਾਰਾਂ ਲਈ ਸਟਰਗਲ ਕਰਨ ਵਾਲੇ ਕੌਣ ਨੇ। ਸੋ ਇਹ ਬੇਨਤੀਆਂ ਤਾਂ ਅਸੀਂ ਕਰ ਰਹੇ ਹਾਂ, ਜੇ ਅਸੀਂ ਪ੍ਰੈਕਟੀਕਲੀ ਚਾਹੁੰਦੇ ਹਾਂ ਕੁਝ ਨਾ ਕੁਝ ਕਰਨਾ ਤਾਂ ਜ਼ਰੂਰ ਇਉਂ ਕੀਤਾ ਜਾਵੇ। ਬਾਕੀ ਤੁਸੀਂ ਯਤਨ ਕੀਤਾ ਸਹਿਯੋਗ ਲਈ, ਹਮੇਸ਼ਾ ਅਸੀਂ ਕੋਲ ਹਾਂ ਇੱਥੇ, ਅਤੇ ਇੱਥੇ ਹਰ ਮਹੀਨੇ ਇਕੱਤਰਤਾ ਇਸੇ ਮਕਸਦ ਲਈ ਕਰਦੇ ਹਾਂ। ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ। ਪ੍ਰੋਗਰਾਮ 'ਚ ਕੋਈ ਕਮੀ ਰਹਿ ਗਈ ਹੋਵੇ ਤਾਂ ਖਿਮਾ ਦੇ ਜਾ ਚੱਕਾਂ। ਬਹੁਤ ਬਹੁਤ ਸ਼ੁਕਰੀਆ ਜੀ। ਆਪਣੇ ਪੇਰੈਂਟਸ ਦੇ ਗ੍ਰੈਂਡ ਪੇਰੈਂਟਸ ਦੀ ਸੁਪਰਵਿਜ਼ਨ ਇੰਸ਼ੋਰੈਂਸ ਲੈ ਲਈ ਸਾਨੂੰ ਸੇਵਾ ਦਾ ਮੌਕਾ ਦਿਓ। ਅਸੀਂ ਪੰਜਾਬ ਇੰਸ਼ੋਰੈਂਸ ਤੋਂ ਸਾਰੀ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਹਾਂ। ਮੈਂ ਸੰਦੀਪ ਅਹੂਜਾ ਤੁਹਾਨੂੰ ਘੱਟ ਪੈਸੇ 'ਚ ਵਧੀਆ ਇੰਸ਼ੋਰੈਂਸ ਲੈਣ 'ਚ ਤੁਹਾਡੀ ਹੈਲਪ ਕਰ ਸਕਦਾ। ਜੇ ਤੁਸੀਂ ਕੋਈ ਵੀ ਨਵੀਂ ਸੁਪਰਵਿਜ਼ਨ ਇੰਸ਼ੋਰੈਂਸ ਕਰਾਉਣੀ ਹੋਏ ਜਾਂ ਰਿਨਿਊਅਲ ਕਰਾਉਣਾ ਹੋਏ, ਅਸੀਂ ਵਾਅਦਾ ਕਰਦੇ ਹਾਂ ਤੁਹਾਨੂੰ ਬਹੁਤ ਵਧੀਆ ਇੰਸ਼ੋਰੈਂਸ ਲੈ ਕੇ ਦੇਵਾਂਗੇ ਅਤੇ ਘੱਟ ਪੈਸਿਆਂ ਵਿੱਚ। ਪੰਜਾਬ ਇੰਸ਼ੋਰੈਂਸ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰੇ ਇੱਕ ਭਰੋਸੇਮੰਦ ਇੰਸ਼ੋਰੈਂਸ ਪਲਾਨ ਦੇ ਨਾਲ। आज द सरप्राइज वेकन तो बाद पूरी दुनिया नु असली प्यार दा पता चल जाएगा। असली प्यार यानी फाइबरटेक, क्वालिटी प्रोडक्ट्स, बेहतरीन डिजाइंस। की गल है, आज फाइबरटेक तो किचन सिंक कर लेके जाना है या फिर सपने देखी जाने हैं। Fibertech Distributors serves all across North America. 604-507-2199. Fibertechbc.ca. ਕੰਦੇ ਕਈ ਤਰੀਕੇ ਹੋ ਸਕਦੇ ਨੇ, ਪਰ ਉਸ ਪ੍ਰੋਬਲਮ ਦਾ ਸਭ ਤੋਂ ਵਧੀਆ ਤੇ ਇਫੈਕਟਿਵ ਇਲਾਜ ਲੱਭਣਾ ਤੁਹਾਨੂੰ ਟ੍ਰੀਟਮੈਂਟ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਏਪੈਕਸ ਫਿਜ਼ੀਓਥੈਰੇਪੀ ਤੇ ਹਰ ਇੱਕ ਪ੍ਰੋਬਲਮ ਦਾ ਪ੍ਰੋਪਰ ਅਸੈਸਮੈਂਟ ਤੇ ਡਾਇਗਨੋਸਿਸ ਕਰਨ ਤੋਂ ਬਾਅਦ ਸਾਇੰਟੀਫਿਕ ਤਰੀਕੇ ਨਾਲ ਇਲਾਜ ਕਰਦੇ ਹਾਂ। ਇੰਜਰੀ ਕੇ ਬਾਅਦ ਸਰੀਰ ਕੇ ਕੁਝ ਜੋੜ ਪੂਰੀ ਤਰ੍ਹਾਂ ਮੂਵ ਨਹੀਂ ਕਰਦੇ या डिस्क दब जाती है, जिन्हें हम मोबिलाइज मैनिपुलेट या ट्रैक्शन से ठीक कर सकते हैं। इंजरीज कैन कॉज इंक्रीज सेंसिटिविटी टू पेन एंड लॉस ऑफ फंक्शन व्हिच कैन बी ट्रीटेड बाय एक्यूपंक्चर एंड फंक्शनल ड्राई नीडलिंग। हर एक इंजरी तुहानू ते तुहाडे मसल्स नू वीक कर दी है, असीं इत्थे उहनां दी स्पेसिफिक एक्सरसाइज स्ट्रेचिंग ते स्टिमुलेशन करके उहनां नू ठीक करदे हां। तुसीं सब जगह ट्रीटमेंट करा के भी जे ठीक नहीं होए ते एक बार साडे क्लिनिक ते जरूर आओ। यू विल फील द डिफरेंस। ट्रिपल ए ऑटो बॉडी ਆਪਣੇ ਭਰਾਵਾਂ ਦੀ ਬਰਨਵੀ ਵਿੱਚ ਵਨ ਆਫ ਦ ਬਿਗੈਸਟ ICBC ਆਥੋਰਾਈਜ਼ਡ ਆਟੋ ਬਾਡੀ ਸ਼ਾਪ, ਜਿਨ੍ਹਾਂ ਕੋਲ ਐਕਸਪ੍ਰੈਸ ਵੈਲੇ ਸਰਵਿਸ ਤੋਂ ਇਲਾਵਾ ਐਕਸਪੀਰੀਅੰਸ ਅਤੇ ਸਰਟੀਫਾਈਡ ਟੈਕਨੀਸ਼ੀਅਨਸ ਵੀ ਹਨ, ਅਤੇ ਬਿਨਾਂ ਸ਼ੱਕ ਹਾਈਟੈਕ ਕੰਪਿਊਟਰਾਈਜ਼ਡ ਪੇਂਟ ਸ਼ਾਪ ਬੂਥ ਦੀ ਵੀ ਫੈਸਿਲਿਟੀ ਹੈਗੀ। ਤੁਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ, ਪੇਂਟਿੰਗ ਜਾਂ ਕੋਲੀਜਨ ਸਰਵਿਸਿਸ ਲਈ ਫੋਨ ਕਰੋ ਹਰਮੇਸ਼ ਸ਼ਰਮਾ 604-299-1054। ਦੇ ਕੈਨ ਹੈਂਡਲ ICBC ਕਲੇਮ ਐਂਡ ਇੰਸਪੈਕਸ਼ਨ ਇੰਡੀਪੈਂਡੈਂਟਲੀ। ਕੀ ਹੋਇਆ, ਕਿਸ ਨਾਲ ਲੜਕੇ ਹੈਗੀ ਆ? ਤੁਹਾਨੂੰ ਤਾਂ ਹਰ ਵੇਲੇ ਮਜ਼ਾਕ ਹੀ ਸੁੱਝਦਾ। ਕੀ ਹੋਇਆ? ਆ ਮੰਮੀ ਡੈਡੀ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮਗਾਉਣ ਲਈ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਡੀਆਂ ਕਮਾਈਆਂ ਪਈਆਂ ਨੇ। ਕੀ ਕਹਿੰਦੇ ਆ? ਕਦੇ ਕਦੇ ਆ ਪੇਪਰ ਲੈ ਕੇ ਆਓ, ਕਦੇ ਆ ਪੇਪਰ ਲੈ ਕੇ। ਓ ਮਾਈ ਗੋਡ, ਮੈਂ ਤਾਂ ਦੁਖੀ ਹੋ ਚੁੱਕੀ ਆ। ਬਸ ਇੰਨੀ ਗੱਲ ਤੋਂ ਘਬਰਾ ਗਈ? ਆਹ ਇੰਨੀ ਕੀ ਗੱਲ? ਜਦੋਂ ਆਪਾਂ ਨਾ ਪ੍ਰਾਣ ਇਮੀਗ੍ਰੇਸ਼ਨ ਦੇ ਰਾਜਪਾਲ ਪੋਲਟੀਕਲ ਨੂੰ ਮਿਲੇ ਨਾ, ਤਾਂ ਉਹਨਾਂ ਨੇ ਕੰਮ ਮਿੰਟਾਂ ਸਕਿੰਟਾਂ 'ਚ ਕਰ ਦੇਣੇ ਨੇ। ਸੱਚੀ ਮੈਂ ਤਾਂ ਐਵੇਂ ਘਬਰਾ ਗਈ ਸੀਗੀ। 9057894444 ਛੋਟੀਆਂ ਵੱਡੀਆਂ ਫਲਾਸ ਨੇ ਕਰਦੇ ਤਲੀ ਤੇ ਚਾਬੀ ਧਰਦੇ ਲੈਣੀ ਵੈਨ ਕਾਰਗੋ ਚ ਲੈਣੀ ਵੈਨ ਕਾਰਗੋ ਚ ਭਾਵੇਂ ਪਿਕ ਅਪ ਲੈਣਾ ਚਾਹੇ ਤੱਕ ਮਿਲੋ ਇੱਕ ਮੇਰ ਅਜੀਤ ਸਿੰਘ ਹੇਰ ਵੇਟ ਥੋੜੀ ਕਰਦੇ ਹੇਅਰ ਮੋਟਰਸ 12375 ਕਿੰਗ ਜਾਰਜ ਹਾਈਵੇ ਸਰੀ ਕਾਲ 5807755 ਹੇਅਰ ਮੋਟਰਸ।